ਪਰਦੇਸੀ ਟੀਵੀ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਨਿੱਘਾ ਅਤੇ ਪਿਆਰਾ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਪਰਦੇਸੀ ਟੀਵੀ ਤੁਸੀਂ ਸਾਰੇ ਆਈ ਪੀ ਟੀਵੀ ਉੱਪਰ ਦੇਖ ਸਕਦੇ ਹੋ ਜੀ। ਜੇ ਤੁਹਾਡੇ ਕੋਲ ਜਾਦੂ ਟੀਵੀ ਹੈ ਨੌਰਥ ਅਮੈਰੀਕਾ 'ਚ ਕਿਤੇ ਵੀ, ਤਾਂ ਉਸ 'ਤੇ ਵੀ ਪੰਜਾਬੀ ਫੋਲਡਰ 'ਤੇ ਜਾ ਕੇ ਪਰਦੇਸੀ ਟੀਵੀ ਨਾਲ ਜੁੜ ਸਕਦੇ ਹੋ। ਜੇ ਤੁਸੀਂ ਉਸ ਟਾਈਮ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਾਲੇ ਸਾਈਡ 'ਤੇ ਕਿਤੇ ਵੀ ਹੈਗੇ ਹੋ, ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਦੇਖ ਰਹੇ ਹੋ, ਤਾਂ ਤੁਹਾਨੂੰ ਦੱਸ ਦਈਏ ਕਿ ਰੀਅਲ ਟੀਵੀ, ਰੀਅਲ ਹਾਈਬ੍ਰਿਡ ਟੀਵੀ ਦੇ ਚੈਨਲ ਨੰਬਰ 430 ਉੱਤੇ ਵੀ ਤੁਸੀਂ ਇਸ ਟਾਈਮ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅਤੇ ਤੁਸੀਂ ਜੇ ਕਾਲ ਕਰਨੀ ਹੈ ਤਾਂ 647-933-1313 ਸਟੂਡੀਓ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ। ਬੁੱਧਵਾਰ ਵਾਲਾ ਦਿਨ ਹੈ ਜੀ ਅਤੇ ਮਈ ਮਹੀਨੇ ਦੀ 3 ਤਰੀਕ ਹੈ ਅਤੇ ਸੰਨ 2017 ਵਿੱਚ ਇੱਕ ਵਾਰ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਠੀਕ 5:03 ਅਤੇ 10 ਸੈਕਿੰਡ ਹੋਏ ਆ ਅਤੇ ਅੱਜ ਦਾ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਨ ਲੱਗੇ ਹਾਂ ਜੀ। ਹਰ ਬੁੱਧਵਾਰ ਨੂੰ ਸਾਡੇ ਨਾਲ ਜੁੜਦੇ ਹਨ ਜੀ ਭਾਈ ਰਿਸ਼ਪਾਲ ਸਿੰਘ ਹੋਣੀ, ਜਿਨ੍ਹਾਂ ਨਾਲ ਅਸੀਂ ਗੁਰਮਤਿ ਵਿਚਾਰਾਂ ਕਰਦੇ ਹਨ। ਅੱਜ ਦਾ ਬਹੁਤ ਹੀ ਇੱਕ ਸੈਂਸਿਟਿਵ ਮਸਲਾ ਲੈ ਕੇ ਆਏ ਹਾਂ ਜੋ ਕਿ ਹਰੇਕ ਘਰ ਵਿੱਚ ਆਮ ਪਾਇਆ ਜਾਂਦਾ ਹੈ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਟੱਚ ਕਰਨ ਦੀ ਅਤੇ ਉਸ ਦੀਆਂ ਜੋ ਜ਼ਰੂਰਤ ਕੀ ਹੈ ਅਤੇ ਉਹਦੀ ਖਾਮੀਆਂ ਅਤੇ ਅਸੀਂ ਉਹਨੂੰ ਮਿਟਾ ਕਿਵੇਂ ਸਕਦੇ ਅਤੇ ਗੁਰਬਾਣੀ ਉਸ ਲਈ ਸਾਨੂੰ ਕੀ ਉਪਦੇਸ਼ ਦਿੰਦੀ ਹੈ ਜੀ। ਭਾਈ ਰਿਸ਼ਪਾਲ ਸਿੰਘ ਜੀ, ਤੁਹਾਡਾ ਪਰਦੇਸੀ ਟੀਵੀ 'ਤੇ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਬੰਦੇ ਵਿੱਚ 5 ਚੋਰ ਨੇ, ਬਿਲਕੁਲ ਜੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬਿਲਕੁਲ, ਪਰ ਇਹ ਮੇਨ ਕੈਟਾਗਰੀ ਨੇ। ਇਸ ਦੇ ਅੰਦਰ ਹੋਰ ਬੰਦੇ ਵਿੱਚ ਅਨੇਕਾਂ ਤਰ੍ਹਾਂ ਦੇ ਵਿਕਾਰ ਭਰੇ ਹੋਏ ਆ, ਬਿਲਕੁਲ, ਜਿਹਦੇ ਵਿੱਚ ਇੱਕ ਨਸ਼ਾ ਬਹੁਤ ਹੀ ਮਾੜੀ ਇੱਕ ਸੋਚ ਵੀ ਹੋ ਸਕਦਾ ਹੈ, ਜੋ ਸੋਚ ਸਰੀਰ ਤੱਕ ਵੀ ਨੁਕਸਾਨ ਕਰਦੀ ਹੈ। ਉਸ ਨਸ਼ੇ ਦੇ ਹਿਸਾਬ ਨਾਲ ਗੁਰਬਾਣੀ ਸਾਨੂੰ ਕੀ ਉਪਦੇਸ਼ ਦਿੰਦੀ ਹੈ, ਅਸੀਂ ਇਸ ਮਾਮਲੇ 'ਚ ਗੱਲਬਾਤ ਕਰਨੀ ਹੈ। ਭਾਈ ਸਾਹਿਬ ਜੀ, ਨਸ਼ਾ ਹੈ ਕੀ ਪਹਿਲਾਂ ਤਾਂ ਦੱਸੋ ਜੀ। ਨਸ਼ੇ ਦਾ ਅਰਥ ਹੈ ਅਮਲ। ਮਾਨਕੋਸ਼ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭੇ ਨੇ ਇਹਦਾ ਜ਼ਿਕਰ ਕਰਦਿਆਂ ਹੋਇਆਂ ਨਸ਼ੇ ਬਾਬਤ ਕਿਹਾ ਵੀ ਅਮਲ ਜਿਹੜੀ ਇਨਸਾਨ ਦੇ ਮਤ ਨੂੰ ਕੋਭ ਅਵਸਥਾ ਤੱਕ ਲੈ ਜਾਂਦਾ ਹੈ। ਕੋਭ ਅਵਸਥਾ ਉਹ ਅਵਸਥਾ ਹੈ ਜਿਸ ਹਾਲਤ ਵਿੱਚ ਬੰਦੇ ਦੀ ਸੋਚਣ ਦੀ ਤਾਕਤ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਕੋਈ ਸੋਚ ਨਹੀਂ ਸਕੇਗਾ, ਕਰਨ ਦੀ ਤਾਕਤ ਵੀ ਖਤਮ ਹੋ ਜਾਏਗੀ। ਇਨਸਾਨ ਚੰਗੇ ਮੰਦੇ ਦੀ ਪਹਿਚਾਣ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਜਿਸ ਵਕਤ ਇਹ ਕਿਸੇ ਨੂੰ ਨਸ਼ਾ ਲੱਗ ਜਾਏ, ਨਸ਼ਾ ਐਸਤਾ ਐਸਤਾ ਜਦੋਂ ਇਹ ਜ਼ਹਿਰੀਲਾ ਪਦਾਰਥ ਵੱਧਦਾ ਜਾਂਦਾ ਹੈ, ਉਸ ਵਕਤ ਇਨਸਾਨ ਜਦੋਂ ਜ਼ਿਆਦਾ ਸੇਵਨ ਕਰਨ ਲੱਗ ਜਾਂਦਾ ਹੈ, ਉਦੋਂ ਇਹ ਪਾਗਲਪਣ ਦੀ ਅਵਸਥਾ ਵਿੱਚ ਵੀ ਜਾ ਸਕਦਾ ਹੈ। ਔਰ ਨਸ਼ਾ ਇੱਕ ਐਸੀ ਮਾੜੀ ਚੀਜ਼ ਹੈ, ਨਸ਼ੇ ਦੀ ਪੂਰਤੀ ਕਰਨ ਵਾਸਤੇ ਇਨਸਾਨ ਇੱਥੋਂ ਤੱਕ ਕਿ ਆਪਣੇ ਪਰਿਵਾਰ ਨਾਲ ਦਗਾ ਕਰਨ ਲੱਗਿਆ, ਆਪਣੀ ਕੌਮ ਨਾਲ, ਆਪਣੇ ਦੇਸ਼ ਨਾਲ ਗੱਦਾਰੀ ਕਰਨ ਲੱਗਿਆ ਵੀ ਸੰਕੋਚ ਨਹੀਂ ਕਰਦਾ। ਨਸ਼ੇ ਨੇ ਨਾ ਕਿਤੇ ਆਪਣੀ ਇੱਜ਼ਤ ਵਾਸਤੇ ਬੰਦੇ ਨੇ ਖਿਆਲ ਕਰਨਾ ਹੈ, ਨਸ਼ਾ ਉਹ ਚੀਜ਼ ਹੈ ਜਿਸ ਵਾਸਤੇ ਇਨਸਾਨ ਨਾ ਆਪਣੇ ਪਰਿਵਾਰ ਦਾ ਖਿਆਲ ਕਰਦਾ ਹੈ, ਨਾ ਹੀ ਉਹਨੂੰ ਸਮਾਜ ਦਾ ਡਰ ਰਹਿੰਦਾ ਹੈ, ਨਾ ਉਹਨੂੰ ਕਿਸੇ ਕਾਨੂੰਨ ਦਾ ਡਰ ਰਹਿੰਦਾ ਹੈ, ਔਰ ਨਾ ਹੀ ਉਸ ਨੂੰ ਰੱਬ ਦਾ ਭੈ ਰਹਿੰਦਾ ਹੈ। ਨਸ਼ਾ ਉਹ ਹਾਲਤ ਹੈ ਜਿਸ ਹਾਲਤ ਵਿੱਚ ਇਨਸਾਨ ਕਈ ਵਾਰੀ ਹਵਾਈ ਐਸੇ ਬਣਾਉਂਦਾ ਰਹਿੰਦਾ ਆਪਣੇ ਮਨ ਦੇ ਅੰਦਰ ਯੰਤਰ, ਜਾਂ ਆਪਾਂ ਹਵਾਈ ਕਿਲੇ ਕਹਿ ਲਈਏ, ਬਈ ਆਪਣੀ ਸੋਚ ਦੇ ਅੰਦਰ ਹੀ ਇਨਸਾਨ ਡੁੱਬਿਆ ਰਹਿੰਦਾ ਹੈ। ਚਾਹੁੰਦਾ ਤਾਂ ਉਹ ਇਹ ਹੈ ਨਸ਼ਾ ਕਰਕੇ ਮੈਂ ਆਪਣੀਆਂ ਦਿੱਕਤਾਂ ਤੋਂ, ਮੁਸ਼ਕਲਾਤਾਂ ਤੋਂ ਖਲਾਸੀ ਪਾ ਲਵਾਂ, ਪਰ ਕੋਈ ਗੰਦਗੀ ਨੂੰ ਰੇਸ਼ਮ ਦੇ ਕੱਪੜੇ ਨਾਲ ਢੱਕ ਦੇਵੇ ਤਾਂ ਉਹ ਗੰਦਗੀ ਦੀ ਬਦਬੂ ਨਹੀਂ ਮਾਰੀ ਜਾ ਸਕਦੀ।
ਕੁਝ ਸਮੇਂ ਵਾਸਤੇ ਉਹਨੂੰ ਢੱਕਿਆ ਜਾ ਸਕਦਾ ਹੈ। ਇਨਸਾਨ ਦੇ ਸਾਹਮਣੇ ਜੋ ਪ੍ਰੋਬਲਮ ਹੈ, ਜੋ ਮੁਸ਼ਕਲ ਹੈ, ਉਸ ਦਾ ਹੱਲ ਨਸ਼ਾ ਨਹੀਂ ਹੈ। ਨਸ਼ਾ ਕਰਕੇ ਥੋੜ੍ਹੀ ਦੇਰ ਵਾਸਤੇ ਇਨਸਾਨ ਦਾ ਇਹ ਜਿਹੜੀ ਸੋਚਣ ਵਾਲੀ ਨਰਵਸ ਸਮਤਾ ਹੈ, ਜੋ ਨਰਵਸ ਸਿਸਟਮ ਹੈ, ਉਹ ਥੋੜ੍ਹੀ ਦੇਰ ਵਾਸਤੇ ਹਾਂ ਸੁਣ ਜ਼ਰੂਰ ਹੋ ਜਾਂਦਾ ਹੈ, ਕਿਉਂਕਿ ਉਹਨੂੰ ਕੁਝ ਹੋਰ ਸੁਝਦਾ ਨਹੀਂ। ਇਸ ਅਵਸਥਾ ਨੂੰ ਜਿੱਥੇ ਇਨਸਾਨ ਚੰਗਾ ਸੋਚ ਨਹੀਂ ਸਕਦਾ, ਚੰਗਾ ਕਰ ਨਹੀਂ ਸਕਦਾ, ਆਪਣੇ ਹਵਾਈ ਕਿਲੇ ਬਣਾਉਂਦਾ ਰਹਿੰਦਾ ਹੈ, ਇੱਥੋਂ ਤੱਕ ਜਦੋਂ ਆਪਣੇ ਸਰੀਰ ਦੇ ਬਾਰੇ ਵੀ ਸੋਝੀ ਨਹੀਂ ਰਹਿੰਦੀ ਅਤੇ ਪਰਿਵਾਰ ਬਾਰੇ ਤਾਂ ਕੀ ਸੋਚੇਗਾ, ਉਸ ਹਾਲਤ ਨੂੰ, ਉਸ ਮਾੜੀ ਹਾਲਤ ਨੂੰ ਨਸ਼ਾ ਕਿਹਾ ਜਾਂਦਾ ਹੈ। ਸੋ ਨਸ਼ਾ ਦੋ ਤਰੀਕੇ ਦਾ ਨਸ਼ਾ ਹੁੰਦਾ ਜੀ, ਇੱਕ ਤਾਂ ਨਸ਼ਾ ਚੰਗਾ ਹੁੰਦਾ, ਹਾਂਜੀ, ਇੱਕ ਨਸ਼ਾ ਮਾੜਾ ਹੁੰਦਾ। ਬਿਲਕੁਲ ਜੀ, ਆਪਾਂ ਜਿਹੜੇ ਨਸ਼ੇ ਦੀ ਗੱਲ ਕਰ ਰਹੇ ਹਾਂ ਉਹ ਜੋ ਮਾੜੀ ਪ੍ਰਵਿਰਤੀ ਹੈ, ਹਾਂਜੀ, ਆਪਾਂ ਉਸ ਨਸ਼ੇ ਦੀ ਗੱਲ ਕਰ ਰਹੇ ਹਾਂ। ਬਿਲਕੁਲ, ਵੀ ਨਸ਼ੇ ਨੂੰ ਨਸ਼ਾ ਬੰਦਾ ਜਿਹੜਾ ਕਰਦਾ ਉਹਨੂੰ ਆਪਦੀ ਤਾਂ ਸੁਰਤ ਰਹਿੰਦੀ ਨਹੀਂ ਰਹਿੰਦੀ, ਬਿਲਕੁਲ, ਉਸ ਪਰਿਵਾਰਾਂ ਦੀ ਵੀ ਜਿਹੜੀ ਜੂਨ ਆ ਉਹ ਨਰਕ ਤੋਂ ਬਿਹਤਰ ਬਣਾ ਦਿੰਦੇ ਆ। ਬਿਲਕੁਲ, ਬਦਤਰ ਬਣਦੀ ਜਾਂਦੀ ਆ, ਹਾਂਜੀ, ਕਿਉਂਕਿ ਨਸ਼ੇ ਦੀ ਲੱਤ ਜਿਹੜੀ ਆ ਉਹ ਇਉਂ ਤਾਂ ਹੈ ਨਹੀਂ ਵੀ ਅੱਜ ਕੀਤਾ ਕੱਲ ਨੂੰ ਉਤਰ ਗਿਆ, ਹਾਂਜੀ, ਕੱਲ ਨੂੰ ਉਹਨੇ ਫੇਰ ਖਿੱਚ ਪਾਉਣੀ ਆ। ਬਿਲਕੁਲ, ਜਿਹੜਾ ਆਪਾਂ ਥੋੜ੍ਹਾ ਜਿਹਾ ਇਹਦਾ ਹੋਰ ਪੱਖ ਲੈ ਲਈਏ, ਹਾਂਜੀ, ਬਈ ਬੰਦਾ ਨਸ਼ਾ ਕਰਦਾ ਕਿਉਂ ਆ? ਅਸਲ ਵਿੱਚ ਇਨਸਾਨ ਜੋ ਕੁਝ ਦੇਖਦਾ ਹੈ, ਬੱਚਾ ਵੇਖੋ, ਸ਼ੁਰੂਆਤ 'ਚ ਆਪਾਂ ਕਰ ਲਈਏ, ਜੀ ਜੀ, ਬੱਚੇ ਦੇ ਸਿੱਖਣ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲਾਂ ਉਹਦਾ ਟੀਚਰ ਹੈ ਉਹਦਾ ਆਪਣਾ ਮਾਤਾ ਪਿਤਾ। ਬਿਲਕੁਲ ਜੀ, ਜਿਹੜਾ ਪਿਤਾ ਆਪ ਖੁਦ ਨਸ਼ਾ ਕਰਦਾ ਹੋਏਗਾ ਜਾਂ ਪਰਿਵਾਰ ਦੇ ਵਿੱਚੋਂ ਕੁਝ ਕੋਈ ਨਸ਼ਾ ਕਰਦਾ ਹੋਏਗਾ, ਬੱਚੇ ਨੇ ਜੋ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣਾ ਹੈ ਉਹ ਚਿੱਤਰ ਉਹਦੇ ਮਨ ਦੇ ਉੱਤੇ ਪ੍ਰਭਾਵ ਪਾਏਗਾ। ਜਿਹੜਾ ਮਾਤਾ ਪਿਤਾ ਆਪ ਖੁਦ ਨਸ਼ਾ ਕਰਦਾ ਹੋਏਗਾ ਉਹ ਬੱਚਿਆਂ ਨੂੰ ਚਾਹੇਗਾ ਵੀ ਰੋਕ ਨਹੀਂ ਸਕਦਾ, ਕਿਉਂਕਿ ਬੱਚੇ ਦੇ ਉੱਤੇ ਪ੍ਰਭਾਵ ਪਏਗਾ ਵੀ ਆਖਰ ਜੇ ਪਿਤਾ ਮੇਰਾ ਨਸ਼ਾ ਕਰਦਾ ਹੈ ਜਾਂ ਪਰਿਵਾਰ ਦਾ ਕੋਈ ਹੋਰ ਸਦੱਸਿਆ ਨਸ਼ੇ ਦੇ ਅੰਦਰ ਜੁੜਿਆ ਹੈ, ਕੀ ਹੋਏਗਾ ਨਸ਼ੇ ਵਿੱਚ? ਆਖਰ ਕੋਈ ਨਾ ਕੋਈ ਖਾਸੀਅਤ ਹੋਏਗੀ। ਕਈ ਵਾਰੀ ਮਾਤਾ ਪਿਤਾ ਆਪ ਖੁਦ ਦਬਾਉਣ ਦਾ ਯਤਨ ਕਰਦਾ ਹੈ ਬੱਚੇ ਨੂੰ, ਬੇਟਾ ਤੂੰ ਇਸ ਤੋਂ ਹਟਣਾ ਕਰ, ਪਰ ਲੁਕਵੇਂ ਢੰਗ ਦੇ ਅੰਦਰ ਬੱਚਾ ਭਾਵੇਂ ਕਈ ਮੂੰਹ ਤੇ ਵੀ ਕਹਿ ਦਿੰਦੇ ਨੇ, ਕਈ ਲੁਕਵੇਂ ਢੰਗ ਵਿੱਚ ਇਹ ਸੋਚਦੇ ਨੇ ਵੀ ਜੇ ਏਡਾ ਮਾੜਾ ਨਸ਼ਾ ਹੈ ਤੇ ਪਿਤਾ ਜੀ ਤੁਸੀਂ ਕਿਉਂ ਕਰਦੇ ਹੋ ਜਾਂ ਪਰਿਵਾਰ ਦੇ ਦੂਸਰੇ ਜੀ ਕਿਉਂ ਕਰਦੇ ਨੇ। ਫਿਰ ਫਿਰ ਬੱਚਾ ਇਹ ਵੀ ਸੋਚਦਾ ਹੈ ਵੀ ਆਖਰ ਇੱਕ ਵਾਰ ਚੱਕ ਕੇ ਦੇ ਦੇਖਾਂ ਜਿਹੜੇ ਮੇਰਾ ਮਾਤਾ ਪਿਤਾ ਰੋਜ਼ ਇਹ ਨਸ਼ਾ ਕਰਦਾ ਹੈ ਜਾਂ ਪਰਿਵਾਰ ਦੇ ਹੋਰ ਸਦੱਸਿਆ ਨਸ਼ੇ ਦੇ ਨਾਲ ਜੁੜੇ ਨੇ। ਫਿਰ ਕੇਵਲ ਇੱਥੇ ਸੀਮਤ ਨਹੀਂ, ਅੱਜ ਸਾਡੇ ਸਕੂਲਾਂ ਅਤੇ ਕਾਲਜਾਂ ਦੀ ਵੀ ਜਿਹੜੀ ਹਾਲਤ ਬਣ ਚੁੱਕੀ ਹੈ, ਨਸ਼ਾ ਉੱਥੇ ਵੀ, ਕਿਉਂਕਿ ਇੱਕ ਇਹ ਕਹਿ ਲਈਏ ਵੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ, ਉਹ ਵੀ ਇੱਥੇ ਪੱਖ ਤੋਂ ਅਵੇਸਲੇ ਹੋ ਗਿਆ, ਬੰਦਾ ਨਸ਼ਾ ਲੱਗਣ ਦੇ ਕਾਰਨ ਕੀ ਹੋ ਰਹੇ ਨੇ, ਸਕੂਲਾਂ ਕਾਲਜਾਂ ਦੇ ਅੰਦਰ ਵੀ ਨਸ਼ੇ ਇਹ ਇਵੇਂ ਵਿਕ ਰਹੇ ਨੇ ਜਿਵੇਂ ਆਵਾਜ਼ਾਂ ਮਾਰ ਕੇ ਵਿਕਣ ਵਾਲੀ ਗੱਲ ਹੈ। ਇਸ ਨਸ਼ੇ ਦੇ ਮਾਮਲੇ ਦੇ ਅੰਦਰ ਆਪਾਂ ਇਹ ਦੇਖੀਏ ਵੀ ਜਦੋਂ ਆਮ ਚੀਜ਼, ਜੇ ਆਪਾਂ ਪੰਜਾਬ ਦੀ ਧਰਤੀ ਦੀ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ, ਨਸ਼ਾ ਇੱਕ ਆਮ ਜੀ ਚੀਜ਼ ਹੋ ਗਿਆ ਹੈ, ਹਰ ਥਾਂ ਤੋਂ ਇਨਸਾਨ ਨੂੰ ਨਸ਼ਾ ਮਿਲ ਜਾਂਦਾ, ਪੰਜਾਬ ਦੀ ਧਰਤੀ ਉੱਤੇ ਤੇ ਖਾਸ ਕਰ ਨਸ਼ਾ ਮਿਲਦਾ ਹੈ। ਹੁਣ ਜਿੱਥੇ ਪਰਿਵਾਰ ਤੋਂ ਬੱਚੇ ਨੇ ਸਿੱਖਿਆ, ਦੂਸਰਾ ਉਹਨੇ ਸਕੂਲ 'ਚ ਸਿੱਖਣਾ, ਜਿਹੜਾ ਉਹ ਗਿਆ ਸਕੂਲ ਦੇ ਵਿੱਚ ਕੀ ਕੁਝ ਦੇਖਿਆ। ਅਸੀਂ ਕਈ ਵਾਰੀ ਪੇਰੈਂਟਸ ਕੀ ਕਰਦਾ ਹੈ, ਕਈ ਵਾਰੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਲੇ ਵੇ ਸਕੂਲਾਂ ਦੇ ਅੰਦਰ ਭੇਜ ਦਿੰਦੇ ਨੇ, ਉੱਥੇ ਉਹ ਕੀ ਕਰਦੇ ਨੇ ਵੀ ਚਲੋ ਅਸੀਂ ਆਪਣੇ ਜੋਬ ਤੇ ਜਾਣਾ ਹੈ ਤੇ ਇਹਨਾਂ ਦੀ ਜ਼ਿੰਮੇਦਾਰੀ, ਜਿਹੜੇ ਬੱਚੇ ਇਸ ਸਕੂਲਾਂ ਦੇ ਇੱਥੇ ਇਹਨਾਂ ਥਾਵਾਂ ਤੇ ਜਾ ਕੇ, ਚਲੋ ਅਸੀਂ, ਸਾਡੀ ਜ਼ਿੰਮੇਦਾਰੀ ਖਤਮ ਹੋ ਗਈ, ਉੱਥੇ ਇਹਨਾਂ ਦੀ ਸੰਭਾਲ ਹੋ ਜਾਏਗੀ। ਜੀ ਜੀ ਜੀ, ਕੀ ਦੇਖਣ ਵਿੱਚ ਆਇਆ ਪਿਛਲੇ ਦਿਨੀ ਅਖਬਾਰਾਂ ਦੀਆਂ ਇਹ ਸੁਰਖੀਆਂ ਬਣੀਆਂ ਰਹੀਆਂ ਨੇ ਇਹ ਖਬਰਾਂ
ਬਈ ਉਹਨਾਂ ਸਕੂਲਾਂ ਦੇ ਵਿੱਚ ਕੀਤਾ ਕੀ ਜਾਂਦਾ ਹੈ, ਬੱਚੇ ਨੂੰ ਕੁਝ ਵਕਤ ਸਵਾਉਣ ਵਾਸਤੇ ਦੁੱਧ ਦੇ ਅੰਦਰ ਕੋਈ ਨਸ਼ੀਲਾ ਪਦਾਰਥ ਪਾਇਆ ਜਾਂਦਾ ਹੈ ਤਾਂ ਕਿ ਕੁਝ ਸਮੇਂ ਵਾਸਤੇ ਬੱਚੇ ਆਰਾਮ ਕਰ ਲੈਣ, ਸੁੱਤੇ ਰਹਿਣ ਇਸ ਸਕੂਲ ਦੇ ਅੰਦਰ, ਅਤੇ ਉਸ ਤੋਂ ਬਾਅਦ ਕੀ ਕੀਤਾ ਜਾਏ, ਉਦੋਂ ਪੇਰੈਂਟਸ ਆਉਣਗੇ ਅਤੇ ਬੱਚੇ ਨੂੰ ਲੈ ਜਾਣਗੇ, ਉੱਥੋਂ ਵੀ ਆਰੰਭਤਾ ਹੋ ਗਈ। ਜਿਹਨਾਂ ਜਿਹੜੀਆਂ ਥਾਵਾਂ ਤੋਂ ਚੰਗੀ ਸੇਧ ਮਿਲਣੀ ਚਾਹੀਦੀ ਸੀ ਉੱਥੇ ਵੀ ਨਸ਼ਾ ਪ੍ਰਬਲ ਹੋ ਗਿਆ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਜਦੋਂ ਬੱਚਾ ਕੀ ਜਾਂਦਾ ਹੈ ਪੈਲਸ ਆਦਿ 'ਚ ਜਾਂਦਾ ਹੈ ਜਾਂ ਕਲੱਬਾਂ ਆਦਿ ਇਹਨਾਂ ਥਾਵਾਂ ਦੇ ਉੱਤੇ ਜਾਂਦਾ ਹੈ, ਉੱਥੇ ਬਾਰ ਬਾਰ ਇੱਕ ਕੋਲ ਸ਼ਰਾਬ ਦਾ ਨਸ਼ਾ ਲੈ ਕੇ ਜਾਂ ਦਾਰੂ ਬੋਤਲ ਦੇ ਵਿੱਚੋਂ ਗਲਾਸੀ ਦੇ ਵਿੱਚ ਪਾ ਕੇ ਵੇਟਰ ਆਦਿ ਆਉਂਦੇ ਨੇ, ਉਹ ਵੀ ਇਸ ਪ੍ਰਥਾ ਕਹਿੰਦੇ ਨੇ ਵੀ ਥੋੜਾ ਅੱਗੇ ਕਰਦੇ ਨੇ। ਕਈ ਵਾਰੀ ਦੋਸਤ ਮਿੱਤਰ ਵੀ ਕਹਿੰਦੇ ਨੇ ਭਾਈ ਇੱਕ ਵਾਰੀ ਚੱਕ ਕੇ ਦੇ, ਤੇ ਫਿਰ ਬੱਚਾ ਕੀ ਕਰਦਾ ਹੈ ਉਹਨੂੰ ਸਮਝ ਨਹੀਂ ਇੰਨੀ, ਸਮਝ ਸੋਚ ਉਹਦੀ ਇੰਨਾ ਕੰਮ ਨਹੀਂ ਕਰਦੀ। ਦੋਸਤਾਂ ਦੇ ਕਹਿਣ ਦੇ ਉੱਤੇ ਵੀ ਕਈ ਵਾਰੀ ਉਹ ਬੱਚਾ ਇੱਕ ਵਾਰ ਨਸ਼ਾ ਮੂੰਹ ਤੇ ਲਾ ਲੈਂਦਾ ਹੈ, ਸਰੂਰ ਇੱਕ ਵਾਰ ਆਉਂਦਾ ਤੇ ਉਸ ਨਸ਼ੇ ਦੇ ਅੰਦਰ ਬੱਚੇ ਨੇ ਨੱਚਣਾ ਟੱਪਣਾ ਆਰੰਭ ਕਰ ਦਿੱਤਾ। ਜਦੋਂ ਉਹ ਨਸ਼ਾ ਟੁੱਟਾ ਤੇ ਫਿਰ ਉਸਨੇ ਨਸ਼ਾ ਮੰਗਿਆ, ਇੱਥੋਂ ਵੀ ਦੁਖਾਂਤ ਇਹ ਵਾਪਰਿਆ। ਇਸ ਤੋਂ ਅੱਗੇ ਆਪਾਂ ਚੱਲੀਏ, ਸੰਗਤ ਦਾ ਪ੍ਰਭਾਵ ਕੀ ਹੈ, ਕਿਸ ਥਾਂ ਦੇ ਉੱਤੇ ਬੱਚੇ ਵਿਚਰ ਰਹੇ ਨੇ, ਕਿਉਂਕਿ ਅੱਜ ਦਾ ਮਾਹੌਲ ਬੱਚਿਆਂ ਦੀ ਕੇਅਰ ਕਰਨ ਦੀ ਜ਼ਰੂਰਤ ਹੈ, ਕਿਹੜੀਆਂ ਥਾਵਾਂ 'ਤੇ ਸਾਡੇ ਬੱਚੇ ਜਾ ਰਹੇ ਨੇ ਇਹਨਾਂ ਦਾ ਖਿਆਲ ਕਰਨ ਦੀ ਲੋੜ ਹੈ। ਜਿਹੜੀਆਂ ਸੰਗਤਾਂ ਦੇ ਵਿੱਚ ਜਿਹੜੀ ਸੰਗਤ ਭਾਵ ਕਿ ਸੁਸਾਇਟੀ ਜਾਂ ਜੋ ਇਉਂ ਕਹਿ ਲਈਏ ਵੀ ਜਿਹੜੀਆਂ ਥਾਵਾਂ 'ਤੇ ਹੋਰ ਕੋਈ ਬੱਚੇ ਨਸ਼ਾ ਕਰਦੇ ਹੋਣਗੇ, ਜਿਹੜਾ ਲਗਾਤਾਰ ਉਹਨਾਂ ਦੇ ਪ੍ਰਭਾਵ ਦੇ ਅੰਦਰ ਆਏਗਾ ਉਹ ਵੀ ਨਸ਼ਾ ਜ਼ਰੂਰ ਕਰੇਗਾ, ਉਹਦੇ ਉੱਤੇ ਵੀ ਨਸ਼ੇ ਦਾ ਪ੍ਰਭਾਵ ਜ਼ਰੂਰ ਪਏਗਾ। ਇਸ ਤੋਂ ਅਗਲੀ ਆਪਾਂ ਗੱਲ ਕਰੀਏ ਵੀ ਨਸ਼ੇ ਦਾ ਪ੍ਰਭਾਵ ਹੋਰ ਕਿਹੜੀਆਂ ਥਾਵਾਂ 'ਤੇ ਪੈਂਦਾ ਹੈ। ਜਿੱਥੇ ਇਹ ਹੈ ਉੱਥੇ ਕਾਮੀ ਲੋਕਾਂ ਨੂੰ ਕੰਮ ਜ਼ਿਆਦਾ ਕਰਾਉਣ ਵਾਸਤੇ ਕਾਰਖਾਨੇ ਦੇ ਮਾਲਕ ਜਾਂ ਹੋਰ ਫੈਕਟਰੀਆਂ ਦੇ ਮਾਲਕ ਉਹ ਵੀ ਇੱਕ ਆਸਰਾ ਦਿੰਦੇ ਨੇ ਵੀ ਅਸੀਂ ਇਹਨਾਂ ਤੋਂ ਕੰਮ ਜ਼ਿਆਦਾ ਲੈ ਸਕੀਏ। ਉੱਥੇ ਕੀ ਯਤਨ ਕੀਤਾ ਜਾਂਦਾ ਹੈ, ਕਹਿ ਦਿੰਦੇ ਨੇ ਤੁਹਾਡੀ 500 ਮੀਲ ਦੀ ਚਾਹ, 200 ਮੀਲ ਦੀ ਚਾਹ, ਉਹ ਚਾਹ ਦੇ ਵਿੱਚ ਨਸ਼ਾ ਪਾ ਕੇ ਦਿੰਦੇ ਨੇ। ਹਾਲਾਂਕਿ ਉਸ ਵਕਤ ਮਜ਼ਦੂਰ ਦਾ ਸ਼ੋਸ਼ਣ ਹੋ ਰਿਹਾ ਹੁੰਦਾ ਪਰ ਉਸਨੂੰ ਇਸ ਗੱਲ ਦਾ ਪਤਾ ਨਹੀਂ, ਉਹ ਗਾਹੇ ਅਵਗਾਹੇ ਨਸ਼ੇ ਦੇ ਅੰਦਰ ਲੱਗ ਜਾਂਦਾ ਹੈ ਅਤੇ ਖੁਸ਼ੀ ਮਨਾਉਂਦਾ ਹੈ, ਪਰ ਐਸਤਾ ਐਸਤਾ ਇਹ ਨਸ਼ਾ ਸਰੀਰ ਦੇ ਅੰਦਰ ਪ੍ਰਵੇਸ਼ ਕਰੀ ਜਾਂਦਾ ਹੈ ਅਤੇ ਫਿਰ ਇਸ ਨਸ਼ੇ ਤੋਂ ਬਗੈਰ ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ, ਉਹਨਾਂ ਦਾ ਨਸ਼ਾ ਟੁੱਟਦਾ ਹੈ, ਹੋਰ ਨਸ਼ਾ ਮੰਨਦੇ ਨੇ, ਆਦੀ ਬਣਦੇ ਜਾਂਦੇ ਨੇ ਉਹ ਇਸ ਚੀਜ਼ ਦੇ, ਉਹ ਤੇ ਆਪਣਾ ਕੰਮ ਲੈ ਰਹੇ ਨੇ। ਪਰ ਇੱਥੇ ਮਜ਼ਦੂਰ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੇ ਅੰਦਰ ਉਹਦੇ ਭਵਿੱਖ ਵਾਸਤੇ ਚਿੰਤਾ ਦਾ ਵਿਸ਼ਾ ਹੈ। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਜਿੱਥੇ ਇਹ ਚੀਜ਼ਾਂ ਨੇ ਸਾਡਾ ਅੱਜ ਰੋਜ਼ਗਾਰ ਦੀ ਕਮੀ ਹੈ, ਕਿਉਂਕਿ ਰੋਜ਼ਗਾਰ ਦੀਆਂ ਸਹੂਲਤਾਂ ਨਾ ਮਿਲ ਕਰਕੇ ਬੱਚਿਆਂ ਨੂੰ ਇੱਕ ਤਾਂ ਉਹਨਾਂ ਦੀ ਪੜ੍ਹਾਈ ਉਸ ਮੁਕਾਬਲੇ ਜੋ ਚਾਹੀਦੀ ਹੈ ਉਸ ਲੈਵਲ ਦੀ ਪੜ੍ਹਾਈ ਉਹਨਾਂ ਦੀ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਕਿਸੇ ਕੰਪਨੀ ਨੇ ਅਗਰ ਬੱਚਿਆਂ ਨੂੰ ਲੈਣਾ ਹੈ ਉਹ ਪਹਿਲਾਂ ਦੇਖਦੇ ਨੇ ਕਿੰਨੇ ਪਰਸੈਂਟੇਜ ਹੈ, ਉਸੇ ਹਿਸਾਬ ਦੇ ਨਾਲ ਉਹਨਾਂ ਨੌਕਰੀ ਦਿੱਤੀ ਜਾਂਦੀ ਹੈ। ਜੇ ਬੱਚਿਆਂ ਦੇ ਨੰਬਰ ਆਦਿ ਘੱਟ ਨੇ ਹੁਣ ਉਹਨਾਂ ਨੂੰ ਉਸ ਹਿਸਾਬ ਦੀ ਨੌਕਰੀ ਨਹੀਂ ਮਿਲਦੀ, ਆਪ ਉਹ ਕੀਤਾ ਹੱਥੀ ਕੁਝ ਕਰਕੇ ਰਾਜ਼ੀ ਨਹੀਂ ਵੀ ਹੱਥ ਨਾਲ ਵੀ ਕੋਈ ਮਿਹਨਤ ਕਰ ਲਈਏ, ਫਿਰ ਉਹ ਕੀ ਕਰਦੇ ਨੇ ਨਸ਼ੇ ਦਾ, ਕਿਉਂਕਿ ਘਰ ਦੇ ਪਰਿਵਾਰ ਵਾਲੇ ਜੀ ਜਿਹੜੇ ਨੇ ਉਹਨਾਂ ਦੇ ਹੱਥਾਂ ਵੱਲ ਦੇਖਦੇ ਨੇ, ਉਹ ਫਿਰ ਯਤਨ ਇਹ ਕਰਦੇ ਨੇ ਵੀ ਇਸ ਮੁਸ਼ਕਲ ਤੋਂ ਇਹ ਤੋਂ ਕਿਸੇ ਤਰੀਕੇ ਨਾਲ ਬਚਿਆ ਜਾ ਸਕੇ, ਇਸ ਮੁਸ਼ਕਲ ਤੋਂ ਛੁੱਟਿਆ ਜਾ ਸਕੇ। ਉਸ ਵਕਤ ਉਹ ਨਸ਼ਿਆਂ ਦਾ ਸਹਾਰਾ ਲੈਂਦੇ ਨੇ, ਇੱਕ ਵਾਰ ਨਸ਼ੇ ਦਾ ਸਹਾਰਾ ਲੈ ਲਿਆ ਫਿਰ ਪੂਰੀ ਜ਼ਿੰਦਗੀ ਇਸ ਦੇ ਆਦੀ ਬਣਦੇ ਤੁਰੇ ਜਾਂਦੇ ਨੇ। ਇਹ ਨਸ਼ਾ ਇਸ ਤਰੀਕੇ ਨਾਲ ਪ੍ਰਭਾਵ ਪਾਉਂਦਾ ਜਾਂਦਾ ਹੈ ਅਤੇ ਐਡਾ ਵੱਡਾ ਇਹ ਨੁਕਸਾਨ ਕਰਦਾ ਹੈ ਸਰੀਰ ਦੇ ਉੱਤੇ, ਜਿਵੇਂ ਜਿਵੇਂ ਐਸਤਾ ਐਸਤਾ ਇਹ ਨਸ਼ਾ ਅੰਦਰ ਪ੍ਰਵੇਸ਼ ਕਰੀ ਜਾਂਦਾ ਹੈ ਉਵੇਂ ਉਵੇਂ ਦੁਖਾਂਤ ਹੋਰ ਵਾਪਰਦਾ ਜਾਂਦਾ ਹੈ। ਇੱਕ ਤਾਂ ਪਹਿਲਾਂ ਰੁਜ਼ਗਾਰ ਨਹੀਂ ਮਿਲਿਆ,
ਬੇਰੋਜ਼ਗਾਰੀ ਦੇ ਕਾਰਨ ਪਹਿਲਾਂ ਦੁੱਖ ਅਤੇ ਹੁਣ ਇਹ ਨਸ਼ੇ ਨੂੰ ਵੀ ਪੂਰਾ ਕਰਨ ਦਾ ਦੁੱਖ ਵੀ ਹੁਣ ਨਸ਼ੇ ਨੂੰ ਵੀ ਪੂਰਾ ਕਿਸ ਤਰੀਕੇ ਨਾਲ ਕੀਤਾ ਜਾਵੇ, ਨਸ਼ੇ ਨੂੰ ਪੂਰਾ ਕਰਨ ਦੇ ਹੋਰ ਅਨੇਕਾਂ ਯਤਨ ਕੀਤੇ ਜਾਂਦੇ ਨੇ, ਫਿਰ ਪਰਿਵਾਰ ਦੇ ਉੱਤੇ ਹੋਰ ਬਲਕਿ ਬੋਝ ਬਣੀ ਜਾਂਦਾ ਹੈ ਐਸਾ ਇਨਸਾਨ। ਜਿੱਥੇ ਇਹ ਸਭ ਕੁਝ ਵਾਪਰਦਾ ਹੈ ਉੱਥੇ ਬੱਚੇ ਦੇ ਅੰਦਰ ਜੋ ਕੁਝ ਸੋਚ ਸਮਤਾ ਬੰਦੇ ਦੀ ਬੱਚੇ ਦੀ ਅੱਜ ਕੰਮ ਕਰ ਰਹੀ ਹੈ ਸਾਡੇ ਸਕੂਲਾਂ ਕਾਲਜਾਂ ਦੇ ਅੰਦਰ ਅਤੇ ਇਹ ਮੁਫ਼ਤ ਦੇ ਅੰਦਰ ਹੀ ਸਮਝ ਲਓ ਵੰਡੀਆਂ ਜਾ ਰਹੀਆਂ ਨੇ ਇਹ ਚੀਜ਼ਾਂ, ਇਸ ਕਰਕੇ ਬੱਚੇ ਦੇ ਉੱਤੇ ਇਹ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ। ਦੂਸਰੀ ਗੱਲ ਹੋਰ ਖਿਆਲ ਕਰਨਾ, ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਨੇ, ਉਹ ਕੀ ਅਗਰ ਯਤਨ ਕਰਨ ਤਾਂ ਸਭ ਕੁਝ ਹੋ ਸਕਦਾ ਹੈ, ਪਰ ਉਹ ਆਪਣੇ ਯਤਨ ਵਿੱਚ ਕਾਮਯਾਬ ਹੋ ਗਈਆਂ ਨੇ। ਇੱਕ ਪੱਖ ਸਾਡਾ ਕਮਜ਼ੋਰ ਹੋ ਗਿਆ ਹੈ। ਦੇਖੋ, ਇੱਕ ਪਿੰਡ ਆਦਿ ਦੇ ਅੰਦਰ ਜਿੰਨੇ ਠੇਕੇ ਨੇ ਜਾਂ ਹੋਰ ਥਾਵਾਂ ਦੇ ਉੱਤੇ ਜਿੰਨੇ ਠੇਕੇ ਖੁੱਲ੍ਹ ਚੁੱਕੇ ਨੇ ਜਾਂ ਧਾਰਮਿਕ ਸਥਾਨ ਵੀ ਉਨੇ ਨੇ, ਗੁਰਦੁਆਰੇ ਆਦਿ ਜਾਂ ਧਾਰਮਿਕ ਹੋਰ ਸਥਾਨ ਨੇ, ਇੱਕ ਪੱਖ ਬੜਾ ਮਜ਼ਬੂਤ ਹੋ ਰਿਹਾ ਹੈ, ਲੋਕ ਨਸ਼ੇ ਵੱਲ ਨੂੰ ਤੁਰੇ ਜਾ ਰਹੇ ਨੇ, ਧਾਰਮਿਕ ਪੱਖ ਸਾਡਾ ਉਪਦੇਸ਼ ਦੇਣ ਦਾ ਕਮਜ਼ੋਰ ਹੁੰਦਾ ਜਾ ਰਿਹਾ ਹੈ। ਜਿੰਨਾ ਸਰਕਾਰ 'ਤੇ ਆਪਣਾ ਕੰਮ ਇਹ ਕਹਿ ਲਈਏ ਵੀ ਉਹਨਾਂ ਦੀ ਸੋਚ ਕੀ ਹੈ, ਇਹਨਾਂ ਨੂੰ ਹਨੇਰੇ ਦੇ ਵਿੱਚ ਪਰਜਾ ਨੂੰ ਰੱਖਿਆ ਜਾਏ, ਪਰਜਾ ਦੀ ਗਿਆਨ ਬਿਨ ਉਹਨਾਂ ਦੀ ਸੋਚ ਇਹ ਆ ਪਰਜਾ ਨੂੰ ਹਨੇਰੇ ਵਿੱਚ ਰੱਖਿਆ ਜਾਏ ਤਾਂ ਕਿ ਇਹਨਾਂ ਚੀਜ਼ਾਂ ਦੇ ਦੁਆਰਾ ਇਲੈਕਸ਼ਨ ਦੇ ਦੌਰਾਨ ਦਾਰੂ ਵੰਡੀ ਜਾਂਦੀ, ਫ੍ਰੀ ਦੀ ਵੰਡੀ ਜਾਂਦੀ, ਇੱਕ ਵਾਰ ਉਦੋਂ ਲੱਤ ਲੱਗ ਜਾਂਦੀ ਹੈ ਬੰਦੇ ਨੂੰ, ਉਸ ਤੋਂ ਬਾਅਦ ਜੀਵਨ ਭਰ ਉਹ ਛੱਡਦਾ ਨਹੀਂ, ਉਦੋਂ ਮੁਖਦ ਦੀ ਸਮਝ ਕੇ ਪੀਤੀ ਜਾ ਰਿਹਾ ਹੈ ਕਿਉਂਕਿ ਪੇਟੀਆਂ ਵੰਡੀਆਂ ਜਾ ਰਹੀਆਂ ਨੇ ਇਲੈਕਸ਼ਨ ਦੌਰਾਨ, ਅਤੇ ਉਸ ਵਕਤ ਇਹ ਲੱਤ ਲਾਈ ਜਾਂਦੀ ਹੈ, ਇੱਕ ਵਾਰ ਇਹ ਲੱਗ ਗਈ ਫਿਰ ਛੱਡਣੀ ਮੁਸ਼ਕਲ ਹੋ ਜਾਂਦੀ ਹੈ। ਹੁਣ ਇਹ ਕਹਿ ਲਈਏ ਵੀ ਉਹ ਆਪਣਾ ਕੰਮ ਜਿਹੜਾ ਉਹਨਾਂ ਨੇ ਇਮਾਨਦਾਰੀ ਨਾਲ ਕਰਨਾ ਸੀ, ਬਲਕਿ ਉਹ ਇਮਾਨਦਾਰੀ ਨਾਲ ਕੀ ਸਮਝ ਰਹੇ ਨੇ ਵੀ ਸਾਡਾ ਕੰਮ ਇਹ ਹੈ ਅਸੀਂ ਕਿਸੇ ਨੂੰ ਗੁੰਮਰਾਹ ਕਰਕੇ ਇਹਨਾਂ ਨੂੰ ਗੁੰਮਰਾਹ ਕਰੀ ਰੱਖੀਏ ਅਤੇ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਚਲਾਉਂਦੇ ਰਹੀਏ। ਮੈਂ ਸਮਝਣਾ ਬਈ ਉਹ ਆਪਣੇ ਕੰਮ ਦੇ ਅੰਦਰ ਕਾਮਯਾਬ ਹੋ ਗਏ ਨੇ, ਜੋ ਉਹ ਚਾਹੁੰਦੇ ਸਨ ਐਸਾ ਕੁਝ ਹੋ ਰਿਹਾ ਹੈ, ਵੈਸੇ ਹੀ ਉਸਨੇ ਸਮਾਜ ਨੂੰ ਸਿਰਜ ਦਿੱਤਾ ਹੈ। ਜੈਸੀ ਉਹਨਾਂ ਦੀ ਸੋਚ ਸੀ ਵੀ ਇਹਨਾਂ ਨੂੰ ਹਨੇਰੇ ਵਿੱਚ ਰੱਖਿਆ ਜਾਏ, ਉਹ ਹਨੇਰੇ ਦੇ ਵਿੱਚ ਇਸ ਨੂੰ ਰੱਖ ਰਹੇ ਨੇ। ਇਸ ਤੋਂ ਆਪਾਂ ਅੱਗੇ ਚੱਲੀਏ, ਜਿਵੇਂ ਗੁਰਦੁਆਰਿਆਂ ਆਦਿ ਦੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਜਦੋਂ ਆਪਾਂ ਦੇਖਦੇ ਹਾਂ ਪਾਰਟੀਬਾਜ਼ੀ ਆ ਜਾਂਦੀ ਹੈ, ਉਹ ਕਹਿੰਦੇ ਨੇ ਵੀ ਅਸੀਂ ਜਿੱਤਣਾ, ਅਸੀਂ ਅੱਜ ਕਮੇਟੀ ਸਾਡੀ ਬਣਨੀ ਚਾਹੀਦੀ। ਹੁਣ ਧਾਰਮਿਕ ਸਥਾਨਾਂ ਉੱਤੇ ਵੀ ਨਸ਼ਿਆਂ ਦੀ ਵਰਤੋਂ ਕਰਕੇ ਜਿੱਤਿਆ ਜਾ ਰਿਹਾ ਹੈ। ਤੁਸੀਂ ਹਿਸਾਬ ਲਾ ਲਓ ਵੀ ਜਿਨ੍ਹਾਂ ਥਾਵਾਂ ਤੋਂ ਨਸ਼ੇ ਤੋਂ ਮੁਕਤ ਕਰਨ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਨ, ਉਹਨਾਂ ਥਾਵਾਂ ਉੱਤੇ ਨਸ਼ੇ ਦੀ ਵਰਤੋਂ ਜਾਂ ਨਸ਼ੇ ਦਾ ਪ੍ਰਚਾਰ ਹੀ ਹੋ ਰਿਹਾ ਇੱਕ ਹਿਸਾਬ ਦੇ ਨਾਲ, ਜਦੋਂ ਨਸ਼ਿਆਂ ਦੀਆਂ ਪੇਟੀਆਂ ਵੰਡੀਆਂ ਜਾ ਰਹੀਆਂ ਨੇ ਤੇ ਇੱਕ ਹਿਸਾਬ ਦੇ ਨਾਲ ਇਹ ਨਸ਼ੇ ਦਾ ਪ੍ਰਚਾਰ ਹੋ ਰਿਹਾ। ਇਸ ਤੋਂ ਇਲਾਵਾ ਬੱਚੇ ਕੀ ਦੇਖਦੇ ਨੇ, ਟੀਵੀ ਆਦਿ ਦੇਖਦੇ ਨੇ, ਉੱਥੇ ਫਿਲਮੀ ਐਕਟਰਾਂ ਦੇ ਕੋਲੋਂ ਜਾਂ ਖਿਡਾਰੀਆਂ ਦੇ ਕੋਲੋਂ ਐਡ ਕਰਾਈ ਜਾਂਦੀ ਹੈ। ਉਹ ਕੀ ਕਰਦੇ ਨੇ, ਉਹ ਮਸ਼ਹੂਰੀ ਦੇ ਅੰਦਰ ਨਸ਼ਿਆਂ ਦੇ ਫਾਇਦੇ ਦੱਸਦੇ ਨੇ ਵੀ ਕਿਵੇਂ ਇਹਦਾ ਕੀ ਫਾਇਦਾ ਹੈ। ਹੁਣ ਚਮਕਦੇ ਹੋਏ ਪੈਕਟਾਂ ਦੇ ਅੰਦਰ ਜੇ ਬੱਚੇ ਦੇਖਦੇ ਨੇ, ਉਹ ਸੋਚਦੇ ਇੱਕ ਵਾਰ ਛੱਕ ਕੇ ਤੇ ਦੇਖੀਏ, ਇੱਕ ਵਾਰ ਇਹਨੂੰ ਪੀ ਕੇ ਜਾਂ ਖਾ ਕੇ ਤੇ ਦੇਖੀਏ ਵੀ ਇਹਦੇ ਵਿੱਚ ਹੈ ਕੀ। ਅਸਲ ਦੇ ਵਿੱਚ ਇਸ ਤਰੀਕੇ ਨਾਲ ਲੱਤ ਲੱਗਦੀ ਇੱਕ ਦਿਨ ਉਹ ਨਸ਼ੇੜੀ ਬਣ ਜਾਂਦੇ ਨੇ ਅਤੇ ਨਸ਼ੇ ਦਾ ਫਿਰ ਐਸਾ ਜੀਵਨ ਦੇ ਅੰਦਰ ਪ੍ਰਭਾਵ ਦਿਨੋ ਦਿਨ ਪੈਂਦਾ ਜਾਂਦਾ ਹੈ, ਇਸ ਨਸ਼ੇ ਤੋਂ ਮੁਕਤ ਹੋਣਾ ਮੁਸ਼ਕਲ ਹੋ ਜਾਂਦਾ ਹੈ। ਬੜੇ ਨਸ਼ੇ ਨੇ ਅੱਜ ਜੇ ਪੰਜਾਬ ਆਪਾਂ ਇਹ ਗੱਲ ਕਰੀਏ ਵੀ ਕਿੰਨੇ ਤਰੀਕੇ ਦੇ ਕਿਹੜੇ ਕਿਹੜੇ ਨਸ਼ੇ ਹੋ ਰਹੇ ਨੇ, ਜਿੱਥੇ ਇੱਕ ਸ਼ਰਾਬ ਦਾ ਨਸ਼ਾ ਸੀ ਪਹਿਲਾਂ, ਕਿਉਂਕਿ ਕਿਸੇ ਵਕਤ ਸਾਡਾ ਕਿਰਦਾਰ ਇਹ ਸੀ, ਸਿੱਖ ਦੇ ਬਾਬਤ ਇਹ ਕਿਹਾ ਜਾਂਦਾ ਸੀ ਵੀ ਸਿੱਖ ਜਿਹੜਾ ਹੈ ਉਹ ਸ਼ਰਾਬ ਆਦਿ ਕੋਈ ਨਸ਼ੇ ਦਾ ਸੇਵਨ ਨਹੀਂ ਕਰਦਾ। ਸਿੱਖ ਦੀ ਗਵਾਹੀ ਜਿਹੜੀ ਹੈ
ਅਗਰ ਉਹ ਅਦਾਲਤ ਦੇ ਵਿੱਚ ਦੇ ਦਿੰਦਾ ਸੀ, ਜੱਜ ਕਹਿੰਦਾ ਸੀ ਸਿੱਖ ਨੇ ਗਵਾਹੀ ਦੇ ਦਿੱਤੀ ਹੈ, ਇਹਦਾ ਮਤਲਬ ਸਿੱਖ ਦੀ ਗਵਾਹੀ ਤੋਂ ਬਾਅਦ ਹੋਰ ਕਿਸੇ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਗੁਰੂ ਨਾਨਕ ਦੇ ਦਰ ਦਾ ਸਿੱਖ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਪੁੱਤਰ, ਇਹ ਕਦੇ ਝੂਠ ਨਹੀਂ ਬੋਲਦਾ। ਅੱਜ ਬੰਦੇ ਨੇ ਆਪਣੀ ਜ਼ਮੀਰ ਵੇਚ ਲਈ ਹੈ ਨਸ਼ੇ ਕਰਨ ਵਾਲੇ ਨੇ, ਜਿੱਥੇ ਉਹ ਇਸ ਪਾਸੇ ਨੂੰ ਤੁਰ ਚੁੱਕਿਆ ਹੈ। ਹੁਣ ਕਿੰਨੇ ਤਰੀਕੇ ਦੇ ਅਗਾਂ ਨਸ਼ਿਆਂ ਦੀ ਗੱਲ ਆਪਾਂ ਜਦੋਂ ਕਰਾਂਗੇ ਤੇ ਕਿੰਨੇ ਤਰੀਕੇ ਦੇ ਨਸ਼ੇ ਆ ਜਾਣਗੇ। ਪਹਿਲਾਂ ਤੇ ਇਹ ਪੱਖ ਹੈ, ਇਹ ਜਿਹੜੇ ਨਸ਼ੇ ਨੇ ਇਸ ਤਰੀਕੇ ਦੇ ਨਾਲ ਮਨੁੱਖ ਦੇ ਜੀਵਨ ਦੇ ਅੰਦਰ ਆ ਕੇ ਉਹਦਾ ਪ੍ਰਭਾਵ ਪਾਉਂਦੇ ਨੇ ਤੇ ਐਸਤਾ ਐਸਤਾ ਉਸਨੂੰ ਇਸਦਾ ਆਦੀ ਬਣਾ ਦਿੰਦੇ ਨੇ। ਜਿਹੜੇ ਇੱਕ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਵੀ ਜਦੋਂ ਨਾ ਬੱਚਾ ਛੋਟਾ ਹੁੰਦਾ, ਹਾਂਜੀ, ਅਸੀਂ ਬੜੇ ਲਾਡਾਂ ਨਾਲ ਉਹਨਾਂ ਆਪਦੇ ਪੱਠ ਤੇ ਬਿਠਾ ਕੇ ਗੋਦੀ 'ਚ ਬਿਠਾ ਕੇ ਕਹਿੰਦੇ ਹਾਂ ਵੀ ਆ ਮੁੰਡਿਆ ਤੈਨੂੰ ਛਕਾ ਦਈਏ, ਉਹਦੇ ਮੂੰਹ ਨਾਲ ਬੜੇ ਚਾਵਾਂ ਨਾਲ ਲਾਉਂਦੇ ਹਾਂ ਵੀ ਕੋਈ ਗੱਲ ਨਹੀਂ ਸ਼ੇਰ ਬਣ ਸ਼ੇਰ। ਹਾਂਜੀ, ਉਦੋਂ ਅਸੀਂ ਸ਼ੇਰ ਬਣ ਕਰਕੇ ਉਹਨੂੰ ਅਸੀਂ ਉਹਨੂੰ ਚੁਕਾ ਦਿੰਦੇ ਹਾਂ। ਉਹੀ ਮੁੰਡਾ ਜਦੋਂ ਵੱਡਾ ਹੁੰਦਾ ਵਾ ਫਿਰ ਆਪਾਂ ਮਗਰ ਥਾਂ ਥਾਂ ਘੁੰਮਦੇ ਫਿਰਦੇ ਹਾਂ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਹਟਾਓ। ਕਾਰਨ ਕੀ ਹੈ? ਮਾਤਾ ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ। ਪਹਿਲਾਂ ਕਿਤੇ ਸਮਾਂ ਸੀ ਅਗਰ ਕੋਈ ਐਸਾ ਇੱਕ ਆਦਿ ਇਨਸਾਨ ਵੀ 100,000 ਦੇ ਵਿੱਚੋਂ ਇੱਕ ਆਦਿ ਨਸ਼ਾ ਕਰਕੇ ਕਿਤੇ ਨਸ਼ੇ ਦਾ ਆਦੀ ਹੋ ਵੀ ਜਾਂਦਾ ਤੇ ਉਹ ਉਨੀ ਦੇਰ ਤੱਕ ਘਰ ਨਹੀਂ ਸੀ ਪਰਤਦਾ ਵੀ ਜਿੰਨੀ ਦੇਰ ਤੱਕ ਉਹਦਾ ਨਸ਼ਾ ਉਤਰਦਾ ਨਹੀਂ ਸੀ, ਜਾਂ ਕਿਤੇ ਲੁਕ ਛੁਪ ਕੇ ਉਹ ਸਮਾਂ ਕੱਢਦਾ ਸੀ ਵੀ ਕਿਤੇ ਇੱਧਰ ਨੂੰ ਹੋ ਗਿਆ ਵੀ ਮੈਂ ਕਿਤੇ ਮੇਰੇ ਮਾਤਾ ਪਿਤਾ ਜਾਂ ਮੇਰੇ ਬਜ਼ੁਰਗ ਮੈਨੂੰ ਦੇਖ ਨਾ ਲੈਣ, ਬਾਕੀ ਬੱਚੇ ਵੀ ਨਾ ਦੇਖਣ। ਕਿਉਂ? ਕਾਰਨ ਕੀ ਹੈ? ਬਈ ਜੇਕਰ ਇਹਨਾਂ ਨੇ ਦੇਖ ਲਿਆ, ਇੱਕ ਤੇ ਘਰ ਪਰਿਵਾਰ ਵਾਲੇ ਮੇਰੇ ਤੇ ਗੁੱਸਾ ਕਰਨਗੇ, ਦੂਸਰਾ ਬੱਚਿਆਂ ਉੱਤੇ ਗਲਤ ਪ੍ਰਭਾਵ ਪਏਗਾ। ਇਹ ਬੰਦੇ ਦੀ ਪਹਿਲਾਂ ਸੋਚ ਸੀ ਤੇ ਸੋਚ ਮੁਤਾਬਕ ਉਹ ਚੱਲਦਾ ਸੀ। ਅਗਰ ਕੋਈ ਭੁੱਲ ਭੁਲੇਖੇ ਹਜ਼ਾਰਾਂ ਚੋਂ ਲੱਖਾਂ ਚੋਂ ਇੱਕ ਆਦਿ ਨਸ਼ਾ ਕਰ ਜਾਂਦਾ ਸੀ, ਉਹ ਘਰ ਨਹੀਂ ਸੀ ਪਰਦਾ, ਘਰ ਵਾਲਿਆਂ ਦਾ ਡਰ ਹੁੰਦਾ ਸੀ, ਪਰਿਵਾਰ ਦਾ ਡਰ ਹੁੰਦਾ ਸੀ, ਬਜ਼ੁਰਗਾਂ ਦਾ ਡਰ ਹੁੰਦਾ ਸੀ। ਅੱਜ ਸਮਾਂ ਐਸਾ ਬਦਲ ਗਿਆ ਹੈ ਬਈ ਜਿਨ੍ਹਾਂ ਬਜ਼ੁਰਗਾਂ ਦਾ ਪਹਿਲਾ ਡਰ ਸੀ ਉਹ ਵਿਚਾਰੇ ਬਜ਼ੁਰਗ ਆਪ ਡਰਦੇ ਨੇ। ਜੇਕਰ ਨਸ਼ਾ ਕਰਕੇ ਕੋਈ ਆ ਜਾਵੇ, ਜੇ ਪਰਿਵਾਰ ਉਹ ਹੌਕੇ ਠੰਡੇ ਤੇ ਭਰਦੇ ਨੇ, ਕਹਿਣ ਦਾ ਯਤਨ ਵੀ ਕਰਦੇ ਨੇ, ਪਰ ਡਰ ਹੈ ਉਹਨਾਂ ਨੂੰ ਇਸ ਗੱਲ ਦਾ ਵੀ ਇਹ ਬੱਚੇ ਜਿਹੜੇ ਨੇ ਕਦੇ ਕੋਈ ਗਲਤ ਕਦਮ ਨਾ ਚੁੱਕ ਲੈਣ। ਨਸ਼ਈ ਬੰਦੇ ਦਾ ਕੀ ਭਰੋਸਾ ਕੀਤਾ ਜਾ ਸਕਦਾ? ਮਾਂ ਬਾਪ ਦੇ ਖਿਲਾਫ਼ ਹੀ ਕੋਈ ਗਲਤ ਕਦਮ ਚੁੱਕ ਲੈਣ? ਦੂਸਰਾ, ਮਾਤਾ ਪਿਤਾ ਦੀ ਉਹ ਜ਼ਿੰਮੇਦਾਰੀ ਸੀਗੀ ਜਿਹੜਾ ਬੱਚਿਆਂ ਨੂੰ ਚੰਗਾ ਸੇਧ ਦੇਣਾ। ਸਿਆਣੇ ਲੋਕ ਕਹਿੰਦੇ ਨੇ, ਕਹਿੰਦੇ ਨੇ ਭਾਈ ਵੀਰ ਸਿੰਘ ਨਾਲ ਵੀ ਇਹ ਗੱਲ ਜੋੜੀ ਗਈ ਹੈ, ਕਈਆਂ ਨੇ ਇੱਕ ਕਿਹਾ ਹੈ ਡਾਕਟਰ ਦੇ ਨਾਲ ਵੀ, ਡਾਕਟਰ ਦੇ ਕੋਲ ਸਲਾਹ ਲੈਣ ਵਾਸਤੇ ਮਾਤਾ ਪਿਤਾ ਗਏ ਵੀ ਅਗਰ ਬੱਚੇ ਨੂੰ ਆਪਾਂ ਸਹੀ ਰਸਤੇ ਉੱਤੇ ਤੋਰਨਾ ਹੈ ਤੇ ਕਿੰਨੀ ਦੇਰ ਕਿੰਨਾ ਕਦੋਂ ਉਸਦੀ ਪੜ੍ਹਾਈ ਮਤਲਬ ਕਿ ਕਦੋਂ ਉਸਨੂੰ ਸਿਖਾਉਣਾ, ਚੰਗੇ ਗੁਣ ਆਰੰਭ ਕਰ ਦੇਣੇ ਚਾਹੀਦੇ ਨੇ, ਤੇ ਡਾਕਟਰ ਸਾਹਿਬ ਕਹਿੰਦੇ ਨੇ ਵੀ ਘੱਟੋ ਘੱਟ 1 ਸਾਲ ਪਹਿਲਾਂ ਤੁਹਾਨੂੰ ਉਹ ਬੱਚੇ ਨੂੰ ਸਿਖਾਉਣਾ ਆਰੰਭ ਕਰ ਦੇਣਾ ਚਾਹੀਦਾ ਹੈ। ਉਹ ਕਮਾਲ ਦੀ ਗੱਲ, ਉਹ ਮਾਤਾ ਪਿਤਾ ਸਵਾਲ ਕਰਦਾ ਹੈ ਵੀ ਆਖਰ ਡਾਕਟਰ ਸਾਹਿਬ ਜਿਹੜਾ ਅਜੇ ਬੱਚਾ ਸੰਸਾਰ ਦੇ ਅੰਦਰ ਹੀ ਨਹੀਂ ਆਇਆ ਤੇ ਉਸ ਨੂੰ ਅਸੀਂ ਸਿਖਾ ਕਿਵੇਂ ਸਕਦੇ ਹਾਂ? ਜਿਹਦਾ ਅਜੇ ਸੰਸਾਰ ਦੇ ਅੰਦਰ ਇਹ ਕਹਿ ਲਈਏ ਵੀ ਉਹਦਾ ਜਨਮ ਹੀ ਨਹੀਂ ਹੋਇਆ, ਉਹਨੂੰ ਅਸੀਂ ਸਿਖਾਈਏ ਤੇ ਕਿਸ ਤਰੀਕੇ ਨਾਲ ਸਿਖਾਈਏ? ਉਹਨੇ ਕਮਾਲ ਦੀ ਗੱਲ ਉਸ ਡਾਕਟਰ ਸਾਹਿਬ ਨੇ ਕਹੀ। ਉਹ ਕਹਿਣ ਲੱਗੇ, ਦੇਖੋ ਜੋ ਕੁਝ ਕੱਲ੍ਹ ਨੂੰ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ, 1 ਸਾਲ ਪਹਿਲਾਂ ਆਪਣੀ ਉਹ ਤਿਆਰੀ ਕਰ ਲਈਏ ਵੀ 1 ਸਾਲ ਪਹਿਲਾਂ ਆਪ ਤਿਆਰ ਬਰ ਤਿਆਰ ਹੋ ਜਾਈਏ ਵੀ ਅਸੀਂ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ ਆਹ ਕੁਝ ਸਿਖਾਉਣਾ ਹੈ। ਹੁਣ ਜਿਹੜਾ ਮਾਤਾ ਪਿਤਾ ਆਪ ਗੋਦ ਵਿੱਚ ਬਿਠਾ ਕੇ ਬੱਚੇ ਨੂੰ ਸ਼ਰਾਬ ਪੀਏਗਾ, ਅੱਜ ਉਹ ਲੱਤ ਲਾਏਗਾ, ਕੱਲ੍ਹ ਨੂੰ ਨਸ਼ੜੀ ਬਣ ਜਾਏਗਾ, ਤੇ ਜਿਹੜਾ ਹੁਣ ਦੇਖੋ ਇਹ ਦੁਖਾਂਤ ਵਾਪਰਿਆ ਸਾਡੇ ਪੰਜਾਬ ਦੀ ਧਰਤੀ ਉੱਤੇ, ਖਾਸ ਕਰ ਬਜ਼ੁਰਗ ਨਾਲ ਬੱਚਿਆਂ ਨੂੰ ਬਿਠਾ ਲੈਂਦੇ ਨੇ ਤੇ ਥੋੜ੍ਹਾ ਜਿਹਾ ਪਹਿਲੋਂ ਕਹਿੰਦੇ ਨੇ, ਹਾਲਾਂਕਿ ਬੱਚਾ ਉਸ ਵਕਤ ਇਨਕਾਰ ਕਰ ਰਿਹਾ ਹੁੰਦਾ ਹੈ, ਬੱਚਾ ਵਾਰ ਵਾਰ ਮਨਾ ਵੀ ਕਰਦਾ ਹੈ, ਪਰ ਫਿਰ ਵੀ ਕਈ ਵਾਰੀ
ਕਹਿ ਕੇ ਹੱਲਾ ਸ਼ੇਰੀ ਦੇ ਕੇ ਬਜ਼ੁਰਗ ਆਪ ਲਾ ਦਿੰਦੇ ਨੇ, ਕਿਉਂ ਉਹਨਾਂ ਨੂੰ ਇੱਕ ਸਾਥੀ ਲੱਭ ਜਾਂਦਾ ਹੈ, ਕਿਉਂਕਿ ਘਰ ਦੇ ਅੰਦਰ ਉਹ ਇਕੱਲੇ ਪੀਣਗੇ ਤੇ ਉਹਨਾਂ ਨੂੰ ਸ਼ਾਇਦ ਉਹ ਆਨੰਦ ਉਹ ਰਸ ਨਹੀਂ ਆਏਗਾ ਜੋ ਉਹਨਾਂ ਉਹ ਲੈਣਾ ਚਾਹੁੰਦੇ ਨੇ। ਹੁਣ ਉਹ ਨਾਲ ਦਾ ਇੱਕ ਸਾਥੀ ਪਾਲਦੇ ਨੇ ਤੇ ਉਹ ਸਾਥੀ ਬਣਾਉਣ ਦੇ ਚੱਕਰ ਦੇ ਅੰਦਰ ਇੱਕ ਹੋਰ ਜੀਵਨ ਨੂੰ ਨਸ਼ਿਆਂ ਦੀ ਦੁਨੀਆਂ ਦੇ ਅੰਦਰ ਧੱਕ ਦਿੰਦੇ ਨੇ। ਹੈ ਉਹਨਾਂ ਦੀ ਇਹ ਸਭ ਤੋਂ ਵੱਡੀ ਭੁੱਲ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਸੀ। ਹਾਲਾਂਕਿ ਸ਼ਰਾਬ ਦੀ ਬੋਤਲ ਦੇ ਉੱਤੇ ਬਕਾਇਦਾ ਤੌਰ ਤੇ ਇਹ ਗੱਲ ਲਿਖੀ ਹੈ ਵੀ ਇਹ ਜ਼ਹਿਰ ਹੈ, ਆਪਾਂ ਕੀ ਕਹਿੰਦੇ ਹਾਂ ਜ਼ਹਿਰ ਤੋਂ ਬੱਚਿਆਂ ਨੂੰ ਦੂਰ ਰੱਖੋ। ਪਰ ਇੱਥੇ ਦੁੱਖ ਇਹ ਵਾਪਰ ਰਿਹਾ ਹੈ, ਅੱਜ ਵੀ ਸਾਡੇ ਆਪਣੇ ਹੀ ਬਜ਼ੁਰਗ ਆਦਿ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਅੰਦਰ ਲਾ ਕੇ ਸਗਿਰੋਂ ਖੁਸ਼ ਹੁੰਦੇ ਨੇ, ਦੇਖਦੇ ਨੇ, ਕਹਿੰਦੇ ਨੇ ਵਾਹ ਮੇਰਾ ਪੁੱਤਰ ਅੱਜ ਤੇ ਜਵਾਨ ਹੋ ਗਿਆ, ਵੀ ਇਸ ਨੇ ਮੇਰੇ ਨਾਲ ਬੈਠ ਕੇ ਪੈਗ ਪੀਤਾ। ਪਰ ਇਹ ਨਹੀਂ ਪਤਾ ਇਹ ਪੈਗ ਨਹੀਂ ਦਿੱਤਾ, ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਆਪਣੇ ਵਾਸਤੇ ਆਪ ਕੰਡੇ ਬੀਜ ਦਿੱਤੇ ਨੇ। ਜੇ ਬਾਬਾ ਫਰੀਦ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਗੱਲ ਕੀਤੀ ਨਾ, ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇਕਰ ਤੂੰ ਇਹ ਚਾਹੁੰਦਾ ਹੈ ਵੀ ਜੇ ਤੇਰੀ ਸੋਚ ਇਹ ਹੈ ਬਈ ਮੈਂ ਅੰਗੂਰ ਪ੍ਰਾਪਤ ਕਰਾਂ ਤੇ ਫਿਰ ਉਸਦੇ ਵਾਸਤੇ ਕਿੱਕਰ ਨਾ ਬੀਜ, ਜੇ ਤੂੰ ਕਿੱਕਰ ਬੀਜੇਗਾ ਬੀਜ ਜਿਹੜਾ ਬੀਜੇਗਾ ਉਹੀ ਖੇਤੀ ਵੱਢਣੀ ਪਏਗੀ ਕੱਲ ਨੂੰ। ਅੱਜ ਤੂੰ ਕਿੱਕਰ ਬੀਜੇ ਤੇ ਕਵੇਂ ਕੱਲ ਨੂੰ ਮੈਂ ਸੂਲਾਂ ਤੋਂ ਬਚ ਜਾਵਾਂ, ਨਹੀਂ ਬਚਿਆ ਜਾ ਸਕਦਾ, ਉਹ ਸੂਲਾਂ ਤੇ ਵੱਜਣ ਕੀ ਅਸੀਂ ਵੱਜਣਗੀਆਂ। ਜੇ ਤੂੰ ਕਹਿੰਦਾ ਹੈ ਵੀ ਮੇਰੇ ਬੱਚੇ ਕੱਲ ਨੂੰ ਮੈਨੂੰ ਦੁੱਖ ਨਾ ਦੇਣ ਤੇ ਪਹਿਲਾਂ ਉਸ ਤਰੀਕੇ ਦੇ ਨਾਲ ਤੈਨੂੰ ਚੱਲਣਾ ਪਏਗਾ, ਜਾਂ ਆਪਾਂ ਦੂਸਰੇ ਸ਼ਬਦਾਂ ਵਿੱਚ ਇਹ ਕਹਿ ਲਈਏ ਜਿਸ ਬੰਦੇ ਨੂੰ ਰੇਸ਼ਮ ਚਾਹੀਦਾ ਹੈ ਉਨ ਕੱਤ ਕੇ ਨਹੀਂ ਰੇਸ਼ਮ ਪ੍ਰਾਪਤ ਹੋ ਸਕਦਾ। ਸਤਿਗੁਰੂ ਦਾਤੇ ਨੇ ਬਾਣੀ ਵਿੱਚ ਇਹ ਬਚਨ ਕੀਤੇ ਨੇ, ਮਹਾਰਾਜ ਕਹਿੰਦੇ ਨੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਆ ਵਾਉ ਬੀਜੈ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ, ਇਹ ਨਿਆਂ ਵਾਲੀ ਗੱਲ ਤੇ ਨਹੀਂ ਨਾ, ਤੂੰ ਜ਼ਹਿਰ ਬੀਜੇਗਾ ਤੇ ਜ਼ਹਿਰ ਹੀ ਤੈਨੂੰ ਪ੍ਰਾਪਤ ਹੋਏਗੀ, ਜਿਸ ਭਾਂਡੇ ਵਿੱਚ ਜੈਸਾ ਕੁਝ ਪਾਏਗਾ ਉਸ ਭਾਂਡੇ ਵਿੱਚ ਵੈਸਾ ਹੀ ਕੁਝ ਕੱਢੇਗਾ। ਜੇ ਭਾਂਡੇ ਦੇ ਵਿੱਚ ਅੰਮ੍ਰਿਤ ਪਾਏਗਾ ਅੰਮ੍ਰਿਤ ਨਿਕਲੇਗਾ, ਭਾਂਡੇ ਵਿੱਚ ਦੁੱਧ ਪਾਏਗਾ ਦੁੱਧ ਪ੍ਰਾਪਤ ਹੋਏਗਾ, ਜੇ ਭਾਂਡੇ ਦੇ ਵਿੱਚ ਜ਼ਹਿਰ ਪਾਏਗਾ ਤੇ ਜ਼ਹਿਰ ਹੀ ਪ੍ਰਾਪਤ ਹੋਏਗੀ। ਇਹ ਹਿਰਦਾ ਇਹ ਭਾਂਡਾ ਬੱਚਿਆਂ ਦਾ ਕੁਝ ਐਸਾ ਹੀ ਹੈ, ਤੇਰੀ ਜ਼ਿੰਮੇਵਾਰੀ ਤੇ ਇਹ ਬਣਦੀ ਹੈ ਇਹਨਾਂ ਨੂੰ ਚੰਗੇ ਪਾਸੇ ਤੋਰ। ਪਰ ਦੁੱਖ ਵਾਲੀ ਗੱਲ ਇਹ ਹੈ ਆਪਣੇ ਹੀ ਬੱਚਿਆਂ ਨੂੰ ਪਹਿਲਾਂ ਇਸ ਪਾਸੇ ਨੂੰ ਤੋਰ ਕੇ ਕੰਡੇ ਆਪ ਬੀਜੇ ਜਾਂਦੇ ਨੇ, ਫਿਰ ਬਾਅਦ ਦੇ ਵਿੱਚ ਇਸੇ ਗੱਲ ਦੇ ਉੱਤੇ ਆਪ ਉਹ ਪਛਤਾਉਂਦੇ ਨੇ ਵੀ ਅਸੀਂ ਕਰ ਕੀ ਬੈਠੇ ਹਾਂ। ਉਸ ਵਕਤ ਸੋਚ ਕੇ ਚੱਲੇ ਹੁੰਦੇ ਕਿੰਨਾ ਚੰਗਾ ਹੁੰਦਾ, ਉਸ ਵਕਤ ਗੁਰੂ ਦਾ ਉਪਦੇਸ਼ ਦਿੱਤਾ ਹੁੰਦਾ। ਇਸ ਪਰਥਾਏ ਫਿਰ ਬਾਅਦ ਵਿੱਚ ਸੋਚ ਕੇ ਮਾਤਾ ਪਿਤਾ ਖੁਦ ਪਛਤਾਉਂਦੇ ਨੇ ਵੀ ਅਸੀਂ ਚੰਗਾ ਨਹੀਂ ਕੀਤਾ, ਅਸੀਂ ਆਪਣੇ ਰਾਹਾਂ ਦੇ ਉੱਤੇ ਆਪ ਕੰਡੇ ਖਿਲਾਰੇ ਨੇ। ਜਦੋਂ ਉਦੋਂ ਹੱਥੋਂ ਸਭ ਕੁਝ ਨਿਕਲ ਜਾਂਦਾ ਹੈ, ਜਦੋਂ ਸੋਚ ਆਉਂਦੀ ਹੈ ਨਾ ਉਦੋਂ ਹੱਥੋਂ ਸਭ ਕੁਝ ਨਿਕਲ ਜਾਂਦਾ ਹੈ, ਤੇ ਕਿੰਨਾ ਚੰਗਾ ਹੋਵੇ ਪਹਿਲਾਂ ਹੀ ਸੋਚ ਕੇ ਚੱਲੀਏ। ਇਸੇ ਕਰਕੇ ਸਿਆਣੇ ਲੋਕਾਂ ਨੇ ਇਹ ਗੱਲ ਕਹੀ ਹੈ, ਉਹ ਕਹਿੰਦੇ ਨੇ ਬੱਚੇ ਨੂੰ ਕਿਸੇ ਵੀ ਆਕਾਰ ਦੇ ਵਿੱਚ ਤੁਸੀਂ ਢਾਲ ਸਕਦੇ ਹੋ, ਕੈਸਾ ਉਸਨੂੰ ਉਪਦੇਸ਼ ਦੇ ਸਕਦੇ ਹੋ, ਕਿਸ ਤਰੀਕੇ ਦਾ ਉਸਨੂੰ ਬਣਾ ਸਕਦੇ ਹੋ, ਇਹ ਮਾਤਾ ਪਿਤਾ ਦੇ ਉੱਤੇ ਨਿਰਭਰ ਕਰਦਾ ਹੈ। ਜੇ ਮਾਤਾ ਪਿਤਾ ਹੁਣ ਦੇਖੋ ਤੂਤ ਦੀ ਜਿਹੜੀ ਕੋਮਲ ਛੜੀ ਹੈ ਨਾ, ਉਹਦੇ ਤੋਂ ਕਾਰੀਗਰ ਕਈ ਟੋਕਰੇ ਕਈ ਤਰੀਕੇ ਦੀ ਕਾਰੀਗਰੀ ਕਰਕੇ ਕਈ ਚੀਜ਼ਾਂ ਤਿਆਰ ਕਰ ਲੈਂਦਾ ਹੈ, ਪਰ ਜਦੋਂ ਉਹ ਸਖਤ ਹੋ ਜਾਏ ਨਾ ਉਦੋਂ ਉਸਨੂੰ ਮਰੋੜਿਆ ਨਹੀਂ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ। ਜੇ ਉਦੋਂ ਮਰੋੜਨ ਦਾ ਯਤਨ ਕਰੋਗੇ ਟੁੱਟ ਜਾਏਗੀ। ਦੂਸਰੀ ਗੱਲ, ਕੁਮਿਆਰ ਭਾਂਡੇ ਘੜਦਾ ਹੈ ਨਾ ਜਿਹੜਾ ਮਰਜ਼ੀ ਆਕਾਰ ਦੇ ਸਕਦਾ ਕੱਚੀ ਮਿੱਟੀ ਨੂੰ, ਜਦੋਂ ਮਿੱਟੀ ਪੱਕ ਜਾਏ ਉਦੋਂ ਬਾਅਦ ਉਸਨੂੰ ਕੁਝ ਨਹੀਂ ਆਕਾਰ ਦਿੱਤਾ ਜਾ ਸਕਦਾ। ਬੱਚਿਆਂ ਨੂੰ ਜੋ ਕੁਝ ਸਿਖਾਉਣਾ ਹੈ ਇਹਦੀ ਪਹਿਲਾਂ ਮਾਤਾ ਪਿਤਾ ਨੂੰ ਆਪ ਤਿਆਰੀ ਕਰਨੀ ਪਏਗੀ, ਇਹਨਾਂ ਮਾੜੇ ਕੰਮਾਂ ਤੋਂ ਪਹਿਲਾਂ ਮਾਤਾ ਪਿਤਾ ਨੂੰ ਆਪ ਬਚਣਾ ਪਏਗਾ, ਨਹੀਂ ਤੇ ਇਹ ਨਸ਼ੇ ਜਿਹੜੇ ਨੇ ਇਹ ਜੀਵਨ ਦੇ ਵਿੱਚ ਹਾਵੀ ਹੋਣਗੇ ਤੇ ਕੱਲ ਨੂੰ ਫਿਰ ਦੁੱਖ ਦਾ ਕਾਰਨ ਬਣਨਗੇ। ਅਸੀਂ ਬੱਚਿਆਂ ਨੂੰ ਜੋ ਚੀਜ਼ ਦੇਣੀ ਹੈ, ਹਾਂਜੀ,
ਜੇ ਅਸੀਂ ਚਾਹੁੰਦੇ ਹਾਂ ਵੀ ਬੱਚੇ ਸਾਨੂੰ ਵੀ ਵਾਪਸ ਉਹ ਚੀਜ਼ ਦੇਣ, ਬਿਲਕੁਲ ਜੀ, ਤਾਂ ਤੁਹਾਨੂੰ ਪਹਿਲਾਂ ਉਸ ਹਿਸਾਬ ਨਾਲ ਤਿਆਰ ਹੋਣਾ ਪੈਣਾ, ਬੱਚਿਆਂ ਨੂੰ ਨਹੀਂ ਤਿਆਰ ਹੋਣਾ ਪੈਣਾ, ਬਿਲਕੁਲ ਜੀ, ਕਿਉਂਕਿ ਬੱਚੇ ਤਾਂ ਇੱਕ ਜਸਟ ਇੱਕ ਸ਼ੀਸ਼ਾ ਵਾ। ਹਾਂਜੀ ਹਾਂਜੀ, ਜੋ ਚੀਜ਼ ਤੁਸੀਂ ਉਸ ਸ਼ੀਸ਼ੇ ਵਿੱਚ ਦਿਖਾ ਦੋਗੇ ਉਵੇਂ ਤੁਹਾਨੂੰ ਨਜ਼ਰ ਆਊਗਾ। ਲੇਕਿਨ ਕਈ ਵਾਰ ਕੀ ਹੁੰਦਾ ਨਾ ਜੀ, ਅਸੀਂ ਬਹੁਤ ਆਪਦੇ ਵੱਲੋਂ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹਦੀ ਜਿਹੜੀ ਸੁਸਾਇਟੀ ਹੁੰਦੀ ਆ ਜਾਂ ਉਹਦੀ ਸੰਗਤ ਹੁੰਦੀ ਆ ਸਕੂਲਾਂ ਵਿੱਚ, ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਕੁਛ ਗਲਤ ਆਂਸਰ ਜਾਂ ਐਸੇ ਬੱਚਿਆਂ ਨਾਲ ਪੈ ਜਾਂਦੀ ਹੈ ਜੋ ਪਹਿਲਾਂ ਹੀ ਨਸ਼ੇ ਕਰਕੇ ਸਰਵਾਈਵ ਕਰ ਰਹੇ ਹੁੰਦੇ ਹਨ ਜਾਂ ਪਹਿਲੇ ਨਸ਼ੇ ਵਿੱਚ ਗੁੜਚ ਹੁੰਦੇ ਹਨ, ਉਹਨਾਂ ਵੱਲ ਦੇਖ ਦੇਖ ਕੇ ਫਿਰ ਇਹ ਹੋਰ ਲੱਗ ਜਾਂਦੇ ਹਨ। ਇਹਦਾ ਕੀ ਕਾਰਨ ਆ ਕਿ ਸਾਡੀ ਟ੍ਰੇਨਿੰਗ ਵੱਲੋਂ ਜਾਂ ਮਾਂ ਪਿਓ ਦੀ ਜਿਹੜੀ ਆ ਉਹ ਸਿੱਖਿਆ ਦਿੱਤੀ ਹੈ ਉਹਦੇ ਵਿੱਚ ਕਮੀ ਹੈ ਕਿਤੇ? ਦੇਖੋ, ਜਿਹੜਾ ਕੰਮ ਅੱਜ ਅਸੀਂ ਸਾਨੂੰ ਸੋਚ ਸਮਝ ਕੇ ਇਸ ਪਾਸੇ ਨੂੰ ਕਦਮ ਚੱਕਣਾ ਚਾਹੀਦਾ ਸੀ, ਉਹ ਅਸੀਂ ਉਸ ਤਰੀਕੇ ਨਾਲ ਸਮਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ। ਦੂਸਰੀ ਗੱਲ, ਸਾਨੂੰ ਇਹ ਖਿਆਲ ਹੋਣਾ ਚਾਹੀਦਾ ਸਾਡੇ ਬੱਚੇ ਕਿਹਨਾਂ ਦੇ ਨਾਲ ਕਿਹੜੀ ਸੁਸਾਇਟੀ ਦੇ ਵਿੱਚ ਬਹਿੰਦੇ ਨੇ। ਮਾਤਾ ਪਿਤਾ ਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ। ਜੇ ਮਾਤਾ ਪਿਤਾ ਬੱਚੇ ਨੂੰ ਖਰਚ ਆਦਿ ਦਿੰਦਾ ਹੈ ਤਾਂ ਉਹਨੂੰ ਇਸ ਇੰਨਾ ਵੀ ਪਤਾ ਹੋਣਾ ਚਾਹੀਦਾ ਵੀ ਬੱਚੇ ਇਸ ਨੂੰ ਕਿਸ ਥਾਂ ਦੇ ਉੱਤੇ ਖਰਚਦੇ ਨੇ। ਪੂਰੀ ਤਰੀਕੇ ਦੇ ਨਾਲ ਇਹ ਮਾਤਾ ਪਿਤਾ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਜਿੰਨੀ ਦੇਰ ਤੱਕ ਬੱਚਾ ਸੰਭਲਦਾ ਨਹੀਂ, ਕਿਉਂਕਿ ਫਿਰ ਦੂਸਰੀ ਗੱਲ ਇਹ ਬਣਦੀ ਹੈ ਜਿੱਥੇ ਮਾਤਾ ਪਿਤਾ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਉਹਦਾ ਕੰਮ ਕੀ, ਅੱਜ ਸਾਡਾ ਦੁਖਾਂਤ ਕੀ ਵਾਪਰ ਰਿਹਾ ਹੈ। ਦੁੱਖ ਵਾਲੀ ਗੱਲ ਇਹ ਵਾਪਰ ਰਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਖੁਦ ਕਈ ਵਾਰੀ ਧਾਰਮਿਕ ਸਥਾਨਾਂ ਤੋਂ ਤੋੜਦੇ ਹਾਂ। ਇਹ ਗੱਲਾਂ ਕਹਿ ਕੇ ਨਾ ਕਈ ਵਾਰੀ ਅਸੀਂ ਆਮ ਇਹ ਗੱਲ ਇਸਤੇਮਾਲ ਕਰ ਲੈਂਦੇ ਹਾਂ ਜੀ ਗੁਰਦੁਆਰੇ ਕੀ ਜਾਈਏ, ਗੁਰਦੁਆਰੇ ਝਗੜੇ ਨਹੀਂ ਖਤਮ ਹੁੰਦੇ, ਸਾਡੀ ਇਹ ਇੱਕ ਦੁੱਖ ਵਾਲੀ ਗੱਲ ਹੈ, ਅਸੀਂ ਆਮ ਗੱਲ ਇਹ ਕਹਿ ਦਿੰਦੇ ਹਾਂ ਵੀ ਕੀ ਕਰੀਏ ਗੁਰਦੁਆਰੇ ਕਿਵੇਂ ਲੈ ਕੇ ਜਾਈਏ। ਦੂਸਰੀ ਗੱਲ ਇਹ ਕਹਿੰਦੇ ਹਾਂ ਵੀ ਜਿਹਦਾ ਮਨ ਸੁੱਚਾ ਮਨ ਠੀਕ ਹੋਵੇ ਨਾ ਉਹਨੂੰ ਗੁਰਦੁਆਰੇ ਜਾਣ ਦੀ ਧਾਰਮਿਕ ਸਥਾਨਾਂ ਉੱਤੇ ਜਾਣ ਦੀ ਲੋੜ ਨਹੀਂ। ਬਿਲਕੁਲ, ਇੱਕ ਗੱਲ ਖਿਆਲ ਕਰਨਾ ਜੇ ਬੱਚੇ ਨੂੰ ਆਪਾਂ ਇਹ ਕਹਿ ਲਈਏ ਪੁੱਤਰ ਤੈਨੂੰ ਸਕੂਲ ਜਾਣ ਦੀ ਲੋੜ ਹੀ ਨਹੀਂ, ਤੂੰ ਤੇ ਏਡਾ ਸਮਝਦਾਰ ਹੈ ਕੱਲ ਨੂੰ ਡਿਗਰੀ ਪ੍ਰਾਪਤ ਨਹੀਂ ਕਰ ਸਕਦਾ, ਨਹੀਂ ਕਰ ਸਕਦਾ, ਠੀਕ ਹੈ ਨਾ। ਜੇਕਰ ਉਸਨੂੰ ਕਿਸੇ ਰੁਤਬੇ ਦੇ ਉੱਤੇ ਪਹੁੰਚਾਉਣਾ ਹੈ ਪਹਿਲਾਂ ਉਹਦੀ ਆਰੰਭਤਾ ਸਕੂਲ ਤੋਂ ਹੀ ਕਰਨੀ ਪਏਗੀ। ਦੂਸਰੀ ਗੱਲ ਜੇ ਝਗੜਿਆਂ ਦੀ ਗੱਲ ਕਰੀਏ ਉਹ ਕਿਤੇ ਇੱਕ ਆਦਿ ਝਗੜਾ ਧਾਰਮਿਕ ਸਥਾਨਾਂ ਉੱਤੇ ਉਹ ਵੀ ਸਿਰ ਫਿਰੇ ਲੋਕ ਹੰਕਾਰੀ ਲੋਕਾਂ ਦੇ ਕਾਰਨ ਹੁੰਦਾ ਹੈ, ਉਹ ਵੀ ਕਿਤੇ ਸਾਲਾਂ ਬੱਧੀ ਚੋਂ ਇੱਕ ਆਦਵਾਰ ਅਸੀਂ ਉਹਨੂੰ ਬਹਾਨਾ ਮੁੱਦਾ ਬਣਾ ਲੈਂਦੇ ਹਾਂ ਵੀ ਆਹ ਦੇਖੋ ਜੀ ਗੁਰਦੁਆਰੇ ਝਗੜੇ ਹੁੰਦੇ। ਕੀ ਸਾਡੇ ਪਰਿਵਾਰਾਂ ਦੇ ਵਿੱਚ ਝਗੜੇ ਨਹੀਂ ਹੁੰਦੇ? ਬਿਲਕੁਲ, ਜੇ ਪਰਿਵਾਰਾਂ ਦੀ ਗੱਲ ਕਰੀਏ ਸਾਡੇ ਪ੍ਰਤੀ ਅਸੀਂ ਪਰਿਵਾਰ ਨੂੰ ਛੱਡ ਕੇ ਚਲੇ ਜਾਂਦੇ ਹਾਂ, ਜਾਂ ਦੂਸਰੀ ਗੱਲ ਕਰੀਏ ਸਕੂਲ ਦੇ ਵਿੱਚ ਕੀ ਉੱਥੇ ਬੱਚੇ ਆਪਸ ਦੇ ਵਿੱਚ ਝਗੜਦੇ ਨਹੀਂ? ਜੇ ਉੱਥੇ ਝਗੜਦੇ ਨੇ ਤੇ ਅਸੀਂ ਕੀ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾ ਲੈਂਦੇ ਹਾਂ? ਕਾਲਜ ਆਦਿ ਦੀ ਗੱਲ ਕਰੀਏ ਕਿ ਉੱਥੇ ਬੱਚਿਆਂ ਦੀ ਲੜਾਈ ਨਹੀਂ ਹੁੰਦੀ, ਉਸ ਥਾਂ ਦੇ ਉੱਤੇ ਵੀ ਲੜਾਈ ਹੁੰਦੀ ਝਗੜਾ ਹੁੰਦਾ ਹੈ, ਪਰ ਉਸ ਥਾਂ ਦੇ ਉੱਤੇ ਵੀ ਅਸੀਂ ਆਪਣੇ ਬੱਚਿਆਂ ਨੂੰ ਭੇਜਦੇ ਹਾਂ। ਕਾਰਨ ਕੀ ਹੈ? ਉੱਥੇ ਸਿੱਖਿਆ ਆਪਣੇ ਬੱਚਿਆਂ ਨੂੰ ਦੇ ਕੇ ਭੇਜਿਆ ਜਾਂਦਾ ਹੈ। ਇੱਥੇ ਚਾਹੀਦਾ ਐਸੀ ਧਾਰਮਿਕ ਸਥਾਨਾਂ ਦੇ ਉੱਤੇ ਸਿੱਖਿਆ ਐਸੀ ਦੇ ਕੇ ਆਪਣੇ ਬੱਚਿਆਂ ਨੂੰ ਰੋਜ਼ ਸਤ ਸੰਗਤ ਕਰਾਉਂਦੇ, ਰੋਜ਼ ਸਤ ਸੰਗਤ ਦੇ ਨਾਲ ਜੋੜਦੇ ਤਾਂ ਕਿ ਸਤ ਸੰਗਤ ਦਾ ਜਿਹੜਾ ਰੰਗ ਚੜ ਜਾਂਦਾ, ਜੇ ਰੰਗ ਪਹਿਲਾਂ ਚੜ ਜਾਏਗਾ। ਦੇਖੋ, ਇੱਕ ਨਾ ਭਾਂਡਾ ਹੋਵੇ ਤੇ ਭਾਂਡੇ ਵਿੱਚ ਆਪਾਂ ਜ਼ਹਿਰ ਪਾਉਣਾ ਹੋਵੇ ਤੇ ਪਹਿਲਾਂ ਉਹਦੇ ਵਿੱਚ ਦੁੱਧ ਹੋਵੇ ਤੇ ਉਹਦੇ ਵਿੱਚ ਜ਼ਹਿਰ ਨਹੀਂ ਪੈ ਸਕਦਾ, ਨਹੀਂ ਪੈ ਸਕਦਾ। ਦੇਖੋ, ਜੇਕਰ ਤੁਸੀਂ ਕੋਈ ਚੀਜ਼ ਵੀ ਪਾਣੀ ਹੈ ਪਹਿਲਾਂ ਉਹ ਭਾਂਡੇ ਵਿੱਚ ਜਿਹੜੀ ਵਸਤੂ ਹੈ ਉਸ ਨੂੰ ਬਾਹਰ ਕੱਢਣਾ ਪਏਗਾ। ਜੇ ਤੁਸੀਂ ਪਹਿਲਾਂ ਹੀ ਬੱਚੇ ਦੀ ਘੜਤ ਐਸੀ ਘੜ ਦਿੱਤੀ, ਬੱਚੇ ਨੂੰ ਆਪਣੇ ਇਤਿਹਾਸ ਬਾਰੇ ਦੱਸ ਦਿੱਤਾ
ਜਾਂ ਬੱਚੇ ਨੂੰ ਗੁਰਬਾਣੀ ਦਾ ਗਿਆਨ ਦੇ ਦਿੱਤਾ, ਰੋਜ਼ ਸਤ ਸੰਗਤ ਬੱਚੇ ਨੇ ਕਰੀ, ਉਲਟਾ ਪ੍ਰਭਾਵ ਉਹਨਾਂ ਉੱਤੇ ਪਏਗਾ ਬੱਚੇ ਦਾ। ਜਦੋਂ ਬੱਚਾ ਉਹਨਾਂ ਦੇ ਨਾਲ ਗੱਲਬਾਤ ਕਰੇਗਾ, ਉਹਨਾਂ ਨੂੰ ਸਮਝਾਏਗਾ। ਅਸੀਂ ਕੀ ਦੁੱਖ ਵਾਲੀ ਗੱਲ ਇਹ, ਬੱਚਾ ਕੋਰਾ ਹੁੰਦਾ ਹੈ, ਅਤੇ ਜਦੋਂ ਬੱਚਾ ਘਰੋਂ ਕੋਰਾ ਗਿਆ ਬਿਲਕੁਲ ਕਾਗਜ਼ ਦੀ ਤਰ੍ਹਾਂ, ਉਹਦੇ ਉੱਤੇ ਜਿਹੜਾ ਮਾੜਾ ਮਰਜ਼ੀ ਕੋਈ ਜਿਵੇਂ ਕਿਵੇਂ ਦਾ ਲਿਖ ਦਿੰਦਾ ਹੈ ਉਹ ਲਿਖ ਦਿੰਦਾ ਹੈ, ਕਿਉਂਕਿ ਅਸੀਂ ਉਹਨੇ ਬੱਚੇ ਦੀ ਸ਼ੁਰੂਆਤ ਨਹੀਂ ਕੀਤੀ। ਜਿਸ ਤਰੀਕੇ ਨਾਲ ਬੱਚੇ ਨੂੰ ਅਸੀਂ ਬਣਾਉਣਾ ਸੀ, ਬੱਚਿਆਂ ਨੂੰ ਇਹ ਕਹਿ ਲਈਏ ਗਿਆਨ ਦੇਣਾ ਸੀ, ਜਾਂ ਬੱਚਿਆਂ ਨੂੰ ਕੁਝ ਸਮਾਂ ਦੇ ਕੇ ਆਪਣੇ ਸਮੇਂ ਨੂੰ ਪਵਿੱਤਰ ਕਰਨਾ ਸੀ, ਅਸੀਂ ਕਹਿੰਦੇ ਹਾਂ ਬਾਕੀ ਦੇ ਸਾਰੇ ਕੰਮ ਕਰਨ ਵਾਸਤੇ ਸਾਡੇ ਕੋਲ ਸਮਾਂ ਹੈ, ਪਰ ਬੱਚੇ ਕੋਲ ਬੈਠਣ ਵਾਸਤੇ 2 ਘੜੀ ਦਾ ਸਮਾਂ ਨਹੀਂ, ਬੱਚੇ ਨੂੰ ਸਮਝਾਉਣ ਦਾ 2 ਮਿੰਟ ਦਾ ਸਾਡੇ ਕੋਲ ਸਮਾਂ ਨਹੀਂ। ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਸਮਝਾਇਆ ਹੋਵੇ, ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਗਿਆਨ ਦਿੱਤਾ ਹੋਵੇ, ਪਰ ਉਹ ਗਿਆਨ ਤਾਂ ਹੀ ਦਿੱਤਾ ਜਾ ਸਕਦਾ ਹੈ ਨਾ, ਪਹਿਲਾਂ ਮਾਂ ਬਾਪ ਖੁਦ ਉਸ ਗਿਆਨ ਤੋਂ ਜਾਣੂ ਹੋਵੇ, ਇਸ ਬਾਰੇ ਉਹਨੂੰ ਪਤਾ ਹੋਵੇ, ਬੱਚੇ ਪਿਆਰ ਨਾਲ ਸਵਾਲ ਕਰਨ ਅਤੇ ਉਹਨਾਂ ਦਾ ਜਵਾਬ ਦਿੱਤਾ ਜਾ ਸਕੇ। ਕੱਲ੍ਹ ਨੂੰ ਬੱਚਾ ਆਪਣੀ ਤੌਰ ਤੋਂ ਪੂਰੇ ਰੂਪ ਦੇ ਨਾਲ ਪੂਰਨ ਹੋ ਗਿਆ ਹੈ, ਵੀ ਉਹਨੂੰ ਸਮਝ ਆ ਗਈ। ਹੁਣ ਤੁਸੀਂ ਜਾਓ, ਹੁਣ ਜੇ ਜਾਏਗਾ ਉਸ ਸੋਸਾਇਟੀ ਵਿੱਚ, ਕਿਸੇ ਦੀ ਕੋਈ ਵੀ ਪ੍ਰਭਾਵ ਨਹੀਂ ਪੈ ਸਕੇਗਾ, ਕਿਉਂਕਿ ਉਹਦੇ ਉੱਤੇ ਪਹਿਲਾਂ ਰੰਗ ਚੜ ਗਿਆ ਗੁਰਮਤ ਦਾ। ਜੇ ਗੁਰਮਤ ਦਾ ਰੰਗ ਨਹੀਂ ਚੜੇਗਾ, ਉਹ ਕੋਰਾ ਹੈ, ਕੁਝ ਵੀ ਲਿਖਿਆ ਜਾ ਸਕਦਾ ਹੈ। ਇਸ ਕਰਕੇ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਂ ਬਾਪ ਦੀ ਬਣਦੀ ਹੈ, ਜਿਹੜਾ ਇਹਨਾਂ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖ ਸਕਦਾ ਹੈ, ਅਤੇ ਨਸ਼ਿਆਂ ਤੋਂ ਦੂਰ ਜਾ ਕੇ ਹੀ ਬੱਚੇ ਚੰਗੇ ਜੀਵਨ ਵਾਲੇ ਬਣ ਸਕਦੇ ਨੇ ਜੀ। ਲਓ ਜੀ, ਕਈ ਵਾਰ ਇਹ ਸਾਨੂੰ ਕਿਹਾ ਜਾਂਦਾ ਕਿ ਜਿਹੜਾ ਪਹਿਲਾ ਸਕੂਲ ਆ ਨਾ, ਉਹ ਤੁਹਾਡੇ ਮਾਂ ਪਿਓ ਆ। ਬਿਲਕੁਲ, ਹਰੇਕ ਬੱਚੇ ਦਾ ਪਹਿਲਾ ਜਿਹੜਾ ਸਕੂਲ ਆ ਉਹ ਮਾਂ ਪਿਓ ਆ, ਜੋ ਮਾਂ ਪਿਓ ਦੀ ਸਿੱਖਿਆ ਉਹ ਜਲਦੀ ਅਡੋਪਟ ਕਰਦਾ ਹੈ। ਤਾਂ ਸਾਨੂੰ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਬੱਚੇ ਨੂੰ ਨਾ ਬਦਲੀਏ, ਪਹਿਲਾਂ ਅਸੀਂ ਆਪ ਬਦਲਣ ਦੀ ਕੋਸ਼ਿਸ਼ ਕਰੀਏ। ਤੁਸੀਂ ਇਸ ਟਾਈਮ ਜੁੜੇ ਹੋ ਜੀ ਪਰਦੇਸੀ ਟੀਵੀ ਨਾਲ, ਅਤੇ ਗੱਲਬਾਤ ਚੱਲਦੀ ਹੈ ਜੀ ਭਾਈ ਰਛਪਾਲ ਸਿੰਘ ਹੋਣਾ ਨਾਲ, ਜੋ ਹਰ ਬੁੱਧਵਾਰ 5 ਵਜੇ ਲਾਈਵ ਗੱਲਬਾਤ ਕਰਦੇ, ਨਵੇਂ ਨਵੇਂ ਵਿਸ਼ੇ ਲੈ ਕੇ ਆਉਂਦੇ ਹੁੰਦੇ। ਅੱਜ ਦਾ ਜੋ ਵਿਸ਼ਾ ਹੈ ਕਿ ਨਸ਼ਾ ਕੀ ਚੀਜ਼ ਹੈ, ਅਤੇ ਨਸ਼ਾ ਗੁਰਬਾਣੀ ਦੇ ਹਿਸਾਬ ਨਾਲ ਸਾਨੂੰ ਨਸ਼ੇ ਦਾ ਕੀ ਇਹਦੇ ਬੁਰੇ ਅਸਰ ਹਨ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਅਸੀਂ 2 ਮਿੰਟ ਦੀ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ, ਉਸੇ ਤਰ੍ਹਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਪਰਦੇਸੀ ਟੀਵੀ 'ਤੇ। ਆਯੁਰਵੇਦਾ ਦੁਨੀਆ ਦਾ ਸਭ ਤੋਂ ਪੁਰਾਣਾ ਮੈਡੀਕਲ ਸਿਸਟਮ ਹੈਗਾ। ਜੇ ਤੁਸੀਂ ਕਿਸੇ ਵੀ ਰੋਗ ਤੋਂ ਪੀੜਿਤ ਹੋ, ਜਿਵੇਂ ਗੋਡਿਆਂ ਦਾ ਦਰਦ, ਸ਼ੂਗਰ, ਅਲਸਰਾਈਟਿਵ ਕੋਲਾਈਟਿਸ, ਜਾਂ ਫਿਰ ਕੋਈ ਵੀ ਚਮੜੀ ਦਾ ਰੋਗ ਹੋਵੇ ਜਿਵੇਂ ਸਫੇਦ ਦਾਗ, ਸੋਰਾਇਸਿਸ, ਐਕਜ਼ੀਮਾ ਆਦਿ, ਇਹ ਸਾਰੀ ਬਿਮਾਰੀਆਂ ਦੇ ਆਯੁਰਵੇਦਿਕ ਇਲਾਜ ਲਈ ਫੌਰਨ ਸੰਪਰਕ ਕਰੋ ਆਯੁਰਵੇਦਿਕ ਕੰਸਲਟੈਂਟ ਡਾਕਟਰ ਹਰੀਸ਼ ਵਰਮਾ, BAMS ਗੋਲਡ ਮੈਡਲਿਸਟ, 2250 ਬੋਵੇ ਡਰਾਈਵ ਈਸਟ, ਯੂਨਿਟ 601, ਬੈਂਪਟਨ, ਜਾਂ ਫੋਨ ਕਰੋ 416-804-1500। ਲਓ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ। ਵਿਸ਼ਾ ਚੱਲ ਰਿਹਾ ਜੀ ਨਸ਼ੇ ਕੀ ਚੀਜ਼ ਹਨ, ਅਤੇ ਨਸ਼ੇ ਦੇ ਹਿਸਾਬ ਨਾਲ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਸਾਨੂੰ ਕੀ ਨਸ਼ੇ ਦੇ ਉਪਦੇਸ਼ ਦਿੰਦੀ ਹੈ, ਵੀ ਨਸ਼ਿਆਂ ਦਾ ਕਿੰਨਾ ਨੁਕਸਾਨ ਹੈ। ਇੱਕ ਗੱਲ ਹੋਰ ਦੱਸ ਦਈਏ ਕਿ ਇਸ ਤੋਂ ਰਾਈਟ ਪ੍ਰੋਗਰਾਮ, ਜਦੋਂ ਸਾਡਾ ਹੋਰ 1/2 ਘੰਟੇ ਦਾ ਪ੍ਰੋਗਰਾਮ ਰਹਿ ਗਿਆ, ਉਸ ਤੋਂ ਬਾਅਦ ਡਾਕਟਰ ਹਰੀਸ਼ ਵਰਮਾ ਤੁਹਾਡੇ ਸਾਹਮਣੇ ਆਉਣਗੇ, ਅਤੇ ਅੱਡ ਅੱਡ ਉਹ ਜੋ ਡਿਜ਼ੀਜ਼ ਜਾਂ ਅੱਡ ਅੱਡ ਦਵਾਈਆਂ ਦਾ ਜਾਂ ਅੱਡ ਅੱਡ ਨੁਸਖੇ ਦੱਸ ਕੇ ਜਾਂਦੇ ਹਨ, ਉਹਨਾਂ ਉੱਤੇ ਪੂਰੀ ਗੱਲਬਾਤ ਹੁੰਦੀ ਹੈ। 6 ਤੋਂ 7 ਡਾਕਟਰ ਹਰੀਸ਼ ਵਰਮਾ ਅਤੇ ਰਮਨ ਅਗਰਵਾਲ ਲੈ ਕੇ ਆਉਣਗੇ ਪ੍ਰੋਗਰਾਮ। 7 ਵਜੇ ਇੱਕ ਸਪੈਸ਼ਲ ਮਹਿਮਾਨ ਆਉਣਗੇ, ਜੋ ਕਿ ਕੈਨੇਡੀਅਨ, ਇੱਥੋਂ ਦੇ ਬਰੈਂਪਟਨ ਜਾਂ ਮਿਸਿਸਾਗਾ ਜਾਂ ਕੈਨੇਡੀਅਨ, ਜੋ ਛੋਟੇ ਛੋਟੇ ਮਸਲੇ ਹਨ ਉਹਨਾਂ ਬਾਰੇ ਗੱਲਬਾਤ ਕੀਤੀ ਜਾਏਗੀ। ਹੁਣ ਸਾਡੀ ਗੱਲਬਾਤ ਚੱਲ ਰਹੀ ਆ ਜੀ ਭਾਈ ਰਛਪਾਲ ਸਿੰਘ ਉਹਨਾਂ ਨਾਲ। ਭਾਈ ਰਛਪਾਲ ਸਿੰਘ ਜੀ, ਹਰੇਕ ਚੀਜ਼ ਦੇ ਫਾਇਦੇ ਨੁਕਸਾਨ ਹੁੰਦੇ ਹਨ, ਲੇਕਿਨ ਜ਼ਿਆਦਾ ਨਸ਼ੇ ਦੇ ਨੁਕਸਾਨ ਹੀ ਮੈਨੂੰ ਦੱਸਦੇ ਹਨ, ਤਾਂ ਆਪਾਂ ਇੱਥੋਂ ਸ਼ੁਰੂ ਕਰੀਏ ਵੀ ਨਸ਼ੇ ਦੇ ਨੁਕਸਾਨ ਕੀ ਹਨ।
ਦੇਖੋ ਨਸ਼ੇ ਦੇ ਜਦੋਂ ਨੁਕਸਾਨਾਂ ਦੀ ਗੱਲ ਕਰਾਂਗੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਵੇਂ ਕਿਵੇਂ ਨੁਕਸਾਨ ਇਹ ਦਿੰਦੇ, ਕਿਹੜੀਆਂ ਕਿਹੜੀਆਂ ਚੀਜ਼ਾਂ ਅੱਜ ਨੁਕਸਾਨ ਦੇ ਰਹੀਆਂ ਜੀ। ਜੇ ਆਪਾਂ ਗੱਲ ਕਰੀਏ ਵੀ ਨਸ਼ਿਆਂ ਦੇ ਨੁਕਸਾਨ ਕੀ ਨੇ ਜੀ, ਬਾਕੀ ਦੀਆਂ ਗੱਲਾਂ ਛੱਡੋ, ਜਿਹੜੇ ਅੱਜ ਨਸ਼ੇ ਚੱਲ ਰਹੇ ਨੇ ਉਹ ਏਡੇ ਮਾੜੇ ਹੋ ਚੁੱਕੇ ਨੇ ਜਿਹਨਾਂ ਨਾਲ ਕੇਵਲ ਨੁਕਸਾਨ ਹੀ ਨੁਕਸਾਨ ਦਿਸਦੇ ਨੇ ਜੀ ਜੀ। ਸਾਡੇ ਅਜੋਕੇ ਸਮੇਂ ਦੇ ਅੰਦਰ ਜੇ ਅਸੀਂ ਗੱਲ ਕਰੀਏ, ਜੇਕਰ ਸ਼ਰਾਬ ਦੀ ਗੱਲ ਕਰੀਏ, ਲੋਕਾਂ ਨੇ ਇਹਨੂੰ ਦਾਰੂ ਕਿਹਾ ਸੀ, ਦਾਰੂ ਦਾ ਅਰਥ ਭਾਵੇਂ ਉਹਨਾਂ ਨੇ ਆਪਣੇ ਤਰੀਕੇ ਨਾਲ ਇਹ ਗੱਲ ਕਹੀ ਸੀ ਬਈ ਦਾਰੂ ਦਾ ਅਰਥ ਵੀ ਦਵਾਈ ਦੇ ਤੌਰ 'ਤੇ ਇਸਤੇਮਾਲ ਕਰਨਾ, ਪਰ ਸਾਡੇ ਪੰਜਾਬ ਦੀ ਹਾਲਤ ਇਹ ਹੈ ਵੀ ਉਹ ਜਿੰਨਾ ਕੁਝ ਉਹ ਜਿਸ ਹਿਸਾਬ ਨਾਲ ਪੀ ਰਹੇ ਨੇ, ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਵੀ ਦੂਸਰਾ ਪੱਖ ਨਾ ਲੈ ਲੈਣਾ ਵੀ ਮੈਂ ਇਹ ਕਹਿ ਰਿਹਾ ਵੀ ਪੀਣ ਵਾਲੀ ਕੋਈ ਗੱਲ ਹੈ, ਨਹੀਂ, ਉਹ ਲੋਕਾਂ ਨੇ ਦਾਰੂ ਕਿਹਾ ਸੀ, ਪਰ ਸਾਡੇ ਬੰਦੇ ਉਦੋਂ ਹੀ ਖਤਮ ਕਰਦੇ ਨੇ ਜਦੋਂ ਬੋਤਲ ਖਤਮ ਹੋ ਜਾਂਦੀ, ਉਦੋਂ ਹੀ ਪੀਣਾ ਖਤਮ ਕਰਦੇ ਨੇ। ਜਿਹੜੀ ਚੀਜ਼ ਹੱਥ ਤੋਂ ਬਾਹਰ ਜਾਂਦੀ ਹੈ ਉਹ ਨੁਕਸਾਨ ਦਿੰਦੀ ਹੈ। ਜਿੱਥੇ ਸ਼ਰਾਬ ਦਾ ਨੁਕਸਾਨ ਹੈ, ਇੱਕ ਤਾਂ ਧਨ ਦਾ ਨੁਕਸਾਨ ਹੋ ਰਿਹਾ ਹੈ ਵੀ ਧਨ ਦੇ ਪੱਖ ਤੋਂ ਨੁਕਸਾਨ ਹੋ ਰਿਹਾ ਹੈ, ਸਿਹਤ ਦਾ ਨੁਕਸਾਨ ਹੋ ਰਿਹਾ ਹੈ, ਤੀਸਰੀ ਗੱਲ ਇਹ ਪਰਿਵਾਰ ਇਸ ਦੇ ਨਾਲ ਟੁੱਟ ਰਹੇ ਨੇ ਪਰਿਵਾਰਾਂ ਦੇ ਅੰਦਰ, ਕਿਉਂਕਿ ਜਦੋਂ ਖਰਚੇ ਨਹੀਂ ਪੂਰੇ ਹੋਣਗੇ ਪਰਿਵਾਰ ਇਹ ਟੁੱਟਣਗੇ। ਚੌਥੀ ਗੱਲ ਇਹਦਾ ਨੁਕਸਾਨ ਕੀ ਹੈ, ਰਿਸ਼ਤਾ ਗੰਢਣ ਲੱਗਿਆਂ ਜਦੋਂ ਦੇਖਿਆ ਜਾਂਦਾ ਬੱਚੇ ਕੋਲ ਭਾਵੇਂ ਜਿੰਨੀ ਮਰਜ਼ੀ ਜ਼ਮੀਨ ਹੋਵੇ, ਬੜਾ ਪੜ੍ਹਿਆ ਲਿਖਿਆ ਹੋਵੇ, ਸੁੰਦਰਤਾ ਵੀ ਉਹਦੇ ਕੋਲ ਹੋਵੇ, ਕਿਸੇ ਚੀਜ਼ ਦੀ ਕਮੀ ਨਹੀਂ ਹੋਵੇ, ਪਰ ਜਦੋਂ ਮਾਤਾ ਪਿਤਾ ਨੂੰ ਇਹ ਪਤਾ ਲੱਗ ਜਾਏਗਾ ਇਹ ਬੱਚਾ ਨਸ਼ਾ ਕਰਦਾ ਹੈ, ਉਹ ਰਿਸ਼ਤਾ ਵੀ ਨਹੀਂ ਜੁੜੇਗਾ। ਚੌਥੀ ਗੱਲ ਇਸ ਦੀ ਆਪਾਂ ਇਉਂ ਕਰੀਏ ਵੀ ਜਿਹੜਾ ਹੁਣ ਤੰਬਾਕੂ ਦੀ ਹੀ ਗੱਲ ਕਰੀਏ, ਤੰਬਾਕੂ ਦੇ ਅੰਦਰ 21 ਤਰੀਕੇ ਦਾ ਜ਼ਹਿਰੀਲਾ ਪਦਾਰਥ, 21 ਮਤਲਬ ਇਹਦੇ ਵਿੱਚ ਜ਼ਹਿਰੀਲੇ ਤੱਤ ਨੇ, ਜਿਨ੍ਹਾਂ ਦੇ ਨਾਲ ਏਡਾ ਵੱਡਾ ਨੁਕਸਾਨ ਹੁੰਦਾ ਹੈ ਵੀ ਜਿੱਥੇ ਉਹ ਸਾਡੇ ਜਿਹੜੀ ਪਾਚਨ ਸ਼ਕਤੀ ਹੈ ਉਹ ਨਾੜੀ ਉੱਤੇ ਅਸਰ ਕਰਦਾ ਹੈ, ਜਿੱਥੇ ਇਸ ਤੋਂ ਇਲਾਵਾ ਮੂੰਹ ਦਾ ਕੈਂਸਰ ਇਹਦੇ ਨਾਲ ਹੁੰਦਾ ਹੈ, ਇਸ ਤੋਂ ਇਲਾਵਾ ਜਲੋਦਰੇ ਦਾ ਰੋਗ ਉਹ ਵੀ ਇਹਦੇ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਆਪਾਂ ਇਸ ਤੰਬਾਕੂ ਦੀ ਹੀ ਗੱਲ ਕਰੀਏ, ਤੰਬਾਕੂ ਦੇ ਨਾਲ ਆਪਾਂ ਉਹਨੂੰ ਪੜ੍ਹ ਕੇ ਦੇਖੀਏ ਅਤੇ ਇਹ ਵੀ ਪਤਾ ਸਾਨੂੰ ਇਹ ਲੱਗਦਾ ਹੈ ਤੰਬਾਕੂ ਦਾ ਆਹ ਵੀ ਨੁਕਸਾਨ ਹੈ, ਜਿੱਥੇ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਦਿੰਦਾ ਹੈ ਅਤੇ ਜ਼ਹਿਰ ਹੀ ਜ਼ਹਿਰ ਅੰਦਰ ਫੈਲ ਜਾਂਦਾ, ਕਿਉਂਕਿ ਜਿਹੜਾ ਤੰਬਾਕੂ ਦੇ ਅੰਦਰ ਨਿਕੋਟੀਨ ਹੈ ਉਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦੀ ਇੱਕ ਬੂੰਦ 6 ਬਿੱਲੀਆਂ ਤੱਕ ਨੂੰ ਮਾਰ ਜਾਂਦੀ ਹੈ ਤੇ 2 ਕੁੱਤੇ ਤੱਕ ਉਹ ਖਤਮ ਕਰ ਸਕਦੀ ਹੈ, ਉਹਦੇ ਵਿੱਚ ਇੰਨੀ ਮਤਲਬ ਇੰਨਾ ਜ਼ਹਿਰ ਹੈ, ਤੇ ਅਗਰ ਉਹ 8 ਬੂੰਦਾਂ ਇੱਕ ਘੋੜੇ ਨੂੰ ਦੇ ਦਿੱਤੀਆਂ ਜਾਣ ਤੇ ਐਡਾ ਸ਼ਕਤੀਸ਼ਾਲੀ ਘੋੜਾ ਵੀ ਖਤਮ ਹੋ ਜਾਂਦਾ ਹੈ। ਤੁਸੀਂ ਹਿਸਾਬ ਲਾਵੋ ਜਦੋਂ ਉਹ ਇਨਸਾਨ ਦੇ ਅੰਦਰ ਜਾਂਦਾ ਹੋਵੇਗਾ ਤੇ ਉਹ ਕਿੱਡਾ ਵੱਡਾ ਨੁਕਸਾਨ ਕਰਦਾ ਹੋਵੇਗਾ ਇਨਸਾਨ ਦਾ, ਤੇ ਜਦੋਂ ਇਹ ਨਸ਼ਾ ਇੱਕ ਵਾਰ ਲੱਗ ਗਿਆ ਫਿਰ ਨੁਕਸਾਨ ਤੇ ਹੋਣਾ ਹੀ ਹੈ। ਉਸ ਤੋਂ ਇਲਾਵਾ ਆਪਾਂ ਇਹ ਵੀ ਦੇਖੀਏ ਜਦੋਂ ਡਾਕਟਰਾਂ ਦੇ ਮੁਤਾਬਕ ਦੇਖਿਆ ਜਾਏ ਜਦੋਂ ਇਹ ਨਸ਼ਾ ਅੱਧ ਦਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਸਾਡਾ ਜਿਹੜਾ ਨਰਵਸ ਸਿਸਟਮ ਹੈ ਉਹਦੇ ਵਿੱਚ ਸੈੱਲ ਮਰਨੇ ਆਰੰਭ ਹੋ ਜਾਂਦੇ ਨੇ। ਜਿਹੜਾ ਇੱਕ ਸੈੱਲ ਜਿਹੜਾ ਬਣਨ ਲੱਗਿਆ ਕਿੰਨਾ ਸਮਾਂ ਲੱਗਦਾ ਹੈ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸੈੱਲ ਮਰਦੇ ਨੇ ਜਿਹੜੇ ਉਸ ਤੋਂ ਬਾਅਦ ਬਣਦੇ ਨੇ। ਯਾਦਾਂ ਸਾਡੀ ਕਮਜ਼ੋਰ ਹੋਣੀ ਆਰੰਭ ਹੋ ਜਾਂਦੀ ਹੈ, ਜਿੱਥੇ ਇਹ ਯਾਦਾਂ ਸਾਡੀ ਕਮਜ਼ੋਰ ਹੁੰਦੀ ਹੈ ਉੱਥੇ ਇਹ, ਕਿਉਂਕਿ ਅੱਜ ਜੇ ਨਸ਼ਿਆਂ ਦੀ ਗੱਲ ਕਰੀਏ ਨਾ, ਜਿਸ ਕੌਮ ਨੂੰ ਹਥਿਆਰਾਂ ਨਾਲ ਨਹੀਂ ਮਾਰਿਆ ਜਾ ਸਕਿਆ, ਜਿਸ ਕਿਸੇ ਦੇਸ਼ ਨੂੰ ਲੋਕਾਂ ਨੇ ਬੜੇ ਬੜੇ ਯਤਨ ਕਰਕੇ ਮਾਰੂ ਤੋਂ ਮਾਰੂ ਹਥਿਆਰ ਵਰਤ ਕੇ ਜਿਸ ਕੌਮ ਨੂੰ ਨਹੀਂ ਮਾਰ ਸਕੇ ਉਹ ਲੋਕ,
ਯਤਨ ਇਹ ਕੀਤਾ ਗਿਆ ਉਸ ਕੌਮ ਨੂੰ ਮਾਰਿਆ ਕਿਵੇਂ ਜਾਏ, ਉਹਨੂੰ ਨਸ਼ੇ ਦੇ ਵਿੱਚ ਡੋਬ ਦਿਓ। ਕੀ ਨੁਕਸਾਨ ਨੇ ਇਹ ਨਸ਼ਿਆਂ ਦੇ? ਉਸ ਕੌਮ ਨੂੰ, ਉਸ ਦੇਸ਼ ਨੂੰ ਨਸ਼ੇ ਦੇ ਵਿੱਚ ਡੋਬ ਦਿਓ, ਫਿਰ ਉਸ ਤੋਂ ਬਾਅਦ ਉੱਧਰ ਦਾ ਉੱਭਰਨਾ ਬੜਾ ਮੁਸ਼ਕਲ ਹੈ। ਜੇ ਆਪਾਂ ਇਹ ਕਨੇਡਾ ਦੀ ਹੀ ਗੱਲ ਕਰੀਏ, ਇੱਥੋਂ ਦੇ ਮੂਲ ਲੋਕ ਸਨ, ਜਿਹੜੇ ਮੂਲ ਇੱਥੋਂ ਦੇ, ਜਿਹੜਾ ਕਹਿ ਲਈਏ ਜਿਨ੍ਹਾਂ ਨੇ ਕਨੇਡਾ ਵਸਾਇਆ, ਮੂਲ ਵਰਗ ਦੇ ਲੋਕ ਸਨ, ਉਹਨਾਂ ਕਨੇਡੀਅਨ ਲੋਕਾਂ ਦੇ ਉੱਤੇ ਵੀ ਇਸ ਚੀਜ਼ ਦਾ ਪ੍ਰਭਾਵ ਗੋਰਿਆਂ ਨੇ ਪਾਇਆ। ਉਹਨਾਂ ਨੂੰ ਕੀ ਨਸ਼ਿਆਂ ਦੀ ਅੱਤ ਲਾ ਦਿੱਤੀ, ਅਤੇ ਉਹਨਾਂ ਦੇ ਜਾਂ ਅਮੈਰੀਕਾ ਦੀ ਗੱਲ ਕਰੀਏ, ਉੱਥੇ ਵੀ ਇਹ ਕੁਝ ਪ੍ਰਭਾਵ ਪਿਆ ਗਿਆ। ਜਿਹੜੇ ਰੈੱਡ ਇੰਡੀਅਨ ਲੋਕ ਸਨ, ਉਹਨਾਂ ਦੀ ਹਾਲਾਂਕਿ ਕਿਸੇ ਵਕਤ ਬਹਾਦਰੀ ਦੇ ਕਿੱਸੇ ਸੁਣਾਏ ਜਾਂਦੇ ਸਨ, ਪਰ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਐਸਾ ਡੋਬ ਦਿੱਤਾ ਗਿਆ, ਉਹ ਅਜਾਇਬ ਘਰਾਂ ਦੇ ਅੰਦਰ ਹੀ ਕੇਵਲ ਉਹ ਨਸ਼ਿਆਂ ਉਹਨਾਂ ਦੀ ਗੱਲ ਰਹਿ ਗਈ ਜਾਂ ਉਹਨਾਂ ਦੀਆਂ ਤਸਵੀਰਾਂ ਰਹਿ ਗਈਆਂ। ਬਾਕੀ ਉਹ ਲੋਕ ਕੀ ਕਰਨ ਲੱਗ ਗਏ? ਆਪਣੇ ਸਿਰ ਦੇ ਉੱਤੇ ਖੰਭ ਬੰਨ੍ਹ ਕੇ ਮੋਰ ਦੇ ਉਹ ਹਾਕਮਾਂ ਨੂੰ ਖੁਸ਼ ਕਰਨ ਲੱਗ ਪਏ। ਇਹ ਉਹਨਾਂ ਦਾ, ਕਿਉਂਕਿ ਉਹਨਾਂ ਦੀ ਸੋਚ ਸ਼ਮਤਾ, ਸੋਚਣ ਵਾਲੀ ਤਾਕਤ ਹੀ ਖਤਮ ਹੋ ਗਈ। ਉਹਨਾਂ ਨੇ ਬਸ ਨੱਚਣਾ ਟੱਪਣਾ, ਹਾਕਮਾਂ ਨੂੰ ਖੁਸ਼ ਕਰਨਾ, ਇੱਥੋਂ ਤੱਕ ਹੀ ਆਪਣਾ ਜੀਵਨ ਸਮਝ ਲਿਆ। ਆਸਟ੍ਰੇਲੀਆ ਦੇ ਜਿਹੜੇ ਲੋਕ ਸਨ, ਉਹਨਾਂ ਉੱਤੇ ਵੀ ਨਸ਼ੇ ਦਾ ਐਸਾ ਪ੍ਰਭਾਵ ਪਾਇਆ ਗਿਆ ਜਿਵੇਂ ਇਹਨਾਂ ਲੋਕਾਂ ਦੀ ਹਾਲਤ ਬਣੀ, ਉਵੇਂ ਆਸਟ੍ਰੇਲੀਆ ਦੀ ਵੀ ਬਣੀ। ਜਿਸ ਕੌਮ ਨੂੰ, ਜਿਸ ਦੇਸ਼ ਨੂੰ ਗੁਲਾਮ ਕਰਨਾ ਹੋਵੇ, ਉਹਨੂੰ ਨਸ਼ਿਆਂ ਵਿੱਚ ਜੋੜਿਆ ਗਿਆ। ਜਾਪਾਨ ਨੇ ਚੀਨ ਦੇ ਉੱਤੇ ਵੀ ਐਸਾ ਹੀ ਕੁਝ ਕੀਤਾ। ਉਹਨਾਂ ਨੇ ਚੀਨ ਨੂੰ ਕਾਫੀ ਸਮੇਂ ਤੱਕ ਗੁਲਾਮ ਬਣਾ ਕੇ ਰੱਖਿਆ, ਉਹਨਾਂ ਦੀ ਸੋਚਣ ਦੀ ਤਾਕਤ ਖਤਮ ਕਰ ਦਿੱਤੀ। ਤੇ ਇਹ ਜਦੋਂ ਫਿਰ ਉੱਥੇ ਕ੍ਰਾਂਤੀ ਆਈ ਚੀਨ ਦੇ ਅੰਦਰ, ਅੱਜ ਉਹ ਦੇਸ਼ ਡਿਵੈਲਪ ਹੋਇਆ ਹੈ। ਕਾਰਨ ਕੀ ਹੈ? 1948 ਦੇ ਵਿੱਚ ਉੱਥੇ ਕ੍ਰਾਂਤੀ ਆਈ, ਅਫੀਮ ਆਦਿ ਹੋਰ ਜਿਹੜੇ ਨਸ਼ੇ ਸਨ ਉਹਨਾਂ ਨੇ ਮੁਲਕ ਤੋਂ ਬਾਹਰ ਕਰ ਦਿੱਤੇ, ਉਸ ਤੋਂ ਬਾਅਦ ਉਹਨਾਂ ਦਾ ਵਿਕਾਸ ਹੋਇਆ। ਜੇ ਆਪਾਂ ਰੂਸ ਦੀ ਗੱਲ ਕਰੀਏ, ਜਿਹੜੇ ਮੰਗੋਲੀਅਨ ਲੋਕ ਸਨ, ਰੂਸ ਨੇ ਉਹਨਾਂ ਦੇ ਉੱਤੇ ਪ੍ਰਭਾਵ ਪਾਇਆ, ਉਹਨਾਂ ਦੀ ਆਜ਼ਾਦੀ ਨੂੰ ਖਤਮ ਕਰਕੇ ਰੱਖਿਆ। ਇਹ ਨਸ਼ਿਆਂ ਦੇ ਪ੍ਰਭਾਵ ਦੇ ਹੇਠਾਂ ਹੀ ਉਹਨਾਂ ਨੇ ਸਭ ਕੁਝ ਖਤਮ ਕੀਤਾ। ਬਾਕੀ ਦੀ ਆਪਾਂ ਗੱਲ ਛੱਡੀਏ, ਜਿਹੜਾ ਪੰਜਾਬ ਰਾਜ, ਜਿਹੜਾ ਖਾਲਸਾ ਰਾਜ ਸੀ, ਖਾਲਸਾ ਰਾਜ ਨੂੰ ਇਹ ਕਹਿ ਲਈਏ ਉਹਦੀ ਆਜ਼ਾਦੀ, ਉਹਦੀ ਸੋਚਣ ਦੀ ਸ਼ਮਤਾ ਖਤਮ ਕਿਵੇਂ ਕੀਤੀ ਗਈ? ਪੰਜਾਬ ਰਾਜ ਨੂੰ, ਖਾਲਸਾ ਰਾਜ ਨੂੰ ਖਤਮ ਕਿਵੇਂ ਕੀਤਾ ਗਿਆ? ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਕਰਦੇ ਨੇ, ਉਹ ਅਕਾਲ ਚਲਾਨਾ ਕਰਦੇ ਨੇ, 10 ਸਾਲ ਬਾਅਦ ਪੰਜਾਬ ਰਾਜ ਨੂੰ ਅੰਗਰੇਜ਼ੀ ਰਾਜ ਦੇ ਅੰਦਰ ਮਿਲਾ ਲਿਆ ਜਾਂਦਾ ਹੈ। ਉਹਨਾਂ ਫਰੰਗੀ ਲੋਕਾਂ ਨੇ ਕੀਤਾ ਕਿ ਉਹਨਾਂ ਨੇ ਕਿਹਾ, ਬਈ ਜਿਸ ਸੂਰਮਿਆਂ ਨੂੰ, ਯੋਧਿਆਂ ਨੂੰ ਅਸੀਂ ਤਲਵਾਰ ਦੇ ਨਾਲ, ਹਥਿਆਰਾਂ ਨਾਲ ਨਹੀਂ ਮਾਰ ਸਕੇ, ਕੀ ਕੀਤਾ ਜਾਵੇ? ਇੱਕ ਤੇ ਇਹਨਾਂ ਦੇ ਜਿਹੜੇ ਜਰਨੈਲ ਨੇ ਉਹਨਾਂ ਨੂੰ ਖਰੀਦਿਆ ਜਾਏ, ਜਿੱਥੋਂ ਉਹਨਾਂ ਲੁੱਥਰ ਚਾਲਾਂ ਚੱਲੀਆਂ ਨਾ, ਮਾੜੀਆਂ ਚਾਲਾਂ ਚੱਲੀਆਂ, ਸਾਡੇ ਕੁਝ ਲੋਕਾਂ ਨੂੰ ਇਹ ਕਹਿ ਲਈਏ ਵੀ ਜਿਹੜੇ ਆਗੂ ਬਣੇ ਹੋਏ ਸਨ, ਭਾਵੇਂ ਉਹ ਡੋਗਰੇ ਸਨ, ਕੁਝ ਕੁ ਡੋਗਰਿਆਂ ਨੂੰ ਖਰੀਦਿਆ ਗਿਆ ਜਿਹੜੇ ਉਹਨਾਂ ਦੇ ਨਾਲ ਮਿਲ ਗਏ। ਕਿਉਂਕਿ ਕਿਸੇ ਵਿਦਵਾਨ ਨੇ ਲਿਖਿਆ ਹੈ ਵੀ ਅਗਰ ਇਮਾਨਦਾਰ ਬੰਦਾ ਦੁਨੀਆਂ ਦੇ ਵਿੱਚ ਦੇਖਣਾ ਹੋਵੇ ਤੇ ਸਭ ਤੋਂ ਇਮਾਨਦਾਰ ਸਿੱਖ ਹੈ, ਪਰ ਜੇ ਬੇਈਮਾਨ ਦੇਖਣਾ ਹੋਵੇ ਤੇ ਉਹ ਵੀ ਸਿੱਖ ਹੈ। ਪੁੱਛਣ ਵਾਲਾ ਪੁੱਛਦਾ ਹੈ, ਉਹ ਕਿਵੇਂ? ਕਹਿੰਦੇ ਨੇ, ਜਿਸ ਦਿਨ ਤੱਕ ਇਹ ਗੁਰੂ ਨਾਲ ਜੁੜਿਆ ਹੋਏਗਾ ਇਹਦੇ ਵਰਗਾ ਇਮਾਨਦਾਰ ਕੋਈ ਨਹੀਂ ਹੋਏਗਾ, ਪਰ ਜਿਸ ਦਿਨ ਗੁਰੂ ਤੋਂ ਟੁੱਟ ਗਿਆ ਇਹਦੇ ਵਰਗਾ ਬੇਈਮਾਨ ਕੋਈ ਨਹੀਂ ਹੋਏਗਾ। ਹੁਣ ਖਿਆਲ ਕਰਿਓ, ਪੰਜਾਬ ਨੂੰ 10 ਸਾਲਾਂ ਬਾਅਦ ਅੰਗਰੇਜ਼ੀ ਰਾਜ ਦੇ ਅੰਦਰ ਮਿਲਾਇਆ ਗਿਆ, ਜਿੱਥੇ ਅਕਾਲੀ ਫੁੱਲਾ ਸਿੰਘ ਵਰਗੇ ਜਦੋਂ ਅਰਦਾਸ ਕਰਕੇ ਤੁਰਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਇਹ ਗੱਲ ਕਹਿੰਦਾ ਹੈ, ਉਹ ਕਹਿੰਦਾ ਹੈ ਵੀ ਦੇਖੋ ਅਜੇ ਤੋਪਾਂ ਨੂੰ ਆ ਲੈਣ ਦਿਓ, ਆਪਾਂ ਉਸ ਤੋਂ ਬਾਅਦ ਹਮਲਾ ਕਰਾਂਗੇ। ਅਕਾਲੀ ਫੁੱਲਾ ਸਿੰਘ ਉਹ ਇਹ ਗੱਲ ਕਹਿੰਦਾ ਹੈ, ਮਹਾਰਾਜਾ ਰਣਜੀਤ ਸਿੰਘ ਤੈਨੂੰ ਤੋਪਾਂ ਦੇ ਉੱਤੇ ਮਾਣ ਹੋਵੇਗਾ, ਭਰੋਸਾ ਹੋਏਗਾ, ਪਰ ਸਾਨੂੰ ਕੀਤੀ ਹੋਈ ਅਰਦਾਸ ਦੇ ਉੱਤੇ ਭਰੋਸਾ ਹੈ। ਕਹਿਣ ਤੋਂ ਮੁਰਾਦ ਕੀ ਸੀ? ਵੀ ਜਿਹੜੇ ਯੋਧੇ ਮਰ ਮਿਟਣ ਵਾਸਤੇ, ਦੇਸ਼ ਕੌਮ ਦੇ ਵਾਸਤੇ ਜਾਨਾਂ ਹੂਲ ਕੇ ਲੜਨ ਵਾਲੇ ਸਨ, ਕੀ ਦੇਖਿਆ ਵੀ ਇਹਨਾਂ ਨੂੰ ਇਵੇਂ ਨਹੀਂ ਖਤਮ ਕੀਤਾ ਜਾ ਸਕਿਆ? ਉਹਨਾਂ ਅੱਜ ਨਿਹੰਗ ਸਿੰਘਾਂ ਨੂੰ,
ਭੰਗ ਦੇ ਅੰਦਰ ਖਚਿਤ ਕਰ ਦਿੱਤਾ ਗਿਆ ਹੈ, ਵੀ ਭੰਗ ਦੇ ਨਾਲ ਜੋੜ ਦਿੱਤਾ ਗਿਆ। ਅੱਜ ਉਹ ਭੰਗ ਦੇ ਨਸ਼ੇ 'ਚੋਂ ਨਿਕਲ ਨਹੀਂ ਸਕੇ ਕਿਉਂਕਿ ਸੋਚ ਖਤਮ ਕਰ ਦਿੱਤੀ ਨਾ ਆਜ਼ਾਦੀ ਵਾਲੀ, ਵੀ ਪੰਜਾਬ ਨੂੰ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਨੂੰ ਅਸੀਂ ਬਹੁਤੀ ਦੇਰ ਤੱਕ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ, ਪਰ ਇਹਨਾਂ ਦੀ ਆਜ਼ਾਦੀ ਵਾਲੀ ਸੋਚ ਹੀ ਖਤਮ ਕਰ ਦਿਓ। ਇਸ ਕਰਕੇ ਦਾਰੂ ਦੇ ਅੰਦਰ ਜਾਂ ਬਾਕੀ ਦੇ ਨਸ਼ਿਆਂ ਦੇ ਅੰਦਰ ਰੋੜ ਦਿੱਤਾ ਗਿਆ। ਕੇਵਲ ਸ਼ਰਾਬ ਦੀ ਗੱਲ ਹੀ ਨਹੀਂ, ਕੇਵਲ ਤੰਬਾਕੂ ਦੀ ਗੱਲ ਨਹੀਂ, ਜੇ ਤੰਬਾਕੂ ਦੀ ਗੱਲ ਕਰੀਏ ਸਿਗਰਟ ਆਦਿ ਪੀ ਕੇ ਜਾਂ ਹੋਰ ਧੂੰਏ ਦੇ ਨਾਲ ਜਿੱਥੇ ਫੇਫੜੇ ਆਦਿ ਖਰਾਬ ਕਰਦਾ ਹੈ ਜਾਂ ਹੋਰ ਨੁਕਸਾਨ ਦਿੰਦਾ ਹੈ, ਆਂਤਰੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉੱਥੇ ਇਹਦਾ ਇਹ ਵੀ ਬੜਾ ਵੱਡਾ ਨੁਕਸਾਨ ਹੈ ਜਿਹੜਾ ਅੱਜ ਰੋਗ ਵੱਧ ਰਿਹਾ ਨਾ। ਅਸੀਂ ਆਮ ਤੌਰ 'ਤੇ ਇਹ ਗੱਲ ਕਹਿੰਦੇ ਹਾਂ ਵੀ ਲੋਕ ਕਹਿੰਦੇ ਨੇ ਵੀ ਇਹਨਾਂ ਪਰਿਵਾਰ ਤਾਂ ਹੀ ਚੰਗਾ ਹੈ, ਪਰ ਹਕੀਕਤ ਇਹ ਹੈ ਜੇ ਨਸ਼ੇ ਇਸੇ ਤਰੀਕੇ ਨਾਲ ਚੱਲਦੇ ਰਹੇ, ਅਤੇ ਮੈਨੂੰ ਵੈਸੇ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਕਹਿਣੀ ਬਣਦੀ ਹੈ, ਜੇ ਨਸ਼ੇ ਇਸੇ ਤਰੀਕੇ ਨਾਲ ਚੱਲਦੇ ਰਹੇ ਨਾ ਤਾਂ ਇਹ ਇਨਸਾਨ ਦੀ ਜਿਹੜੀ ਸੰਸਾਰ ਨੂੰ ਅੱਗੇ ਤੋਰਨ ਵਾਲੀ ਜਿਹੜੀ ਸ਼ਮਤਾ ਹੈ ਉਹ ਖਤਮ ਹੋ ਜਾਏਗੀ, ਅਤੇ ਜਿਹੜੀਆਂ ਬੱਚੀਆਂ ਨਸ਼ਿਆਂ ਦਾ ਸੇਵਨ ਕਰਦੀਆਂ ਨੇ ਉਹ ਬਾਂਝ ਹੋ ਜਾਂਦੀਆਂ ਨੇ। ਇਹਦਾ ਮਤਲਬ ਤੁਸੀਂ ਮਤਲਬ ਸਮਝ ਗਏ ਹੋਵੋਗੇ ਵੀ ਪੰਜਾਬ ਦੀ ਜੇ ਮਨੂ ਨੇ ਵਾਢੀਆਂ ਲਾਈਆਂ ਨਾ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ। ਇਤਿਹਾਸ ਸਾਡਾ ਇਹ ਦੱਸਦਾ ਹੈ ਵਾਢੀਆਂ ਮਨੂ ਨੇ ਲਾਈਆਂ, ਪਰ ਇਤਿਹਾਸ ਕਿਤੇ ਨਹੀਂ ਇਹ ਦੱਸਦਾ ਵੀ ਸਿੱਖਾਂ ਨੇ ਸ਼ਹਾਦਤਾਂ ਦੇਣ ਲੱਗਿਆਂ ਪਿੱਛੇ ਹਟੇ ਹੋਣ, ਅਤੇ ਜਿਵੇਂ ਜਿਵੇਂ ਇਹ ਵੱਢ ਲਾਉਂਦੇ ਸਨ, ਕਸ਼ਟ ਦਿੰਦੇ ਸਨ, ਤਸ਼ੱਦਦ ਕਰਦੇ ਸਨ, ਉਵੇਂ ਉਵੇਂ ਕੌਮ ਚੜ੍ਹਦੀ ਕਲਾ ਵਿੱਚ ਜਾਂਦੀ ਸੀ। ਪਰ ਜਦੋਂ ਹੁਣ ਨਸ਼ੇ ਉਹਨਾਂ ਨੇ ਦੇਖਿਆ ਵੀ ਇਹ ਇਸ ਤਰੀਕੇ ਨਾਲ ਨਹੀਂ ਖਤਮ ਕੀਤੇ ਜਾ ਸਕੇ, ਕੀ ਕੀਤਾ ਵੀ ਇਹਨਾਂ ਨੂੰ ਨਸ਼ਿਆਂ ਦੇ ਅੰਦਰ ਲਾ ਦਿਓ। ਅੱਜ ਪੰਜਾਬ ਦੀ ਮੈਂ ਕਹਿੰਦਾ ਵੀ ਜਿਹੜੀ ਪੰਜਾਬ ਦੀ ਧਰਤੀ ਬਾਬਤ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਗੱਲ ਕਹੀ ਸੀ ਨਾ, ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਨਾ ਹਿੰਦੂ ਅਤੇ ਨਾ ਮੁਸਲਮਾਨ ਦੇ ਨਾਮ 'ਤੇ ਪੰਜਾਬ ਜਿੰਦਾ ਹੈ ਗੁਰਾਂ ਦੇ ਨਾਮ 'ਤੇ, ਉਹਨਾਂ ਨੇ ਇਹ ਗੱਲ ਕਹੀ ਸੀ। ਪਰ ਅੱਜ ਪੰਜਾਬ ਦੀ ਹਾਲਤ ਦੇਖੋ, ਸਾਡੀ ਨਿਊ ਜਨਰੇਸ਼ਨ ਦੀ ਗੱਲ ਦੇਖੋ, ਉਹਨਾਂ ਨੂੰ ਕੀ ਹੈ, ਉਹ ਆਸਰੇ ਨਸ਼ੇ ਦੇ ਆਸਰੇ ਦੇ ਉੱਤੇ ਜੀ ਰਹੇ ਨੇ। ਉਹਨਾਂ ਨੇ ਸ਼ਰਮ ਆਉਂਦੀ ਹੈ ਕਹਿਣ ਲੱਗਿਆਂ, ਅਤੇ ਕਈ ਵਾਰੀ ਉਹਨਾਂ ਨੇ ਮਾਰਕੇ ਐਸੇ ਮਾਰੇ ਨੇ, ਕੀ ਮਾਰਕੇ ਮਾਰੇ ਨੇ, ਜੇਕਰ ਉਸ ਕਾਲਜਾਂ ਦੀ ਸਕੂਲਾਂ ਦੀ ਗੱਲ ਕਰੀਏ, ਜਿਹੜੀ ਸ਼ਿਵਕਲੀ ਜਿਹਨੂੰ ਕੋੜ ਕਿਰਲੀ ਕਹਿੰਦੇ ਨੇ, ਕਿਰਲੀ ਕਹਿੰਦੇ ਨੇ ਜਿਹਨੂੰ ਆਪ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ, ਕਈ ਨੂੰ ਕੋੜ ਕਿਰਲੀ ਕਹਿੰਦੇ ਨੇ, ਪਰ ਲੋਕ ਇਹ ਮੰਨਦੇ ਸਨ ਵੀ ਜੇਕਰ ਇਹਨੂੰ ਹੱਥ ਵੀ ਲੱਗ ਜਾਵੇ ਤਾਂ ਕੋੜ ਲੱਗਣ ਦਾ ਡਰ ਹੈ, ਖਤਰਾ ਹੈ, ਇਸ ਕਰਕੇ ਕਿਤੇ ਹੱਥ ਲੱਗ ਜਾਏ, ਸਰੀਰ ਦਾ ਕੋਈ ਅੰਗ ਛੋਹ ਜਾਏ ਅਤੇ ਬੰਦਾ ਹੱਥ ਪੈਰ ਧੋ ਕੇ ਆਉਂਦਾ ਸੀ, ਕਿਤੇ ਫਿਰ ਜਾਏ ਸਰੀਰ ਦੇ ਉੱਤੇ, ਲੋਕ ਕਹਿੰਦੇ ਸਨ ਇਸ਼ਨਾਨ ਕਰਕੇ ਆਓ ਵੀ ਏਡੀ ਇਹ ਗੰਦੀ ਹੈ। ਪਰ ਸਾਡੇ ਬੱਚਿਆਂ ਨੇ ਅੱਜ ਕੀ ਕੀਤਾ, ਉਸੇ ਕੋੜ ਕਿਰਲੀ ਦਾ ਇਹ ਸਵਾਹ ਬਣਾ ਕੇ ਇਹਨਾਂ ਨੇ ਨਸ਼ਾ ਕੀਤਾ, ਟਿੰਡ ਕਢਾ ਕੇ ਨਾ ਆਪਣਾ ਸਿਰ ਗੰਜਾ ਕਰਕੇ, ਅਬੂੜ ਪਾਲਿਸ਼ਾਂ ਕਰਨ ਵਾਲੀ ਜਿਹੜੀ ਹੈ ਇਹਨੂੰ ਆਪਣੇ ਉੱਪਰ ਮਾਲਿਸ਼ ਕਰਕੇ ਨਰਵਸ ਸਿਸਟਮ ਦੇ ਉੱਤੇ ਪ੍ਰਭਾਵ ਪਾਇਆ। ਫਿਰ ਇੱਥੇ ਬਸ ਨਹੀਂ ਕੀਤੀ ਇਸ ਨਸ਼ੇ ਦੇ ਕੈਸੇ ਪ੍ਰਭਾਵ ਪਏ, ਕਿਉਂ ਮਾਰੂ ਪ੍ਰਭਾਵ ਪੈ ਰਹੇ ਨੇ ਨਸ਼ਿਆਂ ਦੇ। ਆਹ ਜਿਹੜੀ ਆਇਓਡੈਕਸ ਵਰਤੀ ਜਾਂਦੀ ਸੀ, ਆਇਓਡੈਕਸ ਕੀ ਕੁਝ ਕਰਦੀ ਸੀ, ਇਹਦਾ ਪ੍ਰਭਾਵ ਇਹ ਸੀ ਵੀ ਕਿਤੇ ਸਾਡੇ ਸਰੀਰ ਉੱਤੇ ਸੱਟ ਲੱਗ ਜਾਏ, ਗੁੰਮ ਸੱਟ ਨੂੰ ਉਹਨੂੰ ਮਲਣ ਦੇ ਨਾਲ ਠੀਕ ਹੋ ਜਾਂਦੀ ਸੀ, ਵੀ ਉਹ ਤਕਰੀਬਨ ਉਹਨੂੰ ਮਲੀਏ ਅਤੇ ਦਰਦ ਦੂਰ ਹੋ ਜਾਂਦਾ ਸੀ, ਪਰ ਉਹਦੇ ਵਿੱਚੋਂ ਕਿੱਡੀ ਗੰਦੀ ਬਦਬੂ ਆਉਂਦੀ ਹੈ। ਸਾਡੇ ਅੱਜ ਦੇ ਇਨਸਾਨਾਂ ਨੇ, ਅੱਜ ਦੇ ਨੌਜਵਾਨ ਵੀਰਾਂ ਨੇ ਉਹਨੂੰ ਵੀ ਨਸ਼ੇ ਦੀ ਤਰ੍ਹਾਂ ਬ੍ਰੈਡ ਦੇ ਉੱਤੇ ਨਾ ਉਹ ਲਾ ਲਾ ਕੇ ਉਹ ਖੁਦ ਖਾਧੀ ਹੈ। ਫਿਰ ਇੱਥੋਂ ਤੱਕ ਕਿ ਜਿਹੜਾ ਆਪਾਂ ਜਰਾਬਾਂ ਪਾਉਣੇ ਆ, ਇਹਨੂੰ ਕਈ ਦਿਨਾਂ ਤੱਕ ਪਾ ਕੇ ਉਹ ਵੀ ਨਸ਼ੇ ਦੇ ਤੌਰ 'ਤੇ ਵਰਤੀ ਹੈ। ਕਿੰਨੇ ਮਾਰੂ ਨੁਕਸਾਨ ਇਹਨਾਂ ਚੀਜ਼ਾਂ ਦੇ ਹੋ ਰਹੇ ਨੇ। ਇਹਨਾਂ ਗੱਲਾਂ ਤੋਂ ਉਹ ਬੱਚੇ ਸ਼ਾਇਦ ਅਵੇਸਲੇ ਨੇ। ਇੱਕ ਗੱਲ ਕਹੀਏ, ਭਗਤ ਕਬੀਰ ਸਾਹਿਬ ਜੀ ਨੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕਿ ਕੁਛਲਾ। ਦੋ ਪੱਖ ਨੇ ਇਹਦੇ ਵਿੱਚ, ਇੱਕ ਤਾਂ ਕੁਝ ਜਾਣ ਬੁੱਝ ਕੇ ਨਸ਼ਿਆਂ ਦੇ ਅੰਦਰ ਲੱਗ ਗਏ,
ਕੁਝ ਅਣਜਾਣਪੁਣੇ ਦੇ ਵਿੱਚ ਲੱਗੇ, ਹੁਣ ਭਾਵੇਂ ਜਾਣ ਬੁੱਝ ਕੇ ਲੱਗੇ ਹੋਣ ਤੇ ਭਾਵੇਂ ਅਣਜਾਣਪੁਣੇ ਚ ਲੱਗੇ ਹੋਣ, ਜ਼ਹਿਰ ਤੇ ਜ਼ਹਿਰ ਹੀ ਹੈ। ਜ਼ਹਿਰ ਨੇ ਤੇ ਆਪਣਾ ਨੁਕਸਾਨ ਪਹੁੰਚਾਉਣਾ ਹੀ ਹੈ। ਬੱਚੇ ਨੂੰ ਸਮਝ ਨਹੀਂ, ਬੱਚਾ ਅੱਗ ਨੂੰ ਹੱਥ ਪਾਏਗਾ ਤੇ ਇਹਦਾ ਮਤਲਬ ਇਹ ਨਹੀਂ ਵੀ ਅੱਗ ਬੱਚੇ ਨੂੰ ਬਖਸ਼ ਦੇਗੀ, ਵੀ ਉਹਨੂੰ ਸਮਝ ਨਹੀਂ ਵਿਚਾਰੇ ਨੂੰ ਮੈਂ ਮਾਫ਼ ਕਰਦੇ ਹਾਂ। ਅੱਗ ਨੂੰ ਹੱਥ ਪਾਏਗਾ, ਹੱਥ ਸੜੇਗਾ ਹੀ ਸੜੇਗਾ। ਹੁਣ ਇਹ ਨਸ਼ਿਆਂ ਦੀ ਜਿਵੇਂ ਜਿਵੇਂ ਵਰਤੋਂ ਕੀਤੀ ਜਾਏਗੀ, ਨੁਕਸਾਨ ਤੇ ਹੋਏਗਾ, ਸਰੀਰ ਦਾ ਨੁਕਸਾਨ ਵੀ ਹੋਏਗਾ, ਧਨ ਦਾ ਨੁਕਸਾਨ ਵੀ ਹੋਏਗਾ, ਰਿਸ਼ਤੇਦਾਰੀਆਂ ਦੇ ਵਿੱਚ ਵੀ ਦਰਾਰ ਆਏਗੀ ਤੇ ਭਵਿੱਖ ਸਾਡਾ ਕੋਈ ਨਹੀਂ ਰਹੇਗਾ। ਜਿਹਨੂੰ ਅਸੀਂ ਜਿਹਨੂੰ ਲੋਕ ਤਲਵਾਰਾਂ ਦੇ ਨਾਲ ਤੋਹਫ਼ਾਂ ਦੇ ਨਾਲ ਨਹੀਂ ਖਤਮ ਕਰ ਸਕੇ, ਉਸ ਪੰਜਾਬ ਦੀ ਧਰਤੀ ਉੱਤੇ ਨੌਜਵਾਨਾਂ ਨੂੰ ਅੱਜ ਖਤਮ ਕੀਤਾ ਜਾ ਰਿਹਾ ਹੈ ਕੇਵਲ ਤੇ ਕੇਵਲ ਨਸ਼ਿਆਂ ਦੇ ਉੱਤੇ। ਮੈਂ ਕੇਵਲ ਪੰਜਾਬ ਦੀ ਵੀ ਗੱਲ ਨਾ ਕਰਾਂ, ਜੇ ਪੂਰੇ ਦੇਸ਼ ਦੀ ਗੱਲ ਕਰਾਂ, ਕਿਉਂਕਿ ਜਿਹੜੀ ਸੋਚ ਹੈ ਨਾ ਵੀ ਦੂਸਰਿਆਂ ਨੂੰ ਗੁਲਾਮ ਬਣਾਉਣ ਵਾਲੀ, ਜਿਹੜੀ ਸੋਚ ਲੈ ਕੇ ਮੈਨੂੰ ਇਹ ਨਹੀਂ ਪਤਾ ਵੀ ਉਹ ਲੋਕ ਕੀ ਸੋਚ ਕੇ ਇਹ ਕੰਮ ਕਰ ਰਹੇ ਨੇ, ਵੀ ਕੀ ਸੋਚ ਕੇ ਉਹਨਾਂ ਦੀ ਵਿਚਾਰ ਹੈ, ਜਿਸ ਦੇਸ਼ ਕੌਮ ਦੇ ਨੌਜਵਾਨ ਨਸ਼ੇੜੀ ਹੋ ਗਏ, ਨਸ਼ਿਆਂ ਦੇ ਅੰਦਰ ਲੱਗ ਗਏ, ਉਸ ਦੇਸ਼ ਦਾ ਭਵਿੱਖ ਕੀ ਬਣੇਗਾ? ਜਿਨ੍ਹਾਂ ਨੇ ਪੜ੍ਹ ਲਿਖ ਕੇ ਚੰਗੇ ਡਾਕਟਰ ਬਣਨਾ ਸੀ, ਜਿਨ੍ਹਾਂ ਨੇ ਪੜ੍ਹ ਲਿਖ ਕੇ ਚੰਗੇ ਇੰਜੀਨੀਅਰ ਬਣਨਾ ਸੀ, ਅੱਜ ਉਹੀ ਬੱਚੇ ਜਿਨ੍ਹਾਂ ਨੇ ਪੜ੍ਹ ਲਿਖ ਕੇ ਚੰਗੇ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਪਕ ਆਦਿ ਬਣਨਾ ਸੀ, ਉਹ ਨਸ਼ੇ ਕਰ ਕਰਕੇ ਇੱਥੋਂ ਤੱਕ ਕਿ ਆਪਣੀਆਂ ਅਨਾਰਾਂ ਦੇ ਅੰਦਰ ਸਰਿੰਜਾ ਲਾ ਲਾ ਕੇ ਸਕੂਲਾਂ ਕਾਲਜਾਂ ਦੇ ਅੰਦਰ ਸ਼ਾਇਦ ਹੀ ਕੋਈ ਐਸੀ ਥਾਂ ਹੋਏਗੀ ਜਿੱਥੇ ਕੁੜੀਆਂ ਤੁਹਾਨੂੰ ਨਾ ਲੱਭਣਗੀਆਂ। ਥਾਂ ਥਾਂ ਦੇ ਉੱਤੇ ਕੁੜੀਆਂ ਖਿਲਰੀਆਂ ਪਈਆਂ ਨੇ ਨਸ਼ਿਆਂ ਦੀਆਂ, ਤੇ ਉਹਨਾਂ ਦੇ ਕੀ ਇਹ ਨੁਕਸਾਨ ਸੋਚ ਸ਼ਮਤਾ ਹੀ ਖਤਮ ਹੋ ਗਈ? ਕਿਵੇਂ ਉਹ ਬੱਚੇ ਡਾਕਟਰ ਬਣ ਸਕਣਗੇ? ਕਿਵੇਂ ਉਹ ਬੱਚੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਚੰਗੇ ਆਪਾਂ ਅਧਿਆਪਕ ਦੇਖ ਸਕਦੇ ਹਾਂ ਜਾਂ ਇੰਜੀਨੀਅਰ ਕਿਵੇਂ ਦੇਖਾਂਗੇ? ਜਿਹੜੇ ਬੱਚਿਆਂ ਦੀ ਸ਼ਮਤਾ ਸੋਚਣ ਦੀ ਖਤਮ ਕਰ ਦਿੱਤੀ ਗਈ, ਤੇ ਇਹ ਕਾਰਨ ਹੈ ਅੱਜ ਪੰਜਾਬ ਦੀ ਧਰਤੀ ਕਿਤੇ ਮਾਣ ਕਰਕੇ ਇਹ ਗੱਲ ਕਹੀ ਸੀ ਪ੍ਰੋਫੈਸਰ ਪੂਰਨ ਸਿੰਘ ਦੇ ਵੀ ਇਹ ਗੁਰਾਂ ਦੇ ਨਾਮ ਤੇ ਜਿੰਦੀ ਹੈ, ਗੁਰਾਂ ਦੇ ਨਾਮ ਦੇ ਆਸਰੇ ਤੇ ਚੱਲਦੀ ਹੈ। ਜਿਸ ਥਾਂ ਥਾਂ ਦੇ ਉੱਤੇ ਹਰ ਇੱਕ ਥਾਂ ਉੱਤੇ ਗੁਰੂ ਨਾਨਕ ਸਾਹਿਬ ਦਾਤੇ ਤੋਂ ਲੈ ਕੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਸ਼ੋਅ ਸੀ, ਅੱਜ ਉਸ ਧਰਤੀ ਥਾਂ ਥਾਂ ਦੇ ਉੱਤੇ ਠੇਕੇ ਸ਼ਰਾਬ ਆਦਿ, ਇੱਕ ਕੇਵਲ ਇਹ ਹੀ ਨਸ਼ਾ ਨਹੀਂ, ਕੇਵਲ ਆਪਾਂ ਸ਼ਰਾਬ ਦੀ ਗੱਲ ਜਾਂ ਤੰਬਾਕੂ ਦੀ ਗੱਲ ਨਹੀਂ, ਇਹ ਹਰ ਤਰ੍ਹਾਂ ਦਾ ਹੀਰੋਇਨ ਨਸ਼ਾ ਉਹ ਵਰਤਿਆ ਜਾਂਦਾ ਹੈ, ਇਸ ਤੋਂ ਇਲਾਵਾ ਗਾਂਜਾ, ਤੰਬਾਕੂ, ਭੁੱਕੀ, ਪਤਾ ਨਹੀਂ ਕਿਹੜੇ ਕਿਹੜੇ ਚਿੱਟਾ ਨਸ਼ਾ, ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਦੇ ਇੰਨੇ ਨਸ਼ੇ ਵਰਤੇ ਜਾਂਦੇ ਨੇ, ਕਿਉਂਕਿ ਇਹਨਾਂ ਦਾ ਨੁਕਸਾਨ ਕੀ ਹੈ? ਜਿੱਥੇ ਕਿਉਂਕਿ ਸਸਤੇ ਕਿਉਂ ਦਿੱਤੇ ਜਾਂਦੇ ਨੇ? ਸਸਤੇ ਵੀ ਇਸੇ ਕਰਕੇ ਦਿੱਤੇ ਜਾ ਰਹੇ ਨੇ, ਇੱਕ ਵਾਰ ਬੱਚਿਆਂ ਨੂੰ ਲਾਓ ਸਹੀ, ਕਈ ਤੇ ਮੁਫ਼ਤ ਪਹਿਲਾਂ ਦਿੰਦੇ ਨੇ ਵੀ ਇੱਕ ਵਾਰ ਕਿਸੇ ਦਾ ਬੱਚਾ ਲੱਗ ਗਿਆ ਵੀ ਸਾਡਾ ਕਾਰੋਬਾਰ ਚੱਲ ਜਾਏਗਾ। ਆਪਣਾ ਕਾਰੋਬਾਰ ਚਲਾਉਣ ਦੇ ਚੱਕਰ ਵਿੱਚ ਪੂਰੇ ਦੇਸ਼ ਦਾ ਭਵਿੱਖ ਖਰਾਬ ਕਰਕੇ ਰੱਖ ਦਿੱਤਾ, ਪੂਰੀਆਂ ਜਵਾਨੀਆਂ ਤਬਾਹ ਕਰਕੇ ਰੱਖ ਦਿੱਤੀਆਂ। ਇਸ ਕਰਕੇ ਅੱਜ ਸੋਚ ਰਿਸ਼ਤਾ ਵੀ ਗੰਢਣ ਲੱਗਿਆ ਨਾ, ਸੋਚਣਾ ਪੈਂਦਾ ਹੈ, ਦੇਖਣਾ ਪੈਂਦਾ ਹੈ ਵੀ ਬੱਚਾ ਕਿਤੇ ਨਸ਼ੇ ਦੇ ਅੰਦਰ ਤੇ ਨਹੀਂ ਲੱਗਾ। ਹੁਣ ਯਕੀਨ ਕਿਹਦੇ ਉੱਤੇ ਕੀਤਾ ਜਾ ਸਕੇ, ਕਿਉਂਕਿ ਸਕੂਲਾਂ ਕਾਲਜਾਂ ਦੇ ਅੰਦਰ ਇਹ ਨਸ਼ੇ ਦਿੱਤੇ ਜਾਂਦੇ ਨੇ, ਇਹਦਾ ਮਾਰੂ ਪ੍ਰਭਾਵ ਐਸਾ ਪੈ ਰਿਹਾ ਹੈ ਸਰੀਰ ਦੇ ਉੱਤੇ, ਮਾਰੂ ਪ੍ਰਭਾਵ ਪੈ ਰਿਹਾ, ਭਵਿੱਖ ਦੇ ਉੱਤੇ ਐਸਾ ਮਾਰੂ ਪ੍ਰਭਾਵ ਪੈ ਰਿਹਾ ਹੈ, ਸਾਨੂੰ ਆਪਣਾ ਭਵਿੱਖ ਆਉਣ ਵਾਲਾ ਨਜ਼ਰ ਨਹੀਂ ਆਉਂਦਾ। ਵੀ ਪੰਜਾਬ ਦੀ ਧਰਤੀ ਇੱਥੋਂ ਤੱਕ ਜਦੋਂ ਆਪਾਂ ਸਰਵੇਸ਼ਨ ਕਰਕੇ ਦੇਖੀਏ ਥੋੜ੍ਹਾ ਜਿਹਾ ਧਿਆਨ ਦੇ ਨਾਲ, 85% ਲੋਕ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ, 85% ਲੋਕ, ਤੇ ਜਿਹੜਾ ਸਕੂਲਾਂ ਦੇ ਅੰਦਰ ਨੇ 75% ਬੱਚੇ ਨਸ਼ਿਆਂ ਦੀ ਲਪੇਟ ਦੇ ਅੰਦਰ ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਨਾ ਕਿਸੇ ਢੰਗ ਦੇ ਨਾਲ, ਕੋਈ ਇਹ ਛੋਟਾ ਮੋਟਾ ਹੈ ਤੇ ਉਹ ਵੀ ਨਸ਼ਾ ਹੀ ਹੈ ਨਾ, ਤੇ ਕੋਈ ਇਹ ਜਰਦਾ ਖਾ ਰਿਹਾ ਹੈ। ਇੱਥੋਂ ਤੱਕ ਮੈਂ ਆਪਣੀ ਖੁਦ ਆਪਣੀ ਘਟਨਾ ਸੁਣਾਵਾਂ, ਮੈਂ
ਟ੍ਰੇਨ ਦੇ ਅੰਦਰ ਸਫ਼ਰ ਕਰਦਿਆਂ ਹੋਇਆਂ ਇਹ ਮੋਗੇ ਤੋਂ ਲੁਧਿਆਣੇ ਵੱਲ ਨੂੰ ਆ ਰਿਹਾ ਸਨ ਅਤੇ ਰਸਤੇ ਦੇ ਵਿੱਚ ਕੁਝ ਨੌਜਵਾਨ ਆਪਸ ਦੇ ਅੰਦਰ ਗੱਲਾਂ ਕਰ ਰਹੇ ਸਨ। ਉਹ ਇਹ ਗੱਲ ਕਹਿ ਰਹੇ ਸਨ, ਕਹਿੰਦੇ ਨੇ ਦੇਖੋ ਜੀ ਅੱਜ ਤਾਂ ਧਰਮ ਨਾਲ ਸੱਚ ਜ਼ਹਿਰ ਹੀ ਹੈ, ਨਿਰਾਲਾ ਜ਼ਹਿਰ ਖਾ ਕੇ ਮਜ਼ਾ ਹੀ ਆ ਜਾਂਦਾ ਹੈ, ਨਜ਼ਾਰਾ ਹੀ ਆ ਜਾਂਦਾ। ਹੁਣ ਜ਼ਹਿਰ ਖਾ ਕੇ ਨਜ਼ਾਰਾ ਆ ਰਿਹਾ ਲੋਕਾਂ ਨੂੰ, ਜਿਸ ਜ਼ਹਿਰ ਤੋਂ ਕੋਹਾਂ ਦੂਰ ਜਾਣ ਦੀ ਗੱਲ ਕੀਤੀ ਸੀ, ਜਿੰਨਾ ਜ਼ਹਿਰੀਲਾ ਨਸ਼ਾ ਅੱਜ ਵਰਤਿਆ ਜਾ ਰਿਹਾ ਹੈ, ਕੋਈ ਕਹਿ ਰਿਹਾ ਵੀ ਸੱਪ ਦੀ ਸਿਰੀ ਤੋਂ ਹੀ ਨਸ਼ਾ ਕੱਢਿਆ ਜਾ ਰਿਹਾ ਹੈ, ਬਈ ਇਸੇ ਨਸ਼ੇ ਵਰਤ ਕੇ ਲੋਕ ਖੁਸ਼ ਹੋ ਰਹੇ ਨੇ। ਫਿਰ ਇਹ ਇੱਕ ਗੱਲ ਹੋਰ ਕਹਿ ਦੇਵਾਂ, ਦੇਖੋ ਜਿੰਨਾ ਸਥਾਨਾਂ ਤੋਂ ਧਰਮ ਦਾ ਉਪਦੇਸ਼ ਦੇਣਾ ਚਾਹੀਦਾ ਸੀ, ਧਾਰਮਿਕ ਸਥਾਨਾਂ ਦੇ ਉੱਤੇ ਵੀ ਅੱਜ ਨਸ਼ਿਆਂ ਦੀ, ਮੈਂ ਕੁਝ ਪਿੰਡਾਂ ਦੇ ਤੁਹਾਡੇ ਸਾਹਮਣੇ ਨਾਮ ਗਿਣਾ ਦੇਵਾਂ, ਜਿਵੇਂ ਕੌਂਕੇ, ਚੱਕਰ, ਇਸ ਤੋਂ ਇਲਾਵਾ ਡਾਲਾ ਪਿੰਡ, ਇਹ ਪਿੰਡਾਂ ਦੇ ਅੰਦਰ ਰੋਡੂ ਸ਼ਾਹ ਦੇ ਨਾਮ ਦੇ ਉੱਤੇ ਲੋਕਾਂ ਨੇ ਉਹ ਸਮਾਧਾਂ ਬਣਾਈਆਂ ਨੇ, ਉੱਥੇ ਪੇਟੀਆਂ ਦੀਆਂ ਪੇਟੀਆਂ ਨਸ਼ਿਆਂ ਦੀਆਂ ਚੜ੍ਹਦੀਆਂ ਨੇ, ਹੈ ਮੁਖਤ ਨਸ਼ਾ ਦਿੱਤਾ ਜਾ ਰਿਹਾ ਹੈ, ਪਰ ਉਹਦਾ ਪ੍ਰਭਾਵ ਲੋਕ ਹੀ ਕਹਿੰਦੇ ਨੇ ਜੀ ਇਹ ਤਾਂ ਪ੍ਰਸ਼ਾਦ ਦੀ ਤੌਰ 'ਤੇ ਅਸੀਂ ਵਰਤ ਰਹੇ ਹਾਂ। ਮੈਂ ਹੋਰ ਕਿਸੇ ਪਿੰਡ ਦੀ ਗੱਲ ਨਾ ਕਰਾਂ, ਮੇਰੇ ਆਪਣੀ ਪਿੰਡ ਸੋਢੀ ਵਾਲਾ ਪਿੰਡ, ਮੇਰਾ ਪੰਜਾਬ ਦੀ ਧਰਤੀ ਉੱਤੇ, ਅਤੇ ਉਸ ਧਰਤੀ ਦੇ ਉੱਤੇ ਉਸ ਪਿੰਡ ਦੇ ਅੰਦਰ ਬਾਬਾ ਮਾਨ ਸਿੰਘ ਨਾਮ ਦੀ ਇੱਕ ਸਮਾਧ ਬਣੀ ਹੈ, ਉੱਥੇ ਪੇਟੀਆਂ ਦੀਆਂ ਪੇਟੀਆਂ ਸ਼ਰਾਬ ਦੀਆਂ ਚੜ੍ਹਦੀਆਂ ਨੇ, ਅਤੇ ਨਸ਼ਈ ਬੰਦੇ ਆ ਜਾਂਦੇ ਨੇ, ਉਹ ਕਹਿੰਦੇ ਨੇ ਵੀ ਇਹ ਤਾਂ ਪ੍ਰਸ਼ਾਦ ਹੈ, ਅਸੀਂ ਨਸ਼ਾ ਥੋੜ੍ਹੀ ਕਰ ਰਹੇ ਹਾਂ, ਅਤੇ ਪ੍ਰਸ਼ਾਦ ਲੈ ਰਹੇ ਹਾਂ। ਹੁਣ ਤੁਸੀਂ ਹਿਸਾਬ ਲਾਓ, ਜਿਵੇਂ ਆਪਾਂ ਦੂਸਰੀ ਗੱਲ ਕਹਿ ਲਈਏ ਸੁਲਫਾ ਪੀਣ ਵਾਲੇ, ਜਿਵੇਂ ਲਾਡੀ ਸ਼ਾਹ ਆਦਿ ਜਿਹੜੇ ਆਪਣੀ ਡੇਰੇ ਖੋਲ੍ਹ ਕੇ ਬੈਠੇ ਨੇ, ਹੁਣ ਉਹਨਾਂ ਥਾਵਾਂ ਦੇ ਉੱਤੇ ਉਹ ਸੁਲਫਾ ਸਰੇਆਮ ਪੀਂਦੇ ਰਹੇ ਨੇ, ਹੁਣ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਲੋਕ ਜਾਂਦੇ ਰਹੇ ਨੇ, ਜਿਹੜੇ ਉਹਨਾਂ ਥਾਵਾਂ ਦੇ ਉੱਤੇ ਜਾਂਦੇ ਨੇ ਕਿ ਉਹ ਨਸ਼ੇ ਤੋਂ ਮੁਕਤ ਹੋ ਜਾਣਗੇ, ਉਹਨਾਂ ਨੇ ਕਹਿਣਾ ਜੀ ਅਸੀਂ ਤੇ ਸੁਲਫਾ ਇਹ ਪ੍ਰਸ਼ਾਦ ਦੇ ਤੌਰ 'ਤੇ ਵਰਤ ਰਹੇ ਹਾਂ, ਕਿਉਂਕਿ ਸਾਡੇ ਬਾਬਾ ਜੀ ਪੀਂਦੇ ਤਾਂ, ਹਾਂ ਬਾਬਾ ਜੀ ਪੀਂਦੇ ਨੇ, ਅਸੀਂ ਤੇ ਆਪ ਉਹੀ ਨਸ਼ਾ ਕਰ ਰਹੇ ਹਾਂ, ਅਸੀਂ ਤਾਂ ਸਾਡੇ ਬਾਬਾ ਜੀ, ਪਰ ਉਹ ਸਰੀਰ ਦੇ ਉੱਤੇ ਨੁਕਸਾਨ ਕੀ ਕਰ ਰਿਹਾ, ਪਹਿਲਾਂ ਇਹ ਤੇ ਗੱਲ ਸੋਚੋ। ਫਿਰ ਦੂਸਰੀ ਗੱਲ ਦੇਖੀ, ਧਾਰਮਿਕ ਸਥਾਨ, ਕਈ ਦੇਵੀ ਦੇਵਤਿਆਂ ਦੇ ਨਾਮ ਦੇ ਉੱਤੇ ਮੰਦਰ ਨੇ, ਮੈਂ ਕਿਸੇ ਦਾ ਨਾਮ ਲੈ ਕੇ ਕੋਈ ਕਿਸੇ ਦੀ ਨਾਦਰੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਮਕਸਦ ਇਹ ਨਹੀਂ ਵੀ ਕਿਸੇ ਦਾ ਦਿਲ ਦੁਖਾਉਣਾ, ਪਰ ਉਹ ਧਾਰਮਿਕ ਸਥਾਨਾਂ ਉੱਤੇ ਦਾਰੂ ਚੜ੍ਹ ਰਹੀ ਹੈ, ਸ਼ਰਾਬ ਚੜ੍ਹ ਰਹੀ ਹੈ, ਹੁਣ ਉਹ ਧਾਰਮਿਕ ਸਥਾਨਾਂ ਉੱਤੇ ਜਿਸ ਜਿੱਥੇ ਜਗ੍ਹਾ ਤੋਂ ਧਰਮ ਦੀ ਸਿੱਖਿਆ ਮਿਲਣੀ ਸੀ, ਉੱਥੋਂ ਨਸ਼ਾ ਮਿਲ ਰਿਹਾ ਹੈ। ਹੁਣ ਨਸ਼ਈ ਬੰਦੇ ਦੇ ਉੱਤੇ ਤਾਂ ਨਾ ਭਰੋਸਾ ਕੀਤਾ ਜਾ ਸਕਦਾ, ਨਸ਼ਈ ਬੰਦੇ ਦੇ ਉੱਤੇ ਤਾਂ ਨਹੀਂ ਯਕੀਨ ਕੀਤਾ ਜਾ ਸਕਦਾ, ਜਿਹਨੇ ਉੱਥੇ ਆਪਣਾ ਫਿਰ ਐਕਸੀਡੈਂਟ ਜਿੰਨੇ ਹੋ ਰਹੇ ਨੇ, ਇਹਦਾ ਨੁਕਸਾਨ ਕੀ ਹੋ ਰਿਹਾ ਹੈ, ਜਿਹੜੇ ਲੋਕ ਨਸ਼ਾ ਕਰਕੇ ਡਰਾਈਵ ਕਰ ਰਹੇ ਨੇ, ਸੁਭਾਵਿਕ ਗੱਲ ਹੈ ਉਹਨੇ ਆਪ ਤੇ ਮਰਨਾ ਹੀ ਹੈ, ਦੂਸਰਿਆਂ ਨੂੰ ਵੀ ਨਾਲ ਲੈ ਕੇ ਡੁੱਬਣਾ ਹੈ, ਆਪ ਉਹਨੇ ਕਿਉਂਕਿ ਉਹਨੂੰ ਤੇ ਇਸ ਗੱਲ ਦਾ ਪਤਾ ਨਹੀਂ, ਸੋਝੀ ਨਹੀਂ, ਪਰ ਇੱਕ ਵਿਚਾਰਾ ਆਪਣੀ ਸਾਈਡ ਦੇ ਉੱਤੇ ਆ ਰਿਹਾ ਹੈ, ਉਹਦਾ ਵੀ ਉਹ ਨੁਕਸਾਨ ਕਰ ਦਿੰਦਾ ਹੈ, ਉਹ ਪਰਿਵਾਰ ਲੈ ਕੇ ਜਾ ਰਿਹਾ, ਪਤਾ ਨਹੀਂ ਕਿੰਨੇ ਪਰਿਵਾਰ ਇਹ ਦੁਰਘਟਨਾ ਦਾ, ਐਕਸੀਡੈਂਟਾਂ ਦਾ ਸ਼ਿਕਾਰ ਹੋ ਰਹੇ ਨੇ, ਇਹਦਾ ਇਹ ਪ੍ਰਭਾਵ ਪੈ ਰਿਹਾ, ਮਾਰੂ ਪ੍ਰਭਾਵ ਇਸ ਗੱਲ ਦਾ ਪੈ ਰਿਹਾ ਹੈ। ਮੈਨੂੰ ਲੱਗਦਾ ਵੀ ਸਾਡਾ ਭਵਿੱਖ ਤਾਂ ਬਣ ਸਕਦਾ ਹੈ ਜੇ ਪਰ ਇਹਨਾਂ ਨਸ਼ਿਆਂ ਤੋਂ ਸੁਚੇਤ ਹੋਈਏ। ਦੇਖੋ ਹਰ ਪੱਖ ਤੋਂ ਨੁਕਸਾਨ ਹੋ ਰਿਹਾ ਹੈ, ਧਨ ਨਹੀਂ ਰਿਹਾ, ਸਮਾਜ ਸਾਡਾ ਟੁੱਟ ਰਿਹਾ, ਪਰਿਵਾਰ ਦੇ ਰਿਸ਼ਤੇ ਸਾਡੇ ਟੁੱਟ ਰਹੇ ਨੇ, ਤੇ ਜਿਹੜਾ ਇੱਕ ਵਾਰੀ ਨਸ਼ੇ 'ਚ ਲੱਗ ਗਿਆ ਉਹਨੇ ਆਪਣੇ ਨਸ਼ੇ ਨੂੰ ਪੂਰੇ ਕਰਨ ਵਾਸਤੇ ਜ਼ਮੀਨ ਜਾਇਦਾਦ ਨੂੰ ਨਹੀਂ ਦੇਖਣਾ, ਵੀ ਬਜ਼ੁਰਗਾਂ ਦੀ ਬਣਾਈ ਹੋਈ ਜ਼ਮੀਨ ਜਾਇਦ ਜਾਂਦੀ ਹੈ ਤੇ ਜਾਣ ਦਿਓ, ਮੇਰੀ ਪਤਨੀ ਦੇ ਗਹਿਣੇ ਵੇਖਦੇ ਨੇ ਤੇ ਵੇਖ ਲੈਣ ਦਿਓ, ਮੈਨੂੰ ਤੇ ਆਪਣਾ ਨਸ਼ਾ ਪੂਰਾ ਕਰਨਾ ਹੈ, ਮੇਰੇ ਬੱਚਿਆਂ ਦਾ ਭਵਿੱਖ ਹੈ ਕਿ ਨਹੀਂ, ਕਿਉਂਕਿ ਉਹਨੇ ਤੇ ਆਪਣਾ ਨਸ਼ਾ ਲੈਣਾ ਹੈ, ਬੱਚਿਆਂ ਦੀ ਪੜ੍ਹਾਈ ਦਾ, ਅੱਜ ਦਾ ਅਜੋਕਾ ਸਮਾਂ ਜਿਹੜਾ ਹੈ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨਾ, ਉਹਨੂੰ ਚਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਪਰ ਜਿਹੜਾ ਨਸ਼ਾ ਕਰਦਾ ਉਹਨੂੰ ਉਹਦੇ ਬੱਚਿਆਂ ਦਾ ਕੀ ਭਵਿੱਖ ਹੈ, ਆਪ ਤੇ ਉਹਨੇ ਡੁੱਬਣਾ ਹੀ, ਬੱਚਿਆਂ ਦਾ ਵੀ ਭਵਿੱਖ ਡੁੱਬ ਰਿਹਾ, ਉਹਨਾਂ ਉਹਦੇ ਵਾਸਤੇ ਬੱਚਿਆਂ ਦੀ ਕੋਈ ਔਕਾਤ ਨਹੀਂ, ਬੱਚਿਆਂ ਦੀ ਕੋਈ ਅਹਿਮੀਅਤ ਨਹੀਂ, ਇੱਕ ਬੱਚਾ
ਇੰਤਜ਼ਾਰ ਕਰ ਰਿਹਾ ਵੀ ਮੇਰਾ ਪਿਤਾ ਘਰ ਆਏਗਾ, ਇੰਤਜ਼ਾਰ ਕਰ ਰਿਹਾ ਵਿਚਾਰਾ ਕਾਫੀ ਦੇਰ ਤੋਂ ਵੀ ਪਿਤਾ ਜੀ ਘਰ ਆਉਣ ਵਾਲੇ ਨੇ ਤੇ ਪਿਤਾ ਜੀ ਘਰ ਆਣਗੇ ਉਹਨਾਂ ਦੇ ਨਾਲ ਮੈਂ ਗੱਲਬਾਤ ਸਾਂਝੀ ਕਰਾਂਗਾ, ਪਰ ਉਹਨਾਂ ਦੇ ਉਸ ਅੰਦਰਲੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਹੜਾ ਇਨਸਾਨ ਨਸ਼ਾ ਕਰ ਰਿਹਾ ਹੈ। ਇਸ ਕਰਕੇ ਇਸ ਨਸ਼ੇ ਦਾ ਕੋਈ ਫਾਇਦਾ ਨਹੀਂ ਬਲਕਿ ਨੁਕਸਾਨ ਹੀ ਨੁਕਸਾਨ ਹੈ, ਤੇ ਇਹ ਨੁਕਸਾਨ ਅੱਜ ਆਪਾਂ ਪ੍ਰਬਲ ਤੌਰ ਤੇ ਦੇਖ ਰਹੇ ਹਾਂ। ਲਓ ਜੀ, ਇੱਕ ਇਹ ਤਾਂ ਇੱਕ ਐਡਾ ਵਿਸ਼ਾ ਵਾ ਕਿ ਆਪਾਂ ਨੂੰ ਛੋਂਦੇ 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 ਵੀ ਆਪਾਂ ਨੂੰ ਕਈ ਘੰਟੇ ਲੱਗ ਸਕਦੇ ਆ, ਕਈ ਘੰਟੇ ਆਪਾਂ ਇਸ 'ਤੇ ਗੱਲਬਾਤ ਕਰ ਸਕਦੇ ਹਾਂ। ਹੁਣ ਆਪਣੇ ਕੋਲ ਸਮਾਂ ਵੀ ਥੋੜ੍ਹਾ ਵਾ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਵਿਸ਼ੇ ਨੂੰ ਵੀ ਅਗਲੀ ਵਾਰ ਵੀ ਗੱਲ ਕਰੀਏ, ਲੇਕਿਨ ਅਸੀਂ ਪੰਜ ਕੁ ਮਿੰਟਾਂ ਵਿੱਚ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਗੁਰਬਾਣੀ ਜਾਂ ਇਤਿਹਾਸ, ਅਸੀਂ ਨਸ਼ਿਆਂ ਬਾਰੇ ਆਪਾਂ ਗੁਰਬਾਣੀ ਕੀ ਕਹਿੰਦੀ ਆਪਾਂ ਪੰਜ ਮਿੰਟ 'ਚ ਇਹੀ ਗੱਲ ਕਰ ਲਈਏ ਜੀ। ਸਤਿਗੁਰੂ ਗੁਰੂ ਅਮਰਦਾਸ ਦਾਤੇ ਨੇ ਬਾਣੀ ਵਿੱਚ ਕਿਹਾ ਹੈ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਜਿੱਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਦਰਗਾਹ ਭਾਰ ਵਸਾਏ। ਝੂਠਾ ਮਦ ਭਾਵ ਕਿ ਜਿਹੜਾ ਨਸ਼ਾ ਕੁਰਾਏ ਪਾਉਣ ਵਾਲਾ ਹੈ ਉਹਦਾ ਸੇਵਨ ਨਾ ਕਰ। ਦੂਸਰਾ, ਆਪਾਂ ਇਤਿਹਾਸਿਕ ਪੱਖ ਨੂੰ ਵੀ ਅਗਰ ਲਈਏ ਨਾ, ਇਤਿਹਾਸ ਵੀ ਸਾਡਾ ਐਸਾ ਮਹਾਨ ਹੈ। ਦੇਖੋ, ਜੇਕਰ ਆਪਾਂ ਇਹਨਾਂ ਜਾਨਵਰਾਂ ਦੀ ਗੱਲ ਕਰੀਏ ਨਾ, ਉਹ ਵੀ ਐਡੇ ਸੁਚੇਤ ਨੇ। ਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਘੋੜੇ ਦੀ ਗੱਲ ਕਰੀਏ, ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਘੋੜੇ ਨੂੰ ਲੈ ਕੇ ਜਾ ਰਹੇ ਨੇ, ਘੋੜਾ ਇੱਕਦਮ ਰੁਕ ਗਿਆ। ਸਤਿਗੁਰੂ ਦਾਤਾ ਜੀ ਆਪਣੇ ਸਿੱਖ ਨੂੰ ਕਹਿੰਦੇ ਨੇ, ਜੇ ਘੋੜੇ ਨੂੰ ਇੱਕਦਮ ਫਿਰ ਹਿਲਾਇਆ, ਸਤਿਗੁਰੂ ਦਾਤੇ ਨੇ ਆਪਣੇ ਚਰਨ ਲਾਏ ਵੀ ਅੱਗੇ ਚੱਲ, ਘੋੜਾ ਫਿਰ ਨਹੀਂ ਗਿਆ। ਸਤਿਗੁਰੂ ਦਾਤਾ ਜੀ ਸਿੱਖਾਂ ਨੂੰ ਕਹਿੰਦੇ ਨੇ, ਸਿੰਘੋ ਅੱਗੇ ਜਾ ਕੇ ਦੇਖੋ ਖੇਤ ਵਿੱਚ ਕੀ ਹੈ। ਅਤੇ ਆਪਾਂ ਨੂੰ ਇਹ ਗੱਲ ਉਦਾਹਰਨ ਇਤਿਹਾਸ ਦੀ ਸਭ ਨੂੰ ਚੇਤੇ ਹੈ ਵੀ ਅੱਗੇ ਕੀ ਹੈ। ਉਹ ਕਹਿੰਦੇ ਨੇ ਵੀ ਅੱਗੇ ਜਿਹੜਾ ਹੈ ਤੰਬਾਕੂ ਦਾ ਸਤਿਗੁਰੂ ਦਾਤਾ ਜੀ ਖੇਤ ਹੈ। ਦਾਤਾ ਜੀ ਕਹਿਣ ਲੱਗੇ, ਤਾਂ ਹੀ ਤੇ ਮੇਰਾ ਘੋੜਾ ਅੱਗੇ ਨਹੀਂ ਜਾ ਰਿਹਾ, ਕਿਉਂਕਿ ਇਹਨੂੰ ਵੀ ਪਤਾ ਹੈ। ਤੁਸੀਂ ਅੱਜ ਦੇ ਹਿਸਾਬ ਨਾਲ ਹੋਰ ਗੱਲ ਕਰੋ, ਮੈਂ ਗੁਰਬਾਣੀ ਦੇ ਆਧਾਰ ਨਾਲ ਫਿਰ ਇਸ ਵਿਸ਼ੇ ਦੇ ਉੱਤੇ ਗੱਲ ਕਰਦਾ ਵਾਂ। ਜੇਕਰ ਆਪਾਂ ਜਾਨਵਰਾਂ ਨੂੰ ਦੇਖੀਏ ਨਾ, ਕਿਤੇ ਪਸ਼ੂਆਂ ਨੂੰ ਚਰਾਏ ਚਰਨੇ ਪਾ ਛੱਡ ਦਿਓ, ਉੱਥੇ ਕਿਤੇ ਤੰਬਾਕੂ ਦੀ ਬੂਟੀ ਹੋਏਗੀ ਨਾ, ਤੇ ਉਹ ਇੱਥੋਂ ਤੱਕ ਲਾਗੇ ਛਾਗੇ ਵੀ ਜਿਹੜਾ ਘਾਹ ਹੋਏਗਾ ਨਾ ਉਹ ਵੀ ਨਹੀਂ ਖਾਣਗੇ। ਕਾਰਨ ਕੀ ਹੈ? ਉਹਨਾਂ ਨੂੰ ਉਹਦੇ ਵਿੱਚੋਂ ਬਦਬੂ ਆਉਂਦੀ ਹੈ, ਪਰ ਬੰਦਾ ਤੇ ਉਦੋਂ ਵੀ ਗਿਆ ਗੁਜ਼ਰਿਆ ਹੈ। ਇਸੇ ਨੂੰ ਬਾਣੀ ਨੇ ਕਿਹਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਹੁਣ ਗੁਰਬਾਣੀ ਦੀ ਇਹ ਵੀ ਉਦਾਹਰਨ ਦੇਖ ਲਈਏ, ਮਹਾਰਾਜ ਕਹਿਣ ਲੱਗੇ, ਅਮਲੀ ਕਿਹੜਾ ਹੈ ਤੇ ਇਹ ਕਿਹੜੀ ਹੈ? ਦੁਰਮਤ ਮਤ ਜੋ ਪੀਵ ਤੇ ਬਿਖਲੀ, ਪਤ ਕਮਲੀ ਨਾਮ ਨਾਰਾਇਣ ਜੋ ਰਸਤੇ, ਨਾਨਕ ਸੱਚ ਅਮਲੀ। ਅਸਲ ਵਿੱਚ ਤੂੰ ਅਮਲ ਕਰਨਾ ਕਿਹੜਾ ਹੈ? ਤੈਨੂੰ ਇੰਨਾ ਕੁਝ ਪਤਾ ਹੋਣਾ ਚਾਹੀਦਾ ਮੇਰੇ ਵਾਸਤੇ ਅਮਲ ਕਿਹੜਾ ਹੈ। ਅਸੀਂ ਜਦੋਂ ਰਹਿਤਨਾਮਿਆਂ ਨੂੰ ਪੜ੍ਹਦੇ ਹਾਂ ਉਸ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ। ਭਾਈ ਸਾਹਿਬ ਭਾਈ ਦੇਸਾ ਸਿੰਘ ਜੀ ਦੇ ਜਿਹੜੇ ਰਹਿਤਨਾਮੇ ਨੇ ਉਹਨਾਂ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਪਰ ਨਾਰੀ। ਪਹਿਲੀ ਗੱਲ ਇਹ ਉਹਨਾਂ ਨੇ ਕਰ ਦਿੱਤੀ ਭਾਈ ਸਿੱਖ ਦਾ ਜੀਵਨ ਕੈਸਾ ਹੈ, ਇਸ ਬਾਬਤ ਉਹਨੂੰ ਕਰਨਾ ਕੀ ਚਾਹੀਦਾ ਹੈ। ਪਰ ਨਾਰੀ ਜੂਆ ਅਸਤ ਚੋਰੀ ਮਦਰਾ ਪਾਨ, ਤੀ ਇਹ ਪੰਜੋ ਐਬ ਸੰਸਾਰ ਮੋਹ ਤਜੇ ਸੁ ਸਿੰਘ ਸੁਜਾਨ। ਜਿਹੜਾ ਇਹਨਾਂ ਪੰਜਾਂ ਐਬਾਂ ਤੋਂ ਦੂਰ ਹੁੰਦਾ ਹੈ ਉਹ ਅਸਲ ਦੇ ਵਿੱਚ ਸਿੱਖ ਹੈ। ਤੇ ਜੇ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਹਾਂ, ਭਗਤ ਜੀ ਕਹਿੰਦੇ ਨੇ, ਕਬੀਰ ਭਾਂਗ ਮਾਛਲੀ ਸੂੜਾ ਪਾਨ, ਜੋ ਜੋ ਪ੍ਰਾਣੀ ਖਾਏ ਤੀਰਥ ਵਰਤ, ਕਹਿੰਦੇ ਨੇ ਨੇਮ ਕੀ ਇਹ ਸਭੇ ਰਸਾਤਲ ਜਾਏ, ਸਾਰੀ ਵਿਅਰਥ ਹੋ ਜਾਂਦੀ। ਇਹਦਾ ਮਤਲਬ ਜੇ ਇਹ ਮਾਰੂ ਇੰਨਾ ਮਾਰੂ ਹਥਿਆਰ ਹੈ, ਇਹ ਕਹਿ ਲਈਏ ਵੀ ਸਿੱਖ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਇਹ ਵਰਤਿਆ ਜਾਂਦਾ ਹੈ। ਤੇ ਸੁਭਾਵਿਕ ਗੱਲ ਹੈ ਇਹ ਨਸ਼ੇ 'ਚ ਗੁਰਬਾਣੀ ਦੇ ਵਿੱਚ ਇਹ ਨਸ਼ੇ ਦੀ ਨਿਖੇਧੀ ਕੀਤੀ ਗਈ ਹੈ। ਮਹਾਰਾਜ ਨੇ ਕਿਹਾ ਨਸ਼ਾ ਲੈਣਾ ਕੀ ਹੈ ਤੂੰ, ਕਿਉਂਕਿ ਨਸ਼ਾ ਚਾਹੀਦਾ ਉਹ ਨਸ਼ਾ ਕਿਹੜਾ ਚਾਹੀਦਾ ਹੈ। ਦਾਤਾ ਜੀ ਕਹਿੰਦੇ ਨਾਮ ਰਸਾਇਣ ਜੋਰਤ, ਅਸਲੀ ਨਸ਼ਾ ਕਿਹੜਾ ਹੈ? ਇਹ ਨਸ਼ੇ ਤੋਂ ਛੱਡ
ਤੇ ਉਹ ਨਸ਼ੇ ਦੇ ਅੰਦਰ ਜੁੜਨਾ ਕਰ, ਉਹ ਹੈ ਸੱਚੇ ਨਾਮ ਦਾ ਰਸਾ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਰਸ ਸੋ ਰਸ ਪਹਿਚਾਨਿਆ। ਸਤਿਗੁਰੂ ਦਾਤਾ ਜੀ ਕਹਿੰਦੇ ਨੇ ਆਹ ਰਸ ਛੱਡ, ਉਹ ਰਸ ਤੈਨੂੰ ਕਿਤੇ ਆ ਜਾਵੇ, ਨਾਮ ਦੇ ਸੱਚੇ ਨਾਮ ਦਾ ਰਸ ਆ ਜਾਵੇ। ਇਸ ਕਰਕੇ ਸਾਡੇ ਹਾਲਾਤ ਅੱਜ ਵਿਗੜਦੇ ਜਾ ਰਹੇ ਨੇ ਇਹ ਨਸ਼ਿਆਂ ਦੇ ਬਾਵਜੂਦ। ਗੁਰਬਾਣੀ ਨੇ ਬਾਰ ਬਾਰ ਸਤਿਗੁਰੂ ਦਾਤੇ ਨੇ ਸਾਨੂੰ ਸੁਚੇਤ ਕੀਤਾ ਹੈ ਵੀ ਸਾਨੂੰ ਅਸਲ ਦੇ ਵਿੱਚ ਨਾਮ ਦਾ ਨਸ਼ਾ, ਸੱਚੇ ਨਾਮ ਦਾ ਨਸ਼ਾ ਕਰਨਾ ਚਾਹੀਦਾ ਹੈ। ਮੈਂ ਥੋੜੇ ਜਿਹੇ ਸਮੇਂ ਦੇ ਅੰਦਰ ਹੀ ਆਪਾਂ ਇਸ ਵਿਸ਼ੇ ਨੂੰ ਸੰਕੋਚ ਦਈਏ, ਆਪਾਂ ਅਗਲੇ ਵੀਕ ਵੀ ਇਸੇ ਬਾਰੇ ਪੂਰੀ ਗੱਲ ਕਰਨੀ ਹੈ। ਠੀਕ ਹੈ, ਵੀ ਅਸੀਂ ਨਸ਼ੇ ਨੂੰ ਗੁਰਬਾਣੀ ਕੀ ਕਹਿੰਦੀ ਹੈ ਜਾਂ ਇਤਿਹਾਸ ਵਿੱਚ ਨਸ਼ੇ ਦਾ ਕੀ ਰੋਲ ਹੈ ਤੇ ਆਪਾਂ ਨਸ਼ੇ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ। ਹੁਣ ਆਪਾਂ 30 ਸੈਕਿੰਡ ਰਹਿ ਗਏ, ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਨਸ਼ੇ ਬਾਰੇ ਤੁਸੀਂ, ਫਿਰ ਉਸ ਤੋਂ ਬਾਅਦ ਆਪਾਂ ਆਗਿਆ ਲਵਾਂਗੇ। ਮੈਂ ਤੇ ਇਹੀ ਗੱਲ ਕਹਿਣਾ ਚਾਹਾਂਗਾ ਬਈ ਸਾਡੇ ਨੌਜਵਾਨਾਂ ਨੂੰ ਪਹਿਲਾਂ ਇਸ ਬਾਰੇ ਪੂਰੀ ਸੋਚ ਸਮਝ ਕੇ ਚੱਲਣਾ ਪਏਗਾ, ਕਿਉਂਕਿ ਸਾਡੇ ਹਰ ਇੱਕ ਕਦਮ ਦੇ ਉੱਤੇ ਖਾਈਆਂ ਨੇ, ਕਦੇ ਵੀ ਅਸੀਂ ਇਸ ਖਾਈ ਦੇ ਅੰਦਰ ਡਿੱਗ ਸਕਦੇ ਹਾਂ। ਲੋਕ ਇਹ ਚਾਹੁੰਦੇ ਨੇ ਵੀ ਸਿੱਖ ਕੌਮ ਨੂੰ ਬਰਬਾਦ ਕੀਤਾ ਜਾਏ। ਮੈਂ ਇਹ ਕਹਾਂਗਾ ਕੇਵਲ ਆਪਣੇ ਹੀ ਸਿੱਖ ਕੌਮ ਨੂੰ ਨਹੀਂ, ਬਲਕਿ ਇੱਕ ਫਰਜ਼ ਬਣਦਾ ਹੈ ਧਾਰਮਿਕ ਪ੍ਰਚਾਰਕ ਹੋਣ ਦੇ ਨਾਤੇ, ਮੈਂ ਪੂਰੇ ਦੁਨੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਵੀ ਇਹ ਨਸ਼ੇ ਤੋਂ ਦੂਰ ਰਹੋ। ਨਸ਼ਾ ਕਿਸੇ ਵੀ ਵਾਸਤੇ ਮਾੜਾ ਹੈ, ਭਾਵੇਂ ਕੋਈ ਹਿੰਦੂ ਵੀਰ ਹੈ, ਭਾਵੇਂ ਮੁਸਲਮਾਨ ਵੀਰ ਹੈ, ਭਾਵੇਂ ਸਿੱਖ ਹੈ ਤੇ ਭਾਵੇਂ ਈਸਾਈ ਹੈ। ਗੱਲ ਤੇ ਕੀ ਹੈ, ਕੋਈ ਵੀ ਬਰਬਾਦ ਨਾ ਹੋਵੇ, ਕਿਸੇ ਹਰ ਇੱਕ ਦਾ ਪਰਿਵਾਰ ਸੁੱਖ ਸ਼ਾਂਤ ਦੇ ਨਾਲ ਵਸੇ, ਹਰ ਇੱਕ ਦੀਆਂ ਭਾਵਨਾਵਾਂ ਨੇ ਜਿਹੜੀਆਂ ਭਾਵਨਾਵਾਂ ਦੇ ਨਾਲ ਉਹ ਜੀਵਨ ਜਿਉ ਸਕੇ। ਆਪਾਂ ਤੇ ਇਹੀ ਅਰਦਾਸ ਕਰਦੇ ਹਾਂ ਵੀ ਇਹਨਾਂ ਨਸ਼ਿਆਂ ਤੋਂ ਜਾਣੂ ਹੋਵੋ, ਇਹਨਾਂ ਨਸ਼ਿਆਂ ਦੇ ਵਿੱਚ ਆਪਣੇ ਆਪ ਨੂੰ ਨਾ ਖਚਤ ਕਰੋ, ਬਲਕਿ ਉੱਪਰ ਉੱਠ ਕੇ ਸੱਚੇ ਨਾਮ ਦੇ ਨਾਲ ਜੁੜ ਕੇ ਇਹਨਾਂ ਰਸਾਂ ਕਸਾਂ ਤੋਂ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ, ਬਲਕਿ ਇਹ ਜੀਵਨ ਮਿਲਿਆ ਹੋਇਆ ਸਫਲਾ ਕਰੋ, ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਤਾਂ ਹੀ ਹੋਣਗੇ ਜੇ ਆਪਾਂ ਪਰਮਾਤਮਾ ਗੁਰੂ ਦੇ ਨਾਲ ਜੁੜ ਸਕਾਂਗੇ। ਨਾਲੇ ਜੇ ਆਪਣੇ ਲੋਕ ਇੰਨਾ ਸਮਾਜ ਪੜ੍ਹਿਆ ਲਿਖਿਆ ਵਾ, ਉਹ ਹਰੇਕ ਨਸ਼ੇ ਦੀ ਚੀਜ਼ ਦੇ ਉੱਤੇ ਲਿਖਿਆ ਵਾ ਵੀ ਐਲਕੋਹਲ ਇਜ਼ ਇੰਜਰੀਅਸ ਟੂ ਹੈਲਥ, ਇਹ ਨਸ਼ਾ ਤੂੰ ਟੀਵੀ 'ਤੇ ਵੀ ਅੱਜ ਕੱਲ੍ਹ ਜਦੋਂ ਕੋਈ ਦਿਖਾਉਂਦੇ ਆ, ਮੂਵੀ ਦਿਖਾਉਂਦੇ ਆ ਜਾਂ ਦਾਰੂ ਪੀਂਦਾ ਜਾਂ ਕੋਈ ਸਿਗਰਟ ਪੀਂਦਾ ਦਿਖਾ ਦਿੰਦੇ ਆ, ਤਾਂ ਥੱਲੇ ਦਿਖ ਦਿੰਦੇ ਆ ਵੀ ਇਹ ਨਸ਼ਾ ਸਿਹਤ ਲਈ ਹਾਨੀਕਾਰਕ ਹੈ, ਪਰ ਅਸੀਂ ਫਿਰ ਵੀ ਲੈਂਦੇ ਹਾਂ। ਪਤਾ ਨਹੀਂ ਕਿ ਸਾਡੀ ਸੋਚ ਕੀ ਆ ਜਾਂ ਅਸੀਂ ਇਸ ਪਲ ਕਿਉਂ ਖਿੱਚੇ ਤੁਰੇ ਜਾਂਦੇ ਹਨ। ਅਸੀਂ ਇਸੇ ਵਿਸ਼ੇ ਨੂੰ ਭਾਈ ਰਸਪਾਲ ਸਿੰਘ ਹੋਣਾ ਨਾਲ ਅਗਲੇ ਬੁੱਧਵਾਰ 5 ਵਜੇ ਫਿਰ ਇਸੇ ਟੋਪਿਕ 'ਤੇ ਗੱਲਬਾਤ ਕਰਾਂਗੇ। ਹੁਣ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਆਗਿਆ ਦਿਓ। ਅਗਲਾ ਪ੍ਰੋਗਰਾਮ ਡਾਕਟਰ ਹਰੀਸ਼ ਵਰਮਾ ਅਤੇ ਰਮਨ ਅਗਰਵਾਲ ਲੈ ਕੇ 5-7 ਮਿੰਟ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਗੇ। ਨਵੀਆਂ ਨਵੀਆਂ ਦਵਾਈਆਂ ਅਤੇ ਨਵੇਂ ਨਵੇਂ ਜੋ ਬਿਮਾਰੀਆਂ ਦੇ ਹੱਲ ਤੁਹਾਡੇ ਸਾਹਮਣੇ ਦੱਸਣਗੇ, ਉਹਨਾਂ ਦਾ ਵੀ ਇਸੇ ਤਰ੍ਹਾਂ ਪੂਰਾ ਸਾਥ ਦਿਓ। ਜੇ ਕੋਈ ਗੱਲਬਾਤ ਕਰਨੀ ਹੈ ਉਹਨਾਂ ਨਾਲ ਵੀ ਤਾਂ ਸਟੂਡੀਓ ਦਾ ਨੰਬਰ ਹੈ ਜੀ 647-9333-1313, ਜਾਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੈ ਜੀ 647-284-1313। ਪ੍ਰੋਗਰਾਮ ਆਗਿਆ ਦਿਓ ਜੀ ਸਮਾਪਤ ਕਰਨ ਦੀ। ਅਗਲਾ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।